ਨਹੀਂ ਸਰ ਵੀ ਮੈਨੂੰ ਤਾਂ ਪੁੱਤ ਐਂ ਲੱਗਦਾ ਜਿੰਨਾ ਚਿਰ ਤੈਨੂੰ ਤਿਆਰ ਹੁੰਦੀ ਨੂੰ ਹੋ ਗਿਆ ਨਾ ਵੀ ਵਿਆਹ ਤੇਰੀ ਸਹੇਲੀ ਦਾ ਨਹੀਂ ਤੇਰਾ ਤੇ ਨਾਲੇ ਜੇ ਪੁੱਤ ਬੱਸ ਲੰਘ ਗਈ ਨਾ ਤੇਰੇ ਨਾਲ ਤਾਂ ਉਹ ਗੱਲ ਬਣ ਜਾਣੀ ਹੈ ਅਖੇ ਨਹਾਤੀ ਧੋਤੀ ਰਹਿ ਗਈ ਤੇ ਨੱਕ ਤੇ ਮੱਖੀ ਬਹਿ ਗਈ ਐਵੇਂ ਕਿਵੇਂ ਨੱਕ ਤੇ ਮੱਖੀ ਬਹਿ ਜੂ ਬੀਬੀ ਮੈਂ ਕਰਮ ਸਿੰਘ ਨੰਬਰਦਾਰ ਦੀ ਧੀ ਆ ਓਏ ਆਹੋ ਮੇਰੀ ਧੀ ਐ ਤੇ ਉਹ ਵੀ ਡਾਕਟਰ ਨਹੀਂ ਓਏ ਇਹ ਦੱਸ ਪੁੱਤ ਵੀ ਜਿਹੜੀਆਂ ਆੜਤੀਆਂ ਵਾਲੀਆਂ ਪਰਚੀਆਂ ਸੀ ਉਹਦਾ ਜੋੜ ਜੁਮਾ ਕਰ ਲਿਆ ਕੋਈ ਹੇਰ ਫੇਰ ਤਾਂ ਨਹੀਂ ਹਾਂਜੀ ਬਾਪੂ ਜੀ ਤੁਹਾਡੇ ਵਾਲਾ ਜੋੜ ਜੁਮਾ ਕਰਤਾ ਮੈਂ ਜਮਾ ਸਹੀ ਹੈ ਚਲ ਠੀਕ ਤੇ ਨਾਲੇ ਨਾ ਮੈਂ ਡਾਕਟਰ ਨਹੀਂ ਆ ਨਰਸ ਆ ਸਤ ਬਚਨ ਨਰਸ ਵੀ ਤਾਂ ਅੱਧੀ ਡਾਕਟਰ ਨਹੀਂ ਹੁੰਦੀ ਹੈ ਤੈਨੂੰ ਬੀਬੀ ਸਭ ਪਤਾ ਓ ਚਲ ਮਿੰਦਰ ਕੌਰੇ ਮੈਂ ਸੋਸਾਇਟੀ ਜਾ ਆਵਾਂ ਮੈਂ ਕਿਹਾ ਜੀ ਛੇਤੀ ਮੁੜ ਆਇਓ ਵੇ ਜੱਸਿਆ ਤੂੰ ਤਿਆਰ ਹੋ ਗਿਆ ਕਿ ਨਹੀਂ ਅਸ਼ਨੇ ਪਸ਼ਨੇ ਕਰਦਾ ਹੀ ਦਿਹਾੜੀ ਨਗਾ ਦੀ ਤੇ ਨਾਲੇ ਮਾਸੀ ਨੂੰ ਵੀ ਲੇਟ ਕਰੇਗਾ ਵੇ ਵਿਆਹ ਵਾਲੇ ਘਰ ਅਗਲੇ ਕੁੜੀ ਨੂੰ ਡੀਕਦੇ ਹੋਣੇ ਅਮਿੰਦਰ ਕੌਰੇ ਚੰਗਾ ਪਲਾ ਜਵਾਕ ਦਾ ਭਾਖੜਾ ਡੈਮ ਚੱਲੀ ਜਾਂਦਾ ਸੀ ਹੱਥ ਤੇ ਬੋਲ ਕੇ ਨਾ ਬੰਦ ਕਰਵਾਤਾ ਵਿਚਾਰੇ ਦਾ ਓ ਪੁੱਤ ਚੱਲ ਕਰ ਲਾ ਖਿੜਕੀ ਬੰਦ ਅੱਛਾ ਵਾਸ਼ੇ ਨਾਨੂ ਜੀ ਝੂਟਾ ਲੈਣਾ ਝੂਟਾ ਲੈਣਾ ਪਹਿਲਾਂ ਇਹ ਦੱਸ ਵੀ ਤੂੰ ਮੇਰਾ ਕੀ ਲੱਗਦਾ ਦੋਤਾ ਲੈ ਤੂੰ ਆਪਦੀ ਮਾਸੀ ਨਾਲ ਜਾਣਾ ਬੱਸ ਤੇ ਝੂਟਾ ਮਿਲੂਗਾ ਤੈਨੂੰ ਚੰਗਾ ਤੇ ਵਿਆਹ ਤੇ ਜਾਣਾ ਤੂੰ ਓ ਪੁੱਤਰ ਤੁਸੀਂ ਵੀ ਛੇਤੀ ਤਿਆਰ ਹੋ ਕੇ ਨਿਕਲੋ ਨਹੀਂ ਤਾਂ ਤੁਹਾਡੇ ਆਉਂਦਿਆਂ ਨੂੰ ਨਾ ਬਰਾਤ ਆ ਜਾਣੀ ਹੈ ਓ ਦਰਸ਼ੀ ਓਏ ਆ ਜਾ ਯਾਰ ਬਾਹਰ ਰੱਬ ਦਾ ਵਾਸਤਾ ਹੀ ਇੱਧਰ ਵੇ ਬਰਾਤੀ ਸਾਰੇ ਤਿਆਰ ਹੋ ਕੇ ਬੈਠੇ ਆ ਉਹ ਵਾਜੇ ਵਾਲੇ ਵੀ ਤਿਆਰ ਬੈਠੇ ਆ ਜੇ ਇੱਥੇ ਹੀ ਲੇਟ ਹੋ ਗਏ ਨਾ ਇਹ ਨਾ ਵੇ ਕੁੜੀ ਵਾਲੇ ਜਵਾਬ ਦੇ ਦੇਣ ਉਹ ਕੁੜੀ ਵਾਲੇ ਜਵਾਬ ਦੇਣ ਭਾਵੇਂ ਨਾ ਦੇਣ ਮੇਰਾ ਜਵਾਬ ਹੈ ਜਦ ਤੱਕ ਮੇਰਾ ਯਾਰ ਮਨਜੋਤ ਨਹੀਂ ਨਾ ਆਉਂਦਾ ਤੇ ਬਾਹਰ ਮੈਂ ਵੀ ਨਹੀਂ ਆਉਂਦਾ ਉਹ ਸੁਸਤੀ ਯਾਰ ਤੂੰ ਹੀ ਕੋਈ ਗੱਲ ਕਰ ਲਾ ਅੰਦਰ ਜਾ ਕੇ ਰਹਿਣ ਦੇ ਬਾਪੂ ਰਹਿਣ ਦੇ ਉਹ ਤੇਰੀਆਂ ਇੰਨਾ ਗੱਲਾਂ ਕਰਕੇ ਨਾ ਸਾਰਾ ਪਿੰਡ ਮੈਨੂੰ ਬੂਟੇ ਗੱਪੀ ਦਾ ਮੁੰਡਾ ਕਹਿਣ ਲੱਗ ਪਿਆ ਓਏ ਤਾਂ ਕੋਈ ਹੋਰ ਹੀ ਆ ਉਹ ਬਾਈ ਮੈਨੂੰ ਕਿਉਂ ਘਿਰੀ ਜਾਂਦੇ ਹੋ ਉਹ ਮੈਨੂੰ ਜਾਣ ਦਿਓ ਮੇਰੀ ਤਾਂ ਭੂਆ ਮੇਰੇ ਫੁੱਫੜ ਦਾ ਹੱਥੋਂ ਪਾਈ ਹੁੰਦੀ ਕੁੱਟ ਤੋਂ ਡਿੱਗ ਪਈ ਉਹਦਾ ਚੂਗਣਾ ਟੁੱਟ ਗਿਆ ਤੁਸੀਂ ਭੰਗੜਾ ਪਾਈ ਜਾਂਦੇ ਹੋ ਜਾਣ ਦਿਓ ਬਾਈ ਮੈਨੂੰ ਜਾਣ ਦਿਓ ਨਾ ਬਾਈ ਤੂੰ ਜਾ ਉਹ ਦਰਸ਼ਕ ਗੱਲ ਸੁਣ ਚਲੋ ਬਾਈ ਤੁੰਬੜ ਪਾ ਨਾਲੇ ਥੱਲੇ ਆ ਜਾ ਚਲੋ ਬਾਈ ਚਲੋ 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 ਚੱਲ ਬਾਪੂ ਛੇਤੀ ਚੱਲ ਵੀ ਮੈਂ ਚੜਾ ਬੱਚੇ ਨੂੰ ਅੱਗੇ ਲੇਟ ਹੋ ਗਏ ਟਾਈਮ ਦੇਖਿਆ ਕਰੋ Thank you.
ਨੌਜਵਾਨਾਂ, ਉਹ ਬੱਸ ਫਰੀਦਕੋਟ ਕਿੰਨੇ ਵਜੇ ਪਹੁੰਚੂਗੀ? ਉਹ ਬਾਬਾ ਤੂੰ ਕਦੋਂ ਜਾਣਾ? ਮੈਨੂੰ ਤਾਂ ਬਹੁਤ ਛੇਤੀ ਹੈ। ਬਾਲੀ ਛੇਤੀ ਹੈ ਤਾਂ ਫਿਰ ਮਗਰ ਬੈਠਾ ਕੀ ਕਰਦਾ ਹੈ? ਮੂਹਰੇ ਡਰਾਈਵਰ ਕੋਲੇ ਜਾ ਕੇ ਬੈਠ, ਛੇਤੀ ਪਹੁੰਚ ਜਾਏਗਾ। ਵਾਹ ਸ਼ੇਰਾ, ਜਿਉਂਦਾ ਰਹਿ ਵਾਹ ਵਾਹ, ਟਾਈਮ ਨਾ ਦੱਸਦਾ। ਹੈਲੋ, ਓ ਆ ਦੇਖ ਲਓ ਅੱਜ ਕੱਲ੍ਹ ਦੇ ਮੁੰਡਿਆਂ ਦਾ ਹਾਲ, ਦੇਖਣ ਨੂੰ ਚੰਗੇ ਭਲੇ ਘਰ ਦਾ ਲੱਗਦਾ, ਪੜ੍ਹਿਆ ਲਿਖਿਆ ਵੀ ਹੋਊ, ਅਤੇ ਤੂੰ ਤਾਂ ਵੇ ਸਾਲੇ ਦੀਆਂ ਜਮਾਂ ਹੀ ਸ਼ਰਮ ਲਾਈ ਹੈ। ਉਹ ਭੋਲੇ ਦੇਖ ਭੂੰਡ ਆਉਂਦਾ, ਉਹ ਕਿੱਥੇ ਆ ਸਾਲਾ, ਲੜੀ ਨਾ ਜਾਵੇ ਕਿਸੇ ਦੇ। ਉਹ ਲੜਨ ਵਾਲਾ ਨਹੀਂ, ਮਰਨ ਵਾਲਾ, ਮਰੂ ਸਾਲਾ ਥੱਲੇ ਆ ਕੇ। ਕਈ ਲੋਕਾਂ ਨੇ ਤੇ ਸ਼ਰਮ ਹੀ ਲਾ ਛੱਡੀ ਹੈ, ਬਦਤਮੀਜ਼ੀ ਦੀ ਵੀ ਨਾ ਹੱਦ ਹੁੰਦੀ ਹੈ, ਬੇਸ਼ਰਮ। ਉਹ ਮਾਤਾ ਜੀ, ਮੈਂ ਤੁਹਾਨੂੰ ਇਹ ਆਵਾਜ਼ਾਂ ਮਾਰਦਾ ਆਉਂਦਾ ਸੀਗਾ। ਲੋਕੀ ਪਤਾ ਨਹੀਂ ਕੀ ਸਮਝੀ ਜਾਂਦੇ ਆ, ਆ ਤੁਹਾਡੀ ਬੈਂਕ ਵਾਲੀ ਕਾਪੀ ਡਿੱਗੀ ਹੈ। ਮੇਰੀ ਬੈਂਕ ਵਾਲੀ ਕਾਪੀ? ਲੈ ਪੁੱਤ, ਬੈਂਕ ਤਾਂ ਹੀ ਛੱਡ ਦੀ, ਚੰਦਰੇ ਗੋਡੇ ਨਹੀਂ ਕੰਮ ਕਰਦੇ। ਬਹਿ ਜਾ ਬੇਬੇ, ਬਹਿ ਜਾ, ਛੱਡ ਦਿੰਦਾ, ਧਿਆਨ ਨਾਲ ਬੇਬੇ। ਆਏ ਵੀਏ ਬੇਬੇ। ਚੱਲ ਪੁੱਤ, ਤੂੰ ਤਾਂ ਕਿਸੇ ਭਲੇ ਘਰ ਦਾ ਲੱਗਦਾ ਜਿਹਨੇ ਕਾਪੀ ਮੋੜਤੀ। ਮੁੰਡਾ ਖਤ ਕੱਢਣ ਦਾ ਮਾਰਾ, ਨੇ ਹੱਥ ਵਿੱਚ ਰੱਖੇ ਮੋਚਣਾ। ਬੱਲਿਆ ਮੁੰਡੇ ਦੇ ਫਫੜਾ, ਨਹੀਂ ਰੀਸਾਂ ਤੇਰੀਆਂ। ਭਾਬੀ, ਆਪਦੇ ਨਣਦੋਈਏ ਨੂੰ ਕਹਿ ਆ ਚਿੱਟੇ ਪੱਟਣ ਨੂੰ ਰਹਿਣ ਦੇ, ਕਾਲੇ ਕਾਲੇ ਪੱਟ ਲੈ, ਚਿੱਟੇ ਤਾਂ ਆਥਣ ਤੱਕ ਨਹੀਂ ਮੁੱਕਣੇ। ਨਾ ਨੀ ਭੈਣੇ, ਆ ਭੁੰਡਾਂ ਦੀ ਖੱਖਰ ਨੂੰ ਛੇੜ ਕੇ ਪੰਗਾ ਲੈਣਾ? ਕਹਿੰਦੇ ਆ ਪ੍ਰਾਹੁਣਾ ਰੁੱਸਿਆ ਤੇ ਹੱਥੋਂ ਵੈੜਕਾ ਛੁੱਟਿਆ, ਛੇਤੀ ਲੋਟ ਨਹੀਂ ਆਉਂਦੇ। ਬੇਬੇ ਤੂੰ ਗੱਲ ਕਰਕੇ ਵੇ। ਬੇ ਦਰਛੀ, ਬੇ ਦਰਛੀ, ਬਾਹਰ ਨਿਕਲ ਲੈ ਜਾਣਿਆ, ਮੇਰੇ ਤਾਂ ਢਿੱਡੀਆਂ 'ਚ ਵੱਟ ਉੱਠੀ ਜਾਂਦੇ ਨੇ। ਉਹ ਬੇਬੇ, ਜੇ ਤੈਨੂੰ ਬਾਹਲਾ ਵੱਟ ਚੜਿਆ ਨਾ ਤੇ ਫਿਰ ਵੱਟੋ ਵੱਟੀ ਹੋ ਜਾ। ਉਹ ਜੇ ਇਸ ਵਾਰੀ ਵੀ ਕੋਈ ਹੋਰ ਨਿਕਲਿਆ ਨਾ ਤੇ ਤੇਰੀ ਜਾ ਜਾਂਦੀ ਕਰ ਦੂੰ। ਪੱਕਾ ਹੋਈ ਹੈ ਜੀ, ਜੇ ਨਾ ਹੋਇਆ ਨਾ ਜੀ, ਸਿਰ ਮੇਰਾ, ਜੁੱਤੀ ਤੁਹਾਡੀ, ਆਹ ਵੇਖ ਲਓ। ਓਏ ਮੱਚੋ ਧੀਆ, ਜਾ ਤਾਂ ਟੋਲੀਆ। ਵਧਾਈਆਂ ਚਾਚਾ ਜੀ। ਉਹ ਜੀ ਲੈ ਨਾ ਪੁੱਤਰਾ, ਕੀ ਗੱਲ ਆ, ਵਿਆਹ ਦਾ ਖੜੇ ਪੈਰੀ ਦੱਸੇ ਆ? ਉਹ ਤੂੰ ਖੜੇ ਪੈਰ ਵਾਲੀ ਗੱਲ ਸੁਣ ਲਾ। ਉਹ ਬਾਪੂ, ਰਹਿਣ ਦੇ ਰਹਿਣ ਦੇ, ਹੁਣ ਤੂੰ ਕੋਈ ਨਵਾਂ ਗੱਪ ਰੇੜੇਗਾ, ਆ ਮੇਰੇ ਯਾਰ ਨੂੰ ਤਾਂ ਮਿਲ ਲੈਣ ਦੇ। ਕੀ ਹਾਲ ਹੈ? ਵਧੀਆ, ਉਹ ਤਿਆਰ ਬਾਰ ਤਿਆਰ ਖੜਾ। ਚਲੋ ਹੁਣ ਕੀ ਦੇਖਦੇ ਹੋ? ਓਏ ਖੜ ਜਾ,
ਓਏ ਪ੍ਰਾਹਣਿਆ, ਧੌਲੇ ਬਾਅਦ ਚ ਕੱਢ ਲਈ, ਉਧਰ ਕੁੜਮਾਂ ਦੀਆਂ ਅੱਖਾਂ ਥੱਕੀਆਂ ਹੋਣੀਆਂ। ਹਾਂ ਬਈ, ਉਹ ਦਿਨ ਗੋਡੇ ਗੋਡੇ ਚੜਿਆ ਆ, ਹਲੇ ਤੱਕ ਬਰਿਆਤ ਨੀ ਆਈ, ਨਾਲੇ ਕੁੜੀ ਦੇ ਪਿਓ ਤੁਸੀਂ ਆ, ਫਿਕਰ ਗੇਲਣ ਸ਼ੈਂਕਰੀ ਹੋਇਆ ਪਈ ਐ। ਕਿਉਂ ਮਾਮੇ? ਓ ਮੈਂ ਮਾਮਾ ਨਹੀਂ, ਮੈਂ ਤਾਇਆ। ਓਏ ਮੈਂ ਮਜ਼ਾਕ ਕਰਦਾ ਸੀ। ਆ ਜਾਣਗੇ, ਖੜੇ ਪੈਰ ਤਿਆਰੀ ਕਰਨੀ, ਬੰਦਾ ਲੇਟ ਹੋ ਹੀ ਜਾਂਦਾ। ਤੂੰ ਜਾ ਕੇ ਉਧਰ ਤਿਆਰੀ ਦੇਖ। ਓਏ ਮੈਂ ਤਾਂ ਤਿਆਰੀ ਦੇਖ ਲੂ, ਤੁਸੀਂ ਇੱਥੇ ਸਾਰਾ ਕੁਝ ਦੇਖ ਲਓਗੇ। ਕਿਉਂ ਮਾਮੇ? ਓਏ ਮੈਂ ਮਾਮਾ ਨਹੀਂ, ਮੈਂ ਤਾਇਆ। ਓਏ ਮੈਂ ਮਜ਼ਾਕ ਕਰਦਾ ਸੀ। ਤੂੰ ਜਾ ਸਾਂਭ ਲਾ ਗਿਆ ਸੀ। ਵੱਡਾ ਆਇਆ। ਓਏ ਹਾਂ ਵੀ ਮੁੰਡਿਆ, ਕਰਤਾ ਡੀਜੇ ਫਿੱਟ। ਬਾਈ ਜੀ, ਮੈਂ ਤਾਂ ਹਲਵਾਈ ਆ ਜੀ। ਓ ਚੱਲ ਕੋਈ ਗੱਲ ਨੀ, ਅੱਜ ਕੱਲ ਤੇਰੇ ਵਰਗਿਆਂ ਦੇ ਡੀਜੇ ਵੀ ਪਾਏ ਵੀ ਆ। ਐ ਕਰੋ, ਗਰਾਉ ਚੈੱਕ ਕੀ ਬਣਿਆ। ਆ ਲਓ ਬਾਈ ਜੀ, ਆ ਪਕੌੜੇ ਚੈੱਕ ਕਰ ਲਓ। ਪਕੌੜੇ ਯਾ ਵਾਹੋ, ਇਹਨਾਂ ਚ ਤਾਂ ਲੂਣ ਹੀ ਬਹੁਤ ਪਾਇਆ ਪਿਆ। ਬਾਈ ਜੀ, ਪਾਇਆ ਤਾਂ ਹਿਸਾਬ ਨਾਲ ਹੀ ਸੀਗਾ ਜੀ। ਓ ਚੱਲ ਕੋਈ ਗੱਲ ਨੀ, ਸਗਾ ਦੀ ਲੂਣ ਖਾ ਕੇ ਬੱਜੇ ਹਰਿਆਬ ਨੀ ਕਰਦੇ। ਲੈ ਵੀ ਗੇਲਣ ਸਿਆ, ਤੇਰੀ ਤਾਂ ਮਾਲਕਾਂ ਨਾਲੋਂ ਵੀ ਵੱਧ ਚੜਾਈ ਹੈ। ਬੜਾ ਰੋਬ ਹੈ ਤੇਰਾ। ਲੈ ਵੀ ਗੱਲ ਸੁਣ, ਤੇਰੀ ਗੁਲਾਬ ਜਾਮਣ ਤਾਂ ਬਾਹਲੀ ਸਵਾਦ ਸੀ। ਹਾਂ ਬਾਈ ਜੀ, ਮੈਂ ਤਾਂ ਹਜੇ ਪਕੌੜੇ ਚੈੱਕ ਕਰਾਏ ਸੀ, ਗੁਲਾਬ ਜਾਮਣ ਦਾ ਚੈੱਕ ਕਰਾਉਣੀ ਸੀ ਜੀ। ਓਏ ਕੋਈ ਗੱਲ ਨੀ, ਮੈਂ ਮਜ਼ਾਕ ਕਰਦਾ ਸੀ। ਐ ਕਰਿਓ, ਜਿੰਨੇ ਸਮਾਨ ਤਿਆਰ ਹੋ ਗਏ, ਸਾਰਿਆਂ ਨੂੰ ਟੇਬਲ ਤੇ ਕਤਿਆਰ ਦੀ ਕਤਿਆਰ ਲਾ ਦਿਓ। ਠੀਕ ਹੈ? ਠੀਕ ਠੀਕ ਆ ਬਾਈ ਜੀ। ਓਏ ਹਾਂ ਤਿਆਰ ਹੋ, ਕੁੜੀ ਤਿਆਰ ਹੋ ਗਈ। ਅੱਛਾ, ਕਰਤਾ ਫਿਰ ਵਿਚਾਰੇ ਦੀ ਇੱਜ਼ਤ ਦਾ ਆਪਰੇਸ਼ਨ। ਉਹ ਯਾਰ, ਉਹ ਕੀਤਾ ਨਹੀਂ, ਗਲਤੀ ਨਾਲ ਹੋ ਗਿਆ, ਤੇ ਹੁਣ ਨਾ ਮੈਨੂੰ ਥੋੜਾ ਪਛਤਾਵਾ ਵੀ ਹੋ ਰਿਹਾ। ਓਹੋ, ਜੋ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਮੈਨੂੰ ਆਏ ਦੱਸੋ ਕਿ ਰਿਬਨ ਕਟਾਈ ਵੇਲੇ ਟੀਕਾ ਕਿੰਨੇ ਦਾ ਲਾਉਣਾ ਹੈ। ਗੱਲ ਸੁਣੋ, ਇਹੋ ਜੇ ਲੇਟ ਲਤੀਫਾਂ ਦਾ 11,000 ਤਾਂ ਬਣਦਾ ਹੀ ਆ। ਮੁੰਡੇ ਵਾਲੇ ਨਾ ਇੰਨੇ ਕੱਚੇ ਨਹੀਂ ਹੁੰਦੇ, ਜਨਾਨੀਆਂ ਸੂਟ ਲੈਣ ਵੇਲੇ ਉਹਨੇ ਪਾਣੀ ਤੋੜਦੀਆਂ ਜਿੰਨੇ ਇਹ ਰਿਬਨ ਕਟਾਈ ਵੇਲੇ ਤੋੜਦੇ ਨੇ। ਨਾਲੇ ਜੇ 11 ਲੈਣਾ ਨਾ ਤਾਂ 21 ਮੰਗੋ। ਇਹ ਠੀਕ ਹੈ, 21 ਕਵਾਂਗੇ ਤੇ 11 ਦੇਣਗੇ, ਤੇ 11 ਤੋਂ 1 ਰੁਪਿਆ ਘੱਟ ਨਹੀਂ। ਮੇਰੇ ਘਰ ਵਾਲਾ ਨਾ ਬਾਲਾ ਭੋਲਾ ਜਿਹਾ ਵਿਚਾਰਾ, ਉਹਨੂੰ ਜ਼ਿਆਦਾ ਤੰਗ ਨਾ ਕਰਿਓ। ਹੁਣ ਤੋਂ ਹੀ ਕੁੜੀਓ, ਆ ਜਾ ਦੀ ਬਰਾਤ ਆ ਗਈ। ਲਿਆਵੇ ਮੁੰਡੇ, ਇਹਨਾਂ ਨੂੰ ਫੜਾ ਨੋਟਾਂ ਦੀ ਗੁੱਟੀ। ਮੈਂ ਆਪੇ ਮੰਗ ਲੂ। ਚੱਲ ਠੀਕ ਹੈ। ਕੀ ਹੋਇਆ ਤੈਨੂੰ? ਇਹ ਉਹੀ ਮੁੰਡਾ ਬੱਸ ਵਾਲਾ। ਓਹੋ, ਤੈਨੂੰ ਥੋੜੀ ਨਾ ਜਾਣਦਾ। ਇਹ ਵੀ ਗੱਲ ਸਹੀ ਹੈ, ਮੈਨੂੰ ਕਿਹੜਾ ਜਾਣਦਾ, ਨਾਲੇ ਮੈਂ ਕਿਹੜਾ ਕਿਸ ਤੋਂ ਡਰਦੀ ਆ। ਲਓ ਜੀ, ਅੱਗੇ ਪੰਜਾਬ ਦੀ ਟੋਲ ਪਲਾਜ਼ਾ ਘਾਟਿਆ, ਇਹ ਤੁਸੀਂ ਲਾ ਕੇ ਖੜ ਗਏ ਹੋ। ਇਹ ਕੋਈ ਮਾਮੂਲੀ ਟੋਲ ਪਲਾਜ਼ਾ ਨਹੀਂ, ਸਾਲੀਆਂ ਦਾ ਟੋਲ ਪਲਾਜ਼ਾ ਹੈ, ਤੇ ਪਰਚੀ ਵੀ ਪੂਰੀ 21,000 ਦੀ ਲੱਗੂਗੀ। ਹਾਂ, 21,000? ਉਹ ਇੰਨੇ ਪੈਸੇ ਤਾਂ ਸਾਰੇ ਵਿਆਹ ਤੇ ਨਹੀਂ ਖਰਚਣੇ। ਓ ਹੈਲੋ, ਲਾਈਫ ਟਾਈਮ ਵੈਲਿਡਿਟੀ ਵੀ ਤੇ ਮਿਲ ਰਹੀ ਹੈ, ਜਦ ਮਰਜ਼ੀ ਆਓ ਤੇ ਜਦ ਮਰਜ਼ੀ ਜਾਓ। ਨਹੀਂ ਜੀ, ਤੁਸੀਂ ਲਾਈਫ ਟਾਈਮ ਰਹਿਣੀ ਦਿਓ, ਅਪ ਡਾਊਨ ਹੀ ਕੱਟ ਦਿਓ। ਆ ਫੜੋ 2100 ਰੁਪਇਆ। ਹੈ ਹੈ, ਕਿੱਥੇ 21,000 ਤੇ ਕਿੱਥੇ 2100? ਗੱਲ ਨਹੀਂ ਬਣੀ।
ਗੱਲ ਹੀ ਤਾਂ ਸਾਤੋਂ ਬਣਦੀ ਨਹੀਂ ਜੀ। ਇਸੇ ਕਰਕੇ ਲੋਕ ਸਾਨੂੰ ਬਿਨਾਂ ਗੱਲ ਤੋਂ ਬਦਤਮੀਜ਼, ਬੇਵਕੂਫ, ਪਤਾ ਨਹੀਂ ਕੀ ਕੀ ਬੋਲ ਦਿੰਦੇ ਨੇ। ਤੁਸੀਂ ਆ ਫੜੋ, ਕੱਟੋ ਰਿਬਨ ਤੇ ਜਾਓ ਅੰਦਰ। ਆ ਹੀ ਨਾ ਗੱਲ ਫੜ ਮਾਰ ਗਿਆ ਜੀ। ਓਏ ਠੰਡੇ ਦਾ ਗਲਾਸ ਫੜੀ। ਕੀ ਕਿਹਾ? ਜੀ ਆਖ ਕਰਦਾ ਸੀ ਤੂੰ ਨਾ ਮਜ਼ਾਕ ਕਰਨ ਤੋਂ ਬਾਅਦ ਆ ਜਾਏਗਾ। ਉਧਰ ਸ਼ਹਿਰੇ ਰਿਸ਼ਤੇਦਾਰ ਆ ਗਿਆ। ਹੋ ਗਿਆ ਸਮਾਨ ਪਾਤਾ ਸੀ ਨਾ, ਚੰਗੀ ਤਰ੍ਹਾਂ ਚੈੱਕ ਕਰ ਲਿਆ ਸੀ ਨਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਜੀ? ਹੋਰ ਸਾਰੇ ਪ੍ਰਬੰਧ ਠੀਕ ਨੇ ਨਾ ਜੀ? ਅਰੇ ਵਾਹ ਜੀ ਵਾਹ, ਕੀ ਬਾਤ ਹੈ, ਇੰਨੀ ਥੋੜੀ ਦੇਰ ਚ ਇੰਨਾ ਵਧੀਆ ਅਰੇਂਜਮੈਂਟ ਕਮਾਲ ਕਰ ਦਿੱਤੀ। ਕੁਛ ਵੀ ਨਹੀਂ ਜੀ, ਕੀ ਦੱਸਾਂ ਜੀ, ਮੈਂ ਤਾਂ ਮੂੰਹ ਨੇਰੇ 6 ਵਜੇ ਤੁਰ ਪਿਆ ਸੀ ਕਿ ਜਾ ਕੇ ਤੁਹਾਡੇ ਨਾਲ ਤਿਆਰੀ ਕਰਾਂ, ਪਰ ਕੀ ਕਰਾਂ, ਰਾਤ ਗੱਡੀ ਖਰਾਬ ਹੋ ਗਈ, 10 ਵਜੇ ਮਿਸਤਰੀ ਮਿਲਿਆ ਤਾਂ ਲੇਟ ਹੋ ਗਏ। ਗੱਲ ਸੁਣੋ, ਇੱਥੇ ਵੀ ਐਡੀ ਐਡੀ ਗੱਪ ਰੇੜੀ ਜਾਂਦੇ ਹੋ। ਕੀ ਕਿਹਾ ਜੀ? ਕੁਛ ਨਹੀਂ ਜੀ, ਕੁਛ ਨਹੀਂ, ਇਹਨਾਂ ਵਾਂਗੂ ਇਹਨੂੰ ਵੀ ਮਜ਼ਾਕ ਕਰਨ ਦੀ ਆਦਤ ਹੈਗੀ ਆ। ਭਾਈ ਸਾਹਿਬ ਇੱਕ ਬੇਨਤੀ ਕਰਾਂ। ਹੁਕਮ ਕਰੋ ਜੀ। ਇਹ ਜਿਹੜੇ ਪਿੱਛੇ ਸਰਦਾਰ ਜੀ ਬੈਠੇ ਨਾ ਭਾਰੇ ਜੇ, ਮੁੱਛਾਂ ਤਾਂ ਨੂੰ ਚੱਕ ਕੇ, ਇਹ ਸਾਡੇ ਪ੍ਰਾਹੁਣਾ ਸਾਹਿਬ ਆ, ਇਹਨਾਂ ਦਾ ਜ਼ਰਾ ਖਿਆਲ ਰੱਖਿਓ, ਗੁੱਸੇ ਹੋ ਜਾਂਦੇ ਨੇ। ਤੁਸੀਂ ਬੇਫਿਕਰ ਹੋ ਜਾਓ, ਇਹ ਹੈ ਡਿਊਟੀ ਮੇਰੀ, ਇਹਨਾਂ ਦੀ ਤਾਂ ਮੈਂ ਇੰਨੀ ਸੇਵਾ ਕਰੂੰ, ਇੰਨੀ ਸੇਵਾ ਕਰੂੰ, ਗਦ ਗਦ ਹੋ ਉੱਠਣਗੇ। ਕੀ ਬਾਤ ਹੈ ਜੀ, ਕੀ ਬਾਤ ਹੈ, ਦੇਖੋ ਆਓ ਜੀ, ਆਓ ਜਿਹੜਾ ਰੈਡ ਕੋਟ ਪੈਂਟ ਵਾਲਾ ਬੈਠਾ ਨਾ, ਓਹਨੂੰ ਦੇ ਦੀ। ਗੁਰਪੇਜ ਨੱਕ ਤੇ ਗੁੱਸਾ, ਅੱਖ ਚ ਰੋਬ, ਮੂੰਹ ਚੋਂ ਗੱਲਾਂ ਨਹੀਂ, ਗੋਲੀਆਂ ਚੱਲਣਗੀਆਂ ਪੁੱਤ। ਉਹ ਰਹਿਣ ਦੇ ਰਹਿਣ ਦੇ, ਮੈਨੂੰ ਤਾਂ ਬਰਫੀ ਵੀ ਫਰਨੈਲ ਦੀਆਂ ਗੋਲੀਆਂ ਲੱਗਦੀਆਂ। ਉਹ ਚੁੱਪ ਕਰੋ, ਤੇਰੇ ਵਾਲੀ ਦੀ ਗੱਲ ਨਹੀਂ ਕਰਦੇ। ਚੰਗਾ ਤੂੰ ਕਰਾ ਫੋਟੋ ਸ਼ੂਟ, ਅਸੀਂ ਖਾ ਪੀ ਕੇ ਆਉਂਦੇ ਹਾਂ। ਚੱਲ ਫੜ ਯਾਰ। ਚੱਲ ਠੀਕ ਹੈ, ਚਲੋ ਚਲੋ ਚੱਲ। ਲਓ ਬਰਫੀ ਖਾਓ। ਚਲੋ ਮੈਂ ਹੀ ਖਵਾ ਦਿੰਦਾ, ਮੈਂ ਆਪ ਹੀ ਖਾ ਲੈਂਦਾ। ਆਜਾ ਆਜਾ, ਇਹ ਕੀ ਆ? ਟਿੱਕੀ ਆ ਜੀ, ਖਾਓਗੇ? ਲੈ ਫੜ, ਫੇਵਰੇਟ ਤੇਰੀ। ਦੇਖੀ ਚੱਲ ਹੁਣ ਤੂੰ। ਗੱਲ ਹੈ, ਕੁਝ ਜ਼ਿਆਦਾ ਨਹੀਂ ਹੋ ਜਾਏਗਾ? ਰੀਬਨ ਕਟਾਉਣ ਵੇਲੇ ਤਾਂ ਬੜਾ ਬੋਲਦੇ ਸੀ, ਹੁਣ ਦੇਖੀ ਕਿਵੇਂ ਇਹਨਾਂ ਦੀ ਜ਼ੁਬਾਨ ਬੰਦ ਹੁੰਦੀ ਹੈ। ਹਾਏ ਰੱਬਾ, ਇਹਨਾਂ ਨੂੰ ਮਿਰਚਾਂ ਨਾਲ ਕੁਛ ਹੋ ਕਿਉਂ ਨਹੀਂ ਰਿਹਾ, ਇਹ ਤਾਂ ਖਾਈ ਜਾਂਦੇ ਆ। ਓ ਵੇਟਰ, ਐ ਕਰ, ਆ ਜਿਹੜੀ ਟਿੱਕੀ ਆ ਨਾ, ਓ ਜਿਹੜਾ ਗੋਲ ਮਟੋਲ ਫੁੱਫੜ ਬੈਠਾ, ਉਹਨੂੰ ਫੜਾ ਕੇ ਆ ਜਾ ਕੇ। ਕੀ ਕਰਤਾ ਕੰਜਰ ਨੇ, ਉਹ ਕਿਉਂ ਮਾਰੀ ਜਾਂਦੇ ਵਿਚਾਰੇ ਨੂੰ? ਇਹਨੇ ਸਪੈਸ਼ਲ ਕਹਿ ਕੇ ਟਿੱਕੀਆਂ ਖਵਾਤੀਆਂ ਮੈਨੂੰ, ਮਰਚਾਂ ਵਾਲੀਆਂ। ਨਹੀਂ ਕਸੂਰ ਜੀ, ਇਹ ਤਾਂ ਪੇਂਟਰ ਦਾ ਕਸੂਰ ਆ। ਉਹ ਤਾਂ ਜੀ ਮੈਂ ਉਹਨਾਂ ਮੈਨੂੰ ਲੱਗਦਾ ਜੀ ਮੈਥੋਂ ਮਜ਼ਾਕ ਹੋ ਗਿਆ। ਨਾ ਮਜ਼ਾਕ ਨੂੰ ਫੁੱਫੜ ਤੇਰੀ ਸਾਲੀ ਲੱਗਦੀ। ਇਹ ਸਾਡੇ ਘਰ ਦੇ ਮੁੱਖ ਮਹਿਮਾਨ ਹੈ, ਸਾਡੇ ਘਰ ਦੀ ਸ਼ਾਨ ਹੈ। ਛੱਡੋ ਯਾਰ,
ਨਾਲੇ ਮਾਫੀ ਮੰਗ ਫੁੱਫੜ ਤੋਂ ਤੇ ਨਾਲੇ ਬਰਫੀ ਖਵਾ। ਲਓ ਜੀ ਲਓ 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 ਲੈ ਵੀ ਮੰਨ ਗਿਆ ਫੁੱਫੜ ਹੈ। ਮਾਫ ਕਰ ਦਿਓ ਫੁੱਫੜ ਜੀ ਮੈਨੂੰ ਮਾਫ ਕਰ ਦਿਓ। ਅੱਛਾ ਬਸ ਕਰ ਬਰਫੀ ਨਾ ਮੂੰਹ ਭਰਤਾ। ਓ ਕੋਈ ਨਹੀਂ ਫੁੱਫੜ ਜੀ ਕਰਤਾ ਨਾ ਮਾਫ। ਆਓ 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 ਚੱਲੀਏ। ਠੀਕ ਕਿੱਥੇ ਹੋ ਖੜੀ ਖੜੀ ਇੱਕ ਗੱਲ ਤੂੰ ਸੁਣੀ ਨਾਲ ਮੇਰੇ ਬੈਠ ਇੱਕ ਸੁਪਨਾ ਬੁਣੀ। ਖੜੀ 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 ਇੱਕ ਗੱਲ ਤੂੰ ਸੁਣੀ ਨਾਲ ਮੇਰੇ ਬੈਠ ਇੱਕ ਸੁਪਨਾ ਬੁਣੀ। ਸੁਪਨੇ ਚ ਤੈਨੂੰ ਆਉਣਗੇ ਖਿਆਲ ਨੀ ਹੋਏ ਟੋਲੀ ਵਿੱਚ ਬੈਠੀ ਐ ਤੂੰ ਮੇਰੇ ਨਾਲ ਨੀ। ਸਾਰੀ ਸਾਡੀ ਫੈਮਿਲੀ ਸੁਭਾਅ ਦੀ ਚੰਗੀ ਐ ਸਾਰੀ ਸਾਡੀ ਫੈਮਿਲੀ ਸੁਭਾਅ ਦੀ ਚੰਗੀ ਐ। ਰਲ ਜਾਣਾ ਤੂੰ ਵੀ ਦੇਖੀ ਝੱਟ ਬੱਲੀ ਐ ਹੋ ਜਿੰਨਾ ਤੈਨੂੰ ਹੋ ਜਿੰਨਾ ਤੈਨੂੰ ਜਿੰਨਾ ਤੈਨੂੰ ਖੁਸ਼ ਮਾਪਿਆਂ ਨੇ ਰੱਖਿਆ ਉਹ ਤੋਂ ਖੁਸ਼ ਰੱਖੂ ਸਹੁਰਿਆਂ ਚ ਜੱਟ ਬੱਲੀਏ। ਜਿੰਨਾ ਤੈਨੂੰ ਖੁਸ਼ ਮਾਪਿਆਂ ਨੇ ਰੱਖਿਆ ਉਹ ਤੋਂ ਖੁਸ਼ ਰੱਖੂ ਸਹੁਰਿਆਂ ਚ ਜੱਟ ਬੱਲੀਏ। ਕੱਲਾ ਕੱਲਾ ਸ਼ੌਕ ਤੇਰਾ ਪੂਰ ਰੱਖਣਾ ਨੀ ਤੇਰੇ ਕੋਲੋਂ ਹਰ ਦੁੱਖ ਦੂਰ ਰੱਖਣਾ ਹੋ ਕੱਲਾ ਕੱਲਾ ਸ਼ੌਕ ਤੇਰਾ ਪੂਰ ਰੱਖਣਾ ਤੇਰੇ ਕੋਲੋਂ ਹਰ ਦੁੱਖ ਦੂਰ ਰੱਖਣਾ। ਚਿਰਾਂ ਤੋਂ ਸੀ ਬੇਬੇ ਇੰਤਜ਼ਾਰ ਕਰਦੀ ਹੋਏ ਗੱਲਾਂ ਗੱਲਾਂ ਵਿੱਚ ਇਜ਼ਹਾਰ ਕਰਦੀ। ਨੂੰ ਮੇਰੀ ਅੰਬਰਾਂ ਦਾ ਤਾਰਾ ਲੱਗੂਗੀ ਨੂੰ ਮੇਰੀ ਅੰਬਰਾਂ ਦਾ ਤਾਰਾ ਲੱਗੂਗੀ ਤੇ ਪੁੱਤ ਕਿਹੜਾ ਚੰਨ ਨਾਲੋਂ ਘੱਟ ਬੱਲੀਏ। ਜਿੰਨਾ ਤੈਨੂੰ ਖੁਸ਼ ਮਾਪਿਆਂ ਨੇ ਰੱਖਿਆ ਉਹ ਤੋਂ ਖੁਸ਼ ਰੱਖੂ ਸਹੁਰਿਆਂ ਚ ਜੱਟ ਬੱਲੀਏ। ਜਿੰਨਾ ਤੈਨੂੰ ਖੁਸ਼ ਮਾਪਿਆਂ ਨੇ ਰੱਖਿਆ ਉਹ ਤੋਂ ਖੁਸ਼ ਰੱਖੂ ਸਹੁਰਿਆਂ ਚ ਜੱਟ ਬੱਲੀਏ। ਪਲ ਪਲ ਨਾਲ ਤੇਰੇ ਘੁੰਮਿਆ ਕਰੂੰ ਨੀ ਖੁਸ਼ੀ ਵਿੱਚ ਮੁੱਖ ਤੇਰਾ ਚੁੰਮਿਆ ਕਰੂੰ ਹੋਏ ਪਲ ਪਲ ਨਾਲ ਤੇਰੇ ਘੁੰਮਿਆ ਕਰੂੰ ਖੁਸ਼ੀ ਵਿੱਚ ਮੁੱਖ ਤੇਰਾ ਚੁੰਮਿਆ ਕਰੂੰ। ਕਰੋ ਤੁਸੀਂ ਵਾਦਾ ਕਰੋਗੇ ਨਾ ਫਾਈਟ ਜੀ ਮੈਂ ਵੀ ਪਿਆਰ ਨਾਲ ਕਿਹਾ ਕਰੂੰ ਗੁੱਡ ਨਾਈਟ ਜੀ। ਸੱਜਰੀ ਸਵੇਰ ਜੇ ਹਾਂ ਮੁੱਖ ਤੱਕ ਕੇ ਸੱਜਰੀ ਸਵੇਰ ਜੇ ਹਾਂ ਮੁੱਖ ਤੱਕ ਕੇ ਦਿਨ ਬੜਾ ਲੰਘਣਾ ਏ ਅੱਤ ਵੱਲੀਏ। ਜਿੰਨਾ ਤੈਨੂੰ ਖੁਸ਼ ਮਾਪਿਆਂ ਨੇ ਰੱਖਿਆ ਉਹ ਤੋਂ ਖੁਸ਼ ਰੱਖੂ ਸਹੁਰਿਆਂ ਚ ਜੱਟ ਬੱਲੀਏ। ਜਿੰਨਾ ਤੈਨੂੰ ਖੁਸ਼ ਮਾਪਿਆਂ ਨੇ ਰੱਖਿਆ ਉਹ ਤੋਂ ਖੁਸ਼ ਰੱਖੂ ਸਹੁਰਿਆਂ ਚ ਜੱਟ ਬੱਲੀਏ। ਵਾਹਿਗੁਰੂ 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 ਵਾਹਿਗੁਰੂ। ਓਹੋ ਵਿੱਚ ਵੜਦਾ ਆਉਂਦਾ ਹੈ ਪਿੱਛੋਂ ਕਿ ਤਰ ਲਾਵਾ ਲੈਣ ਲੱਗੇ ਅੱਗੇ ਲੱਗਿਆ ਸੀ ਉਸ ਤੋਂ ਬਾਅਦ ਉਹ ਪਿੱਛੇ ਲੱਗੀ। ਓਏ ਆਉਣਾ ਉਹਨੇ ਮੱਖਣਾ ਤੂੰ ਕਿੱਥੇ ਚੱਲਿਆ? ਓ ਭਾਬੋ ਬੇਬੇ ਸਵੇਰ ਦੀ ਔਖੇ ਔਖੇ ਸਾਹ ਲਈ ਜਾਂਦੀ ਏ ਆ ਡਾਕਟਰਾਂ ਲਈ ਚੱਲਿਆ। ਵੇ ਸਵੇਰ ਦਾ ਤਾਂ ਭਾਈ ਮੈਨੂੰ ਪਤਾ ਨਹੀਂ ਜਿੱਦਾਂ ਦੀ ਆ ਤੇਰੀ ਚੂੜੇ ਵਾਲੀ ਆਈ ਏ ਨਾ ਕਦੇ ਸੁੱਖ ਦਾ ਸਾਹ ਲਿਆ ਬੇਬੇ ਨੇ? ਤੇਰੀ ਬੁੜੀ ਨੇ ਭਾਈ ਤੇਰੇ ਨਾਲ ਤਾਂ ਪਤਾ ਨਹੀਂ ਕੋਈ ਗੱਲ ਕਦੇ ਕਰੀ ਹੈ ਕਿ ਨਹੀਂ। ਮੇਰੇ ਨਾਲ ਤਾਂ ਵਿਚਾਰੀ ਸਾਰਾ ਢਿੱਡ ਫਰੋਲ ਲੈਂਦੀ ਹੈ ਨਾ ਹੁਣ ਸੋਚੀ ਕੀ ਜਾਣਾ ਹੈ। ਜਾ ਡਾਕਟਰ ਨੂੰ ਸੱਦ ਲਿਆ ਕਰੇ।
ਠੀਕ ਹੈ ਅਰੇ ਐ ਕਰੀ ਆ ਬਹੂ ਨੂੰ ਖਿੱਚ ਕੇ ਰੱਖੀ ਬੁੜੀ ਤਾਂ ਤੇਰੀ ਘੋੜੇ ਵਰਗੀ ਹੋ ਜੂ ਬੁੜੀ ਦਾ ਤਾਂ ਪਤਾ ਨਹੀਂ ਪਰ ਜਿਹੜੀ ਇਹਨੂੰ ਤੂੰ ਲਾਤੀ ਨਾ ਜਾ ਕੇ ਜਨਾਨੀ ਮੂਹਰੇ ਸ਼ੇਰ ਬਣੂ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਜੀ ਚੱਲ ਵੇ ਲੱਗ ਅੱਗੇ ਮੈਨੂੰ ਤਾਂ ਨਾ ਹਜੇ ਤੱਕ ਇਹ ਸਮਝ ਨਹੀਂ ਆਈ ਵੀ ਭਾਬੋ ਸਾਡੇ ਨਾਲ ਕਾਹਦਾ ਵੱਟ ਰੱਖਦੀ ਹੈ ਅਮਿੰਦਰ ਕੌਰੇ ਭਾਬੋ ਦਾ ਸੁਭਾਅ ਹੀ ਇਹੋ ਜਿਹਾ ਚੱਲ ਚੱਲੀਏ ਆਪਾਂ ਵੇਖ ਲੈ ਦੋਵੇਂ ਇੱਕੋ ਪਰਿਵਾਰ ਦੇ ਜੀ ਹੈ ਕਿੰਨਾ ਫਰਕ ਹੈ ਦੋਵਾਂ ਭਰਾਵਾਂ 'ਚ ਕੋਈ ਕਹਿ ਦੂ ਵੀ ਦੋਵੇਂ ਸਕੇ ਭਰਾ ਹੈ ਉਹ ਫਰਕ ਤਾਂ ਹੋਣਾ ਹੀ ਸੀ ਨਾਜਰ ਸੋ ਜਨਾਨੀ ਦੇ ਥੱਲੇ ਲੱਗਿਆ ਤੇ ਕਰਮ ਸਿੰਘ ਉੱਤੇ ਵਾਲੇ ਦੇ ਲੜ ਧੀ ਜਵਾਈ ਵੀ ਉੱਪਰ ਵਾਲੇ ਨੇ ਖੋਲੇ ਫੇਰ ਵੀ ਉਸ ਰੱਬ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਤੇ ਭਾਬੋ ਨੂੰ ਇਹੋ ਸ਼ਿਕਵਾ ਹੈ ਵੀ ਉਹਦੇ ਮੁੰਡੇ ਸ਼ਾਨੇ ਦੀ ਭਾਨੀ ਕਰਮ ਸਿੰਘ ਮਾਰਦਾ ਤੇ ਕਮਲੀ ਇਹ ਨਹੀਂ ਸੋਚਦੀ ਵੀ ਲੱਛਣ ਮੁੰਡੇ ਦੇ ਮਾੜੇ ਆ ਵਾਵਾ ਨਿਗਰੇ ਪੰਜ ਸੱਤ ਦਿਨ ਤੇ ਸ਼ਾਨਿਆਂ ਅੰਤਰੇ ਬੰਨੇ ਐਵੇਂ ਬੇਬੇ ਨੇ ਸਾਂਭ ਸਾਂਭ ਰੱਖੀ ਸੰਦੂਖੜੀ ਚ ਪਿੱਤਲ ਕੌਣ ਵਰਤਦਾ ਅੱਜ ਕੱਲ੍ਹ ਚੱਲ ਹਾਂ ਭਾਗਾਂ ਵਾਲੀਏ ਤੈਨੂੰ ਲਾਵਾਂ ਬੰਨੇ ਕਾਟੀ ਓਏ ਓਏ ਕਾਟੀ ਓਏ ਫੜ ਆਪਣੀ ਮਾਂ ਮਾਂ ਯਾਰ ਭਾਰੀ ਬਹੁਤ ਗੁੱਬਰ ਸਿੰਘ ਆ ਗਿਆ ਭਾਚੜਾ ਉਹ ਠੀਕ ਆ ਠੀਕ ਆ ਨਾਮੇ ਕਵਾੜੀਏ ਕੋਲੇ ਆ ਜੀ ਤੂੰ ਆ ਗਿਆ ਬੇਬੇ ਮੈਂ ਪਤਾ ਕੀ ਕਰੀ ਜਾਣਾ ਉਹ ਬੇਬੇ ਬਿਸਤਰਾ ਲਾਉਣ ਚੜਿਆ ਮੈਂ ਹੱਥ ਤੁਪੇ ਰੰਗ ਨਾ ਉੜ ਜੇ ਦਾ ਨਹੀਂ ਮਾਂ ਸਦਕੇ ਕਿਤੇ ਤੇਰਾ ਰੰਗ ਨਾ ਉੱਡ ਜਾ ਧੁੱਪ ਚ ਨਾਲੇ ਪੁੱਤ ਤੈਨੂੰ ਕੀ ਲੋੜ ਪਈ ਆ ਨਾ ਕਦੇ ਵਾਸਤੇ ਵਿਹਲਾ ਆਹੋ ਮੈਂ ਤਾਂ ਵਿਹਲਾ ਇਹਨੇ ਡਿਊਟੀ ਤੇ ਜਾਣਾ ਹੈ ਉਹ ਜਿੰਨਾ ਡਿਊਟੀ ਤੇ ਜਾਣਾ ਉਹ ਗਏ ਤੂੰ ਚੁੱਪ ਕਰ ਜਾਣਦੀ ਆ ਮੈਂ ਕਿਹੜੇ ਸਟੇਸ਼ਨ ਤੋਂ ਬੋਲਦਾ ਤੂੰ ਦਿਖਾ ਦੂੰਗੀ ਤੇਰੀ ਡਿਊਟੀ ਵਾਲੇ ਕੀ ਚੰਨ ਚੜਾਉਂਦੇ ਆ ਚੱਲ ਆ ਜਾ ਬਾਈ ਛੋਟੂ ਆ ਜਾ ਤੇਰਾ ਸਕੂਲ ਦਾ ਟਾਈਮ ਹੋ ਗਿਆ ਚਲੋ ਬਾਈ ਚਲੋ ਫਿਰ ਕੋਈ ਨਵੀਂ ਗੱਪ ਲੋੜੋਗੇ ਅੰਦਰ ਜਾਓ ਤੇ ਟੈਂਟਾਂ ਵਾਲੇ ਦੇ ਭਾਂਡੇ ਗਿਣੋ ਉਹ ਮੈਂ ਨਹੀਂ ਕਹਿੰਦਾ ਤੁਹਾਡੇ ਭਾਂਡੇ ਭਾਂਡਿਆਂ 'ਚ ਵੱਜਣਗੇ ਗੱਪ ਤੇ ਭਾਂਡੇ ਹੋ ਜਾਣਗੇ ਚਿੱਬੇ ਮੁੜ ਕੇ ਪਛਾਣਦੇ ਫਿਰੂੰਗੇ ਕਿ ਘਰ ਦੇ ਭਾਂਡੇ ਕਿਹੜੇ ਆ ਤੇ ਟੈਂਟ ਦੇ ਕਿਹੜੇ ਉਹ ਵਧੀਆ ਹੋਇਆ ਬਾਪੂ ਤੂੰ ਪਹਿਲਾਂ ਹੀ ਦੱਸਤਾ ਇੰਨਾ ਤਾਂ ਭਾਂਡਿਆਂ ਦਾ ਕਿਰਾਇਆ ਨਹੀਂ ਬਣਨਾ ਸੀ ਜਿੰਨਾ ਤੂੰ ਭਾਂਡਿਆਂ ਦੇ ਚਿੱਬ ਘੜਾਉਣ ਤੇ ਖਰਚਾ ਕਰਾ ਦੇਣਾ ਸੀ ਸੋਜੇ ਮੇਰੇ ਹੀ ਵੱਟ ਕੱਢ ਗਏ ਇਹਦੇ ਪਤਾ ਨਹੀਂ ਕੀ ਆਪਣੇ ਆਪ ਮਨਜੋਤ ਆ ਤੇਰੇ ਵਾਲੇ ਕੰਮ ਦਾ ਵੀ ਨੀਂਹ ਪੱਥਰ ਰੱਖਤਾ ਆ ਮਸਾਂ ਮਨਾਇਆ ਤੇਰੀ ਭਰਜਾਈ ਨੂੰ ਵਿਚੋਲਗਿਰੀ ਵਾਸਤੇ ਸੱਚੀ ਆ 3-4 ਕਿਲੋਮੀਟਰ ਦੂਰ ਜੰਡੋਲੀ ਪਿੰਡ ਹੈ ਉਹ ਡਿਸਪੈਂਸਰੀ 'ਚ ਹੈ ਉੱਥੇ ਪਹੁੰਚ ਉਹ ਯਾਰ ਡਿਸਪੈਂਸਰੀ ਜਾ ਕੇ ਉਹਨੂੰ ਉਦਘਾਟਨ ਕਰਨਾ ਨਾਲੇ ਬਿਨਾਂ ਕੰਮ ਤੋਂ ਜਾਂਦਾ ਚੰਗਾ ਲੱਗਦਾ ਉਹ ਬਿਨਾਂ ਕੰਮ ਤੋਂ ਇੱਥੇ ਰਹਿੰਦਾ ਵੀ ਤਾਂ ਚੰਗਾ ਨਹੀਂ ਸੀ ਲੱਗਦਾ ਪਰ ਰਹਿ ਪਿਆ ਨਾ ਉਹ ਭਰਾਵਾ ਗੁੱਸਾ ਹੀ ਨਾ ਕਰ ਜੀ ਤੇਰੇ ਜਾਣ ਦਾ ਪ੍ਰਬੰਧ ਕਰਦਾ 2 ਮਿੰਟ ਖੜ ਓਏ ਬੇਬੇ ਨੂੰ ਚੱਕਰ ਆ ਗਏ ਆ ਜਾ ਦਾਸ਼ੀ ਆ ਚੱਕਰ ਆ ਕੁਰਸੀ ਨੂੰ ਹੱਥ ਪਾ ਆ ਚੱਕਰ ਸ਼ਾਬਾਸ਼ ਕੀ ਹੋ ਗਿਆ ਬੇਬੇ ਨੂੰ ਬੇਬੇ ਨੂੰ ਕੀ ਹੋ ਗਿਆ ਓ ਫਟਾਫਟ ਬੇਬੇ ਨੂੰ ਡਾਕਟਰ ਕੋਲ ਲੈ ਜਾਓ ਆ ਮੈਨੂੰ ਲੱਗਦਾ ਆ ਬੇਬੇ ਨੂੰ ਬੇਆਰਾਮੀ ਨਾਲ ਹੋ ਗਿਆ
ਅੱਗੇ ਹੋ ਓਏ ਮੇਰੇ ਹੁੰਦੇ ਬੇਬੇ ਨੂੰ ਕੁੜੀ ਨਾ ਓਏ ਸੁਣੋ ਬੇਬੇ ਦੇ ਟੀਕਾ ਨਾ ਲਵਾਇਆ ਓਏ ਟੀਕੇ ਨੂੰ ਦੇਖ ਕੇ ਬੇਬੇ ਭੂਸਰ ਜਾਂਦੀ ਆ ਐਕਸੀਡੈਂਟ ਹੋ ਹੀ ਜਾਂਦਾ ਜਦੋਂ ਧਿਆਨ ਦੂਜੇ ਪਾਸੇ ਹੋਵੇ ਵੈਸੇ ਨਾ ਮੈਨੂੰ ਤੇਰੇ ਲੱਛਣ ਠੀਕ ਨਹੀਂ ਲੱਗਦੇ ਇਹ ਹੁਣ ਇੱਥੇ ਵੀ ਆ ਗਿਆ ਮੈਂ ਤੋੜੀ ਨਾ ਬੁਲਾਇਆ ਮੈਨੂੰ ਕੀ ਪਤਾ ਕਿਉਂ ਆਇਆ ਉਹ ਨਾਲੇ ਉਹਦੀ ਬੇਬੇ ਬਿਮਾਰ ਹੈ ਨਾ ਤਾਂ ਆਇਆ ਮੈਨੂੰ ਪਤਾ ਹੀ ਆ ਉਹਦੀ ਬੇਬੇ ਕਿੰਨੀ ਕੁ ਬਿਮਾਰ ਹੈ ਬਲੱਡ ਪ੍ਰੈਸ਼ਰ ਨਾਲ ਮਾੜਾ ਜਿਹਾ ਚੱਕਰ ਹੀ ਆਇਆ ਨਾਲੇ ਮੈਨੂੰ ਨਾ ਇਹਦੀ ਬੇਬੇ ਨਾਲੋਂ ਇਹਦਾ ਚਿੱਤ ਜ਼ਿਆਦਾ ਘੁੰਮੋ ਹੁੰਦਾ ਲੱਗਦਾ ਵੈਸੇ ਤੂੰ ਚੁੱਪ ਹੋਣ ਦਾ ਕੀ ਲੈਂਗੀ ਹੁਣ ਹਾਂਜੀ ਕੀ ਹੋਇਆ ਜੀ ਬੇਬੇ ਨੂੰ ਕੋਈ ਫਿਕਰ ਵਾਲੀ ਗੱਲ ਤਾਂ ਨਹੀਂ ਫਿਕਰ ਤਾਂ ਕੁੜੇ ਹੁਣ ਮੈਨੂੰ ਤੇਰੀ ਹੋਈ ਪਈ ਹੈ ਤੂੰ ਉੱਧਰ ਜਾ ਕੇ ਦਵਾਈ ਦੇਂਗੀ ਚਿਪਿਆ ਖੜਾ ਨਾਲ ਜੀ ਤੁਸੀਂ ਫਿਕਰ ਨਾ ਕਰੋ ਬੇਬੇ ਬਿਲਕੁਲ ਠੀਕ ਹੈ ਤੇ ਜੇ ਫਿਰ ਵੀ ਪ੍ਰੋਬਲਮ ਆਏ ਤੇ ਮੈਂ ਟੈਸਟ ਲਿਖ ਦਿੱਤੇ ਨੇ ਤੁਸੀਂ ਉਹ ਕਰਾ ਲਿਓ ਬਾਪੂ ਜੀ ਟੀਕਾ ਤਾਂ ਮੈਂ ਲਾ ਦਿੰਦੀ ਹਾਂ ਪਰ ਤੁਸੀਂ ਨਾ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰਿਆ ਕਰੋ ਮੈਨੂੰ ਲੱਗਦਾ ਬਾਪੂ ਕੁਛ ਖਾਂਦਾ ਹੀ ਨਹੀਂ ਆ ਦਵਾਈ ਲੈ ਕੇ ਹੁਣ ਤੁਸੀਂ ਘਰ ਜਾ ਸਕਦੇ ਹੋ ਤੇ ਨਾਲ ਨਾ ਦਵਾਈ ਨਾ ਪੂਰੇ ਟਾਈਮ ਤੇ ਦੇ ਦਿਓ ਬਾਪੂ ਜੀ ਠੀਕ ਹੋ ਜਾਓਗੇ ਤੁਸੀਂ ਫਿਕਰ ਨਾ ਕਰੋ ਤੁਸੀਂ ਜਾਂ ਕੁਰਸੀ ਲਿਆਓ ਆ ਜਾ ਬੇਬੇ ਆ ਲਾ ਬੇਬੇ ਬੈਠ 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 ਜਾ ਆਰਾਮ ਨਾਲ ਧਿਆਨ ਨਾਲ ਬੈਠ ਜਾ ਚੱਲ ਵੀ ਚੱਕ ਬੇ ਕਿੱਧਰ ਚੱਕੀ ਜਾਂਦੇ ਹੋ ਮੈਨੂੰ ਬੇ ਕੀ ਹੋ ਗਿਆ ਮੈਨੂੰ ਬੇ ਦੱਸੋ ਤਾਂ ਸਹੀ ਗੱਲ ਸੁਣਿਓ ਜੀ ਇੱਕ ਮਿੰਟ ਜੀ ਬੇਬੇ ਜੀ ਨੂੰ ਕੱਲ੍ਹ ਨੂੰ ਫਿਰ ਚੈੱਕ ਕਰਵਾ ਦਈਏ ਹਾਂਜੀ ਕਰਵਾ ਜਿਓ ਜੀ ਜੇ ਚੱਕਰ ਆਇਆ ਤਾਂ ਪਰ ਨੈਕਸਟ ਟਾਈਮ ਨਾ ਟੈਸਟ ਕਰਾ ਕੇ ਆਇਓ ਚੱਕਰ ਤਾਂ ਲਿਆਉਣੇ ਪੈਣਗੇ ਜੀ ਮੇਰਾ ਮਤਲਬ ਜੀ ਜੇ ਚੱਕਰ ਆਏ ਤਾਂ ਫਿਰ ਆਪਾਂ ਫਿਰ ਲਿਆਵਾਂਗੇ ਮੈਨੂੰ ਨਾ ਮੁੰਡਾ ਥੋੜਾ ਤੇਜ਼ ਲੱਗਦਾ ਜੇ ਕੋਈ ਪ੍ਰੋਬਲਮ ਹੋਈ ਤਾਂ ਟੈਸਟ ਦੇ ਵਿੱਚ ਆਜੂ ਆਜੂ ਲੈ ਹੱਸੀ ਜਾਂਦੀ ਹੈ ਤੇਰਾ ਆਹੀ ਹਾਸਾ ਕਿਸੇ ਨੂੰ ਮਰਵਾਓ ਦੇਖ ਲਈ ਆਏ ਹੱਸਦੀ ਭਾਬੀ ਤੇਰੀ ਹੁਣ ਹੱਸ ਹੱਸਣਾ ਤਾਂ ਨਹੀਂ ਆਉਂਦਾ ਮੈਨੂੰ ਨਾ ਕਿ ਡਾਂਸ ਆਉਂਦਾ ਦੀ ਗਵਾਚੀ ਲਾ ਦ ਭਾਬੀ ਬਾਨਾ ਸ਼੍ਰੀ ਦੇਵੀ ਨੇ ਸਮਝ ਗਿਆ ਤਾਰੀ ਹੋਈ ਹਾਂ ਬਈ
ਤੂੰ ਹੱਸ ਕੇ ਦਿਖਾ। ਹਾਂ ਹੋਰ ਕੀ ਮੈਂ, ਚੱਲ ਹਾਂ ਚੱਲ, ਇਹ ਰਣਗੀ ਗੱਲ ਇਹ। ਹਾਂ 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 ਆ ਗਿਆ ਨੇ ਫੇਰਸ ਬਾਈ। ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਿੱਥੇ ਲੈਂਦੀ ਹੈ। ਐ ਨੀ ਗੱਲ ਬਣਨੀ। ਕਿਵੇਂ ਬਣੂ? ਤੁਸੀਂ ਉਂਗਲ ਖੱਟੀ ਕਰਨ ਦਾ ਪ੍ਰਬੰਧ ਕਰੋ, ਸਕੀਮ ਮੈਂ ਦੱਸ ਦਿੰਨਾ। ਉਂਗਲ ਤਾਂ ਕੀ, ਤੇਰੀ ਧੌਣ ਵੀ ਖੱਟੀ ਕਰ ਦੂੰ ਮੈਂ। ਸਕੀਮ ਦੱਸ। ਰੰਗੀ ਤਾਂ ਲਾ ਦੂ ਰੰਗ ਭਾਗ। ਸੁਣ ਬਾਈ, ਹੁਣ ਹੱਸ। ਕਿਉਂ ਦੇਖੀ ਜਾਂਦੀ ਹੈ? ਮੈਨੂੰ ਤਾਂ ਆਪ ਨਹੀਂ ਪਤਾ ਭੈਣ ਜੀ। ਬੇਬੇ ਕਿਵੇਂ ਆ? ਠੀਕ ਹੈ। ਜਾ ਭੈਣ ਜੀ ਵਾਸਤੇ ਚਾਹ ਬਣਾ ਕੇ ਲਿਆ। ਨਹੀਂ ਨਹੀਂ, ਪਹਿਲਾਂ ਹੀ ਬਹੁਤ ਕਵੇਲਾ ਹੋ ਗਿਆ, ਮੈਂ ਚੱਲਦੀ ਹਾਂ, ਫੇਰ ਕਦੇ ਸਹੀ। ਓਏ ਮਨਜੋਤ, ਜੇ ਕੱਲ ਤੂੰ ਵੇਲੇ ਸਿਰ ਬੇਬੇ ਨੂੰ ਨਾ ਲੈ ਕੇ ਜਾਂਦਾ ਤੇ ਮੈਨੂੰ ਲੱਗਦਾ ਵਿਆਹ ਵਾਲੇ ਭਾਂਡਿਆਂ ਨਾਲ ਹੀ ਬੇਬੇ ਦਾ ਭੋਗ ਪਾਣਾ ਪੈਣਾ ਸੀਗਾ। ਉਹ ਪਰਾ ਬੇਬੇ ਦੇ ਭੋਗ ਤੇ ਆ ਤਾਰਾ ਹਲਵਾਈ ਨਹੀਂ ਕਰਨਾ। ਉਹ ਕਿਉਂ? ਆ ਜਲੇਬੀਆਂ ਭੋਰਾ ਸਵਾਦ ਨਹੀਂ ਬਣਾਈਆਂ ਉਹਨੇ। ਦਾਦੀ ਨੂੰ ਮਾਰਨ ਫਿਰ ਗਿਆ। ਆ ਲਓ ਜੀ ਜੀ ਸੁੱਖੀ ਸਾਂਦੀ, ਤੁਸੀਂ ਬੇਬੇ ਜੀ ਨੂੰ ਇੰਜ ਕਾਹਤੋਂ ਬੋਲਦੇ ਹੋ? ਆਪਾਂ ਨੂੰ ਤਾਂ ਬੇਬੇ ਜੀ ਦੀ ਬੜੀ ਲੋੜ ਹੈ। ਸਿਆਣੀਏ ਧੀਏ, ਤੈਨੂੰ ਤਾਂ ਲੋੜ ਹੈ ਪਰ ਇਹਨਾਂ ਨੂੰ ਨੀ ਨਾ ਲੋੜ, ਇਹਨਾਂ ਨੇ ਤਾਂ ਕੱਲੀ ਘਰ ਦੀ ਰਾਖੀ ਹੀ ਕਰਾਉਣੀ ਹੈ। ਉਹ ਬੀਬੀ, ਉਹ ਤਾਂ ਹੀ ਤਾਂ ਸਿਆਣੇ ਕਹਿੰਦੇ ਆ ਬਜ਼ੁਰਗ ਘਰਾਂ ਦੇ ਜਿੰਦਰੇ ਹੁੰਦੇ ਆ। ਉਹ ਮੈਂ ਵੀ ਘਰ ਜਾ ਕੇ ਜਿੰਦਰਾ ਖੋਲਣਾ, ਮੈਨੂੰ ਵੀ ਰੋਟੀ ਪਾ ਦਿਓ। ਕਿਉਂ, ਤੂੰ ਟੌਮੀ ਕੁੱਤਾ, ਤੈਨੂੰ ਘਰੇ ਨੀ ਜੁੜਦੀ? ਤਾਇਆ ਜੁੜਦੀ ਤਾਂ ਹੈ ਜੁੱਤੀਆਂ ਦੇ ਗਾਲਾਂ ਦੇ ਨਾਲ। ਆਹੋ, ਘਰੇ ਤੇਰਾ ਹਿਸਾਬ ਤਾਬ ਨਹੀਂ ਨਾ ਠੀਕ। ਬਾਪੂ, ਹਿਸਾਬ ਤਾਬ ਤੋਂ ਯਾਦ ਆਇਆ, ਬਾਣੀ ਇਹਦੇ ਰਾਸ਼ਨ ਦੇ ਪੈਸੇ ਦੇਣੇ ਆ। ਓਏ ਉਹ ਤਾਂ ਕੋਈ ਨਹੀਂ, ਉਹ ਤਾਂ ਮੈਂ ਤੇ ਮਨਜੋਤ ਕੱਲ ਨੂੰ ਜਾ ਕੇ ਕਰ ਆਵਾਂਗੇ। ਦਰਸ਼ੀ ਨੇ ਸਵੇਰੇ ਵਾਟੀ ਨੂੰ ਲੈ ਕੇ ਸਹੁਰਿਆਂ ਦੇ ਜਾਣਾ ਤੇ ਬੇਬੇ ਦੀ ਦਵਾਈ ਮਨਜੋਤ ਹੀ ਦਵਾ ਲਿਆਊ। ਉਹ ਮੈਨੂੰ ਤਾਂ ਲੱਗਦਾ ਬੇਬੇ ਨੂੰ ਦਵਾਈ ਦੀ ਲੋੜ ਹੀ ਨਹੀਂ, ਵੇਖ ਤਾਂ ਬੇਬੇ ਦਾ ਚਿਹਰਾ ਕਿਵੇਂ ਦਗਦਗ ਕਰਦਾ। ਆਹੋ ਕਰਦਾ ਦਗਦਗ, 2 ਰੁਪਈਆਂ ਦੀ ਦਵਾਈ ਬੇਬੇ ਨੂੰ ਦਵਾਉਣੀ ਨਾ ਪੈ ਜੇ। ਬੇਬੇ ਗੱਲ 2 ਰੁਪਈਆਂ ਦੀ ਨਹੀਂ, ਜੇ ਸਵੇਰ ਤੱਕ ਚੱਕਰ ਨਾ ਆਏ ਫਿਰ ਦਵਾਈ ਦੀ ਕੀ ਲੋੜ ਹੈ? ਬਿਲਕੁਲ। ਕਿਉਂ ਦਰਸ਼ੀ ਹੋਏ? ਆਹੋ ਬਸ ਬੇਬੇ, ਤੂੰ ਸਵੇਰ ਤੱਕ ਠੀਕ ਹੀ ਰਹੇ। ਡਿੱਗ ਪੈ ਬੇਬੇ ਹੋਣਾ। ਉਫ, ਪੁਰਾਣੀ ਖੁਰਾਕ ਖਾਧੀ ਹੋਈ ਹੈ ਬੇਬੇ ਦੀ ਵੀ।
ਬੇਬੇ ਪਹਿਲਾਂ ਚਾਹ ਦਵਾਂ ਕਿ ਦਵਾਈ ਖਾਣੀ ਆ? ਚਾਹ ਪੀਣ ਨੂੰ ਤਾਂ ਪੁੱਤ ਮੇਰਾ ਚਿੱਤ ਨਹੀਂ ਕਰਦਾ, ਦਵਾਈ ਮੈਨੂੰ ਜਾਂਦਾ ਜਾਂਦਾ ਦਰਛੀ ਦੇ ਗਿਆ ਸੀਗਾ। ਤਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਰਾਜੀ ਰਹੋ। ਹੱਡ ਗਈ ਬੇਬੇ? ਕਿੱਥੇ ਭੁੰਡੀ? ਆ ਜਾ ਪਹਿਲਾਂ ਚਾਹ ਪੀ ਲਾ, ਫਿਰ ਤੂੰ ਆਪਣੇ ਤਾਏ ਨਾਲ ਸ਼ਹਿਰ ਜਾ। ਚਾਹ ਰਹਿਣ ਦੇ ਤਾਈ, ਮੈਨੂੰ ਤੇ ਮਨਜੋਤ ਨੂੰ ਜ਼ਰੂਰੀ ਕੰਮ ਆ। ਓ ਤੁਹਾਨੂੰ ਕੀ ਜ਼ਰੂਰੀ ਕੰਮ ਪੈ ਗਿਆ ਓਏ? ਓ ਚਾਚਾ ਕੰਮ ਬੱਲੇ ਦੇਖੀ ਜਾ ਰਿਹਾ, ਭੈਣ ਚ ਨਹੀਂ ਆਉਂਦਾ। ਓ ਚੱਲ ਓਏ ਭੁੰਡੀ, ਵੇਖ ਵੇਖ ਚੱਕਰ ਆਈ ਜਾਂਦੇ ਨੇ। ਚੱਕਰ ਰੱਬ ਨੂੰ ਲੱਗ। ਮੈਨੂੰ ਤਾਂ ਸਮਝ ਨੀ ਆਉਂਦੀ ਇਹਨਾਂ ਚੱਕਰਾਂ ਦਾ ਚੱਕਰ ਕੀ ਹੈ। ਬੇਬੇ ਜੀ, ਬੇਬੇ ਜੀ ਬਿਲਕੁਲ ਠੀਕ ਨੇ, ਨਾਲੇ ਉਹ ਟੈਸਟ ਦੀ ਰਿਪੋਰਟ ਤੁਸੀਂ ਨਾਲ ਲੈ ਕੇ ਆਏ ਹੋ? ਹਾਂਜੀ, ਉਹ ਗੱਡੀ 'ਚ ਪੰਜਾਂ ਨੇ, ਇੱਕ ਮਿੰਟ 'ਚ ਲੈ ਕੇ ਆਇਆ। ਮੁੰਡੀ ਓਏ, ਆ ਕੰਮ ਤੇਰੇ ਕਰਨ ਵਾਲਾ ਹੈ। ਕਿਹੜਾ? ਜਾ ਮੈਡਮ ਨੂੰ ਰਿਪੋਰਟ ਚੈੱਕ ਕਰਾ ਕੇ ਆ। ਐਡੀ ਕਿਹੜੀ ਗੱਲ, ਆਪਣੇ ਬਿਨਾਂ ਤਾਂ ਕਦੀ ਵੀ ਕੰਮ ਹੋ ਹੀ ਨਹੀਂ ਸਕਦਾ। ਮੈਂ ਕਰਾਉਣਾ ਮੈਡਮ ਨੂੰ ਰਿਪੋਰਟ ਚੈੱਕ। ਸਰਬਜੀਤ ਜੀ, ਮੇਰੀ ਨੋਰਮਲ ਹਾਰਟ ਬੀਟ 72 ਆ, ਪਰ ਜਦੋਂ ਤੁਹਾਨੂੰ ਵੇਖਦਾ ਤਾਂ ਇਹ 92 ਹੋ ਜਾਂਦੀ ਆ। ਵੈਸੇ ਮੇਰੀ ਨਿਗਾਹ ਬੜੀ ਤੇਜ਼ ਆ, ਮੈਨੂੰ ਸਭ ਕੁਝ ਦਿਖਾਈ ਦਿੰਦਾ, ਪਰ ਜਦੋਂ ਤੁਹਾਨੂੰ ਦੇਖਦਾ ਤਾਂ ਕੁਛ ਵੀ ਹੋਰ ਦਿਖਾਈ ਨਹੀਂ ਦਿੰਦਾ। ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਜ਼ਿੰਦਗੀ ਸਲੋਅ ਹੋ ਜਾਂਦੀ ਆ। ਰਾਤ ਨੂੰ ਸੁਪਨੇ 'ਚ ਤੁਸੀਂ ਅਤੇ ਸਿਰਫ ਤੁਸੀਂ ਹੀ ਨਜ਼ਰ ਆਉਂਦੇ ਹੋ। ਦਿਨ ਵੇਲੇ ਮੈਂ ਤੁਹਾਡੇ ਵੱਲ ਖਿੱਚਿਆ ਚਲਾ ਆਉਂਦਾ, ਜਿੱਦਣ ਦਾ ਮੈਂ ਤੁਹਾਨੂੰ ਬਾਅਦ 'ਚ ਦੇਖਿਆ ਮੇਰੀ ਉੱਦਣ ਦੀ ਪੱਸ ਹੋਈ ਪਈ ਆ। ਤੁਹਾਨੂੰ ਵਿਆਹ 'ਚ ਮਿਲਿਆ, ਉੱਦਣ ਦਾ ਮੇਰਾ ਵਿਆਹ ਕਰਾਉਣ ਨੂੰ ਜੀ ਕਰੀ ਜਾਂਦਾ। ਜੇ ਤੁਸੀਂ ਵੀ ਇੱਦਾਂ ਮਹਿਸੂਸ ਕਰਦੇ ਹੋ ਅਤੇ ਮੈਂ ਵੀ ਤੁਹਾਨੂੰ ਪਸੰਦ ਹਾਂ ਤਾਂ ਬੇਬੇ ਜੀ ਦੇ ਇੰਜੈਕਸ਼ਨ ਲਾ ਦਿਓ, ਜੇ ਨਹੀਂ ਤਾਂ ਤੁਹਾਡੇ ਸਾਹਮਣੇ ਖੜ੍ਹੇ ਭੂੰਡ ਵਰਗੇ ਭੂੰਡੀ ਦੀ ਚਪੇੜ ਮਾਰ ਦਿਓ। ਪੈ ਗਿਆ ਸਿਆਪਾ, ਭੱਜ ਲੈ ਮਿੱਤਰਾ। ਆਜਾ ਹੁਣ। ਉਹ ਥੋੜੇ ਚੋਂ ਮਨਜੋਤ ਕਿਹੜਾ? ਆ ਜੇ। ਉਹ ਚਲੋ ਯਾਰ, ਤੁਹਾਡੀ ਬੇਬੇ ਕਾਬੂ ਤੋਂ ਬਾਹਰ ਆ। ਜੇ ਤੁਸੀਂ ਵੀ ਇੱਦਾਂ ਮਹਿਸੂਸ ਕਰਦੇ ਹੋ ਤੇ ਮੈਂ ਵੀ ਤੁਹਾਨੂੰ ਪਸੰਦ ਹਾਂ ਤਾਂ ਬੇਬੇ ਜੀ ਦੇ ਇੰਜੈਕਸ਼ਨ ਲਾ ਦਿਓ। Thank you.
ਵਧ ਪਿਆਰਾ ਏ ਜਾਨੋ ਵਧ ਪਿਆਰਾ ਪੁੱਛ ਕੇ ਦਿਲ ਆਪਣੇ ਤੂੰ ਕੱਲ ਮੰਨ ਲੈ ਬਾਹਾਂ ਦੀ ਤੂੰ ਸਖਤ ਜ਼ਰੂਰਤ ਹੈ ਮੇਰੇ ਚੱਲਦਿਆਂ ਸਾਹਾਂ ਦੀ ਚੱਲਦਿਆਂ ਸਾਹਾਂ ਦੀ ਮੇਰੇ ਚੱਲਦਿਆਂ ਸਾਹਾਂ ਦੀ ਸਾਡੇ ਬਸ ਤਾਂ ਰੋਗ ਨਹੀਂ ਹੁਣ ਦੂਰੀ ਤੇਰੇ ਤੋਂ ਸਾਡੇ ਬਸ ਤਾਂ ਰੋਗ ਨਹੀਂ ਹੁਣ ਦੂਰੀ ਤੇਰੇ ਤੋਂ ਬੇਸ਼ੱਕ ਜਿੰਦ ਜਾਨ ਕਦੇ ਮੰਗਲੀ ਮੇਰੇ ਤੋਂ ਚਾ ਚੜ ਗਏ ਜਾਵਾਂ ਨੂੰ ਸੁਜਣਾ ਦਿਲਦਾਰੀ ਦੇ ਮੇਰੀ ਭੜਕ ਚ ਨਖਰੇ ਸੁਗਾਤਾਂ ਨੇ ਕੰਮ ਆ ਗਏ ਪੁੱਲ ਕੀਤੇ ਕਦੇ ਮੋਤੀ ਆਪਾਂ ਨੇ ਤੇਰਾ ਦਰ ਮੰਜ਼ਿਲ ਹੈ ਮੇਰੇ ਸਭ ਰਾਹਾਂ ਦੀ ਤੂੰ ਸਖਤ ਜ਼ਰੂਰਤ ਹੈ ਮੇਰੇ ਚੱਲਦਿਆਂ ਸਾਹਾਂ ਦੀ ਤੂੰ ਸਖਤ ਜ਼ਰੂਰਤ ਹੈ ਮੇਰੇ ਚੱਲਦਿਆਂ ਸਾਹਾਂ ਦੀ ਚੱਲਦਿਆਂ ਸਾਹਾਂ ਦੀ ਮੇਰੇ ਚੱਲਦਿਆਂ ਸਾਹਾਂ ਦੀ
ਓ ਸ਼ਾਨੇ ਤੂੰ ਤੇ ਇਸ ਵੇਲੇ ਕਿੱਧਰ ਹੋ? ਚਾਚਾ ਮੈਂ ਹੀ ਕੰਮ ਕੰਮ ਤੇ ਇਸ ਵੇਲੇ ਕਿਹੜਾ ਕੰਮ? ਓ ਰੁਕ ਜਾ ਓਏ, ਓ ਕਿੱਥੇ ਚੱਲੇ ਮੋਟਰਸਾਈਕਲ ਲੱਗੇ ਮੇਰਾ? ਓ ਸ਼ਾਨੇ ਮਾਲ ਕਾਤਾ ਇੰਜਰ ਦੇ ਪੁੱਤਾ, ਓ ਸ਼ਾਨੇ ਪੁੱਤੇ ਹਰਾਮ ਜਾਂਦਿਆ। ਦੇਖ ਬਈ ਨਾਜਰ ਸਿਆਂ, ਕਾਬਲ ਦੇ ਘਰੋਂ ਕੱਲ ਤੇਰੇ ਮੁੰਡੇ ਸ਼ਾਨੇ ਨੇ ਨਸ਼ੇ ਦੀ ਹਾਲਤ ਚ ਮੋਟਰਸਾਈਕਲ ਚੱਕਿਆ। ਕਿਉਂ ਕਾਬਲ ਸਿਆਂ, ਸਹੀ ਗੱਲ ਆ ਨਾ ਇਹ? ਹਾਂਜੀ ਸਰਪੰਚ ਸਾਹਿਬ, 2009 ਮਾਡਲ ਕਾਲੇ ਰੰਗ ਦਾ ਮੋਟਰਸਾਈਕਲ ਸੀ ਮੇਰਾ। ਨਾ ਕਿਤੇ ਹਰੇ ਰੰਗ ਦਾ ਤਾਂ ਨਹੀਂ ਸੀ। ਸ਼ਾਨਾ ਤਾਂ ਕੱਲ ਆਪਦੀ ਮਾਸੀ ਕੋਲ ਗਿਆ ਸੀ, ਅਜੇ ਹੁਣ ਆਇਆ। ਨਾ ਤੂੰ ਸਿਆਣਾ ਬਿਆਣਾ ਬੰਦਾ ਝੂਠ ਮਾਰੀ ਜਾਂਦਾ ਹੈ, ਇਲਜ਼ਾਮ ਲਾਉਣਾ ਮੇਰੇ ਪੁੱਤ ਤੇ? ਇਲਜ਼ਾਮ ਨਹੀਂ ਜੀ, ਆ ਮੁੰਡੇ ਦੇ ਚਾਚੇ ਕਰਮ ਸਿੰਘ ਨੇ ਵੀ ਵੇਖਿਆ, ਆ ਰੋਕਣ ਦੀ ਵੀ ਕੋਸ਼ਿਸ਼ ਕੀਤੀ ਆ, ਸਗੋਂ ਦੀ ਭਜਾ ਕੇ ਇਹਦੇ ਵਿੱਚ ਮਰਨ ਲੱਗਾ ਸੀ। ਆ ਪੁੱਛ ਲਓ ਕਰਮ ਸਿੰਘ ਨੂੰ। ਭਾਈ ਕਰਮ ਸਿੰਘ ਜੀ, ਕਾਬਲ ਸਿੰਘ ਠੀਕ ਕਹਿੰਦਾ, ਮੋਟਰਸਾਈਕਲ ਸ਼ਾਨੇ ਨੇ ਚੋਰੀ ਕੀਤਾ। ਦੱਸੋ ਹਾਂਜੀ ਸਰਪੰਚ ਸਾਹਿਬ, ਸ਼ਾਨਾ ਮੇਰੇ ਸਾਹਮਣੇ ਮੋਟਰਸਾਈਕਲ ਲੈ ਕੇ ਭੱਜਿਆ। ਭੱਜਿਆ ਸੀ ਤੇਰੇ ਸਾਹਮਣੇ ਸ਼ਰੀਕ ਦੇ, ਬਦਨਾਮ ਕਰਦਾ ਮੇਰੇ ਪੁੱਤ ਨੂੰ। ਅੱਗੇ ਕਿਹੜਾ ਤੂੰ ਚੰਗਾ ਕੀਤਾ ਸਾਡੇ ਵਾਸਤੇ, ਬਥੇਰੀਆਂ ਭਾਨੀਆਂ ਮਾਰੀਆਂ ਰਿਸ਼ਤੇ ਨੂੰ, ਤੂੰ ਚੋਰ ਬਣਾ ਦੇ ਮੇਰੇ ਪੁੱਤ ਨੂੰ। 15-16 ਤਾਂ ਹੋਏਗਾ। ਹਾਂ ਆ ਠੀਕ ਹੈ। ਦੇਖ ਵੀ ਭੈਣ ਮੇਰੀ, ਇਹ ਪੰਚਾਇਤ ਆ ਤੇ ਪੰਚਾਇਤ ਇਹ ਫੈਸਲਾ ਕਰਦੀ ਹੈ ਬਈ ਜਾਂ ਤਾਂ ਕਾਬਲ ਸਿੰਘ ਦਾ ਮੋਟਰਸਾਈਕਲ ਵਾਪਸ ਕਰ ਦਿਓ, ਨਹੀਂ ਤਾਂ 15,000 ਰੁਪਈਆ ਦੇ ਦਿਓ। ਤੇ ਜੇ ਨਾ ਦਈਏ ਫੇਰ? ਫੇਰ ਕੀ, ਮੈਂ ਜਾਊ ਪੁਲਿਸ ਚੌਂਕੀ, ਜਦੋਂ ਚਾੜਿਆ ਨਾ ਪੁਲਿਸ ਵਾਲੇ ਨੇ ਪਟਾ, ਇਹਦਾ ਤਾਂ ਪਿਓ ਵੀ ਮੈਨੂੰ। ਬੇਬੇ ਦੇ ਦੇ, ਦੇ ਦੇ ਬੇਬੇ ਪੈਸੇ, ਮੈਂ ਹੀ ਚੋਰੀ ਕੀਤੀ ਬੇਬੇ, ਦੇ ਦੇ ਪੈਸੇ, ਮੈਂ ਹੀ ਚੋਰੀ ਕੀਤੀ ਬੇਬੇ, ਦੇ ਦੇ ਪੈਸੇ, ਮੱਥੇ ਮਾਰ ਬੇਬੇ ਪੈਸੇ, ਤੈਨੂੰ ਪਤਾ ਨੀ ਪੁਲਿਸ ਵਾਲੇ ਕਿੰਨੇ ਪਟੇ ਮਾਰਦੇ ਬੇਬੇ, ਮਾਰ ਮਾਰ ਪਟੇ ਪਿੱਛੇ ਲਾਲ ਕਿਲਾ ਬਣਾਉਂਦੇ ਮੋਟਰਸਾਈਕਲ, ਮੈਂ ਹੀ ਚੋਰੀ ਕੀਤਾ, ਨਾ ਮੈਂ ਕਬਾੜੀ ਨੂੰ ਦਿੱਤਾ ਬੰਦ ਕਰ ਬੇਬੇ, ਐ ਨਾ ਕਰਦੇ ਪੈਸੇ ਨੂੰ ਬੇਬੇ, ਪਤੀਸਾ ਬਣਾ ਦੇ। ਹੁਣ ਦੱਸ ਭਾਂਡਾ ਆਪਦਾ ਮਾੜਾ ਤੇ ਥੂ ਥੂ ਲੋਕਾਂ ਨੂੰ। ਦੇ ਦਾਂਗੇ 2-3 ਦਿਨਾਂ ਨੂੰ। ਠੀਕ ਹੈ, ਮਾਰ ਤੋਂ ਸਾਲੇ ਦੇ 1-2 ਦਿਨਾਂ 'ਚ ਤੈਨੂੰ ਪੈਸੇ ਦੇ ਦੇਣਗੇ ਇਹ। ਠੀਕ ਹੈ ਨਾ ਫੈਸਲਾ? ਬਸ ਠੀਕ ਹੈ ਸਰਪੰਚ ਸਾਹਿਬ। ਦੇਖੋ ਭੈਣ ਜੀ, ਮੰਗ ਤਾਂ ਤੁਹਾਡੀ ਜਾਇਜ਼ ਹੈ, ਪਰ ਪਿਛਲੇ ਹਫ਼ਤੇ ਤੁਹਾਡਾ ਮੁੰਡਾ 25,000 ਰੁਪਇਆ ਲਗਿਆ। ਪਰ ਘਰੇ ਤਾਂ 20,000 ਲਿਆ ਸੀ। 5,000 ਲਕਸ਼ਮਣ ਸਾਹਿਬ ਨੂੰ ਦਿੱਤਾ ਸੀ ਨਾ, ਜਦੋਂ ਤੇਰੀ ਸਾਲੇ ਹਰ ਬਿਮਾਰ ਸੀ, ਕੰਜਰ ਨਸ਼ਾ ਕਰ ਗਿਆ ਹੁਣ। ਪਾਲਾ ਪਾਲਾ ਪਰਦੀ, ਤੂੰ ਹੀ ਪਛਤਾਉਣਾ। ਤੁਹਾਡੀ ਫਸਲ ਤੋਂ ਵੱਧ ਕਰਜ਼ਾ ਹੋਇਆ ਪਿਆ ਭੈਣ ਜੀ, ਹੁਣ ਹੋਰ ਕਰਜ਼ਾ ਮਿਲਣਾ ਦੇਖੋ ਜੀ ਮੁਸ਼ਕਿਲ ਹੈ। ਬਾਊ ਜੀ, ਬਾਈ ਜੀ ਆ ਗਏ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬੇਟਾ ਬਾਈ ਜੀ ਲਈ ਉਹ 10 ਲੱਖ ਵਾਲਾ ਚੈੱਕ ਤਿਆਰ ਹੈ? ਬਾਈ ਜੀ 10,000 ਹੀ ਦੇ ਦਿੰਦੇ, ਬਾਹਲੀ ਲੋੜ ਹੈ, ਮੁੰਡਾ ਨਾ ਢਿੱਲਾ ਥੋੜਾ ਜਿਹਾ, ਅਸੀਂ ਇਲਾਜ ਕਰਾਉਣਾ। ਤੁਹਾਨੂੰ ਮੈਂ ਪਹਿਲਾਂ ਕਹਿਤਾ ਤੁਹਾਨੂੰ ਪੈਸਾ ਨਹੀਂ ਮਿਲਣਾ ਤਾਂ ਨਹੀਂ ਮਿਲਣਾ। ਉਹ ਚੱਲ ਪਾ ਹੁਣ, ਕਿ ਵੇਲੇ ਕਿਹੜਾ ਕਿਰਾਇਆ ਘੱਟ ਲੱਗਣਾ, ਠੰਡੀ ਠੰਡੀ ਚੱਲਦੇ ਹੈ। ਖੜ ਜਾ ਹੁਣ।
ਸਰਦਾਰ ਜੀ, ਬਾਊ ਜੀ ਬੁਲਾਉਂਦੇ ਆ। ਉਹ ਚੱਲ ਸੁਣ ਲੈ ਕੀ ਕਹਿੰਦਾ। ਆ ਲਓ ਪੈਸੇ ਭੈਣ ਜੀ। ਜੱਗਾ ਬਾਈ ਜੀ ਬਹੁਤ ਚੰਗੇ ਇਨਸਾਨ ਨੇ, ਇਹਨਾਂ ਤੋਂ ਕਿਸੇ ਦੀ ਪਰੇਸ਼ਾਨੀ ਦੇਖੀ ਨਹੀਂ ਜਾਂਦੀ। 70 ਕਿੱਲੇ ਪੈਲੀ ਦੇ ਆ ਟਿੱਬਿਆਂ ਵਾਲੇ ਸਰਦਾਰ ਨੇ, ਬਾਈ ਜੀ ਦੀ ਏਰੀਏ 'ਚ ਪੂਰੀ ਚੜ੍ਹਾਈ ਆ। ਜਾਂਦਾ ਰਹਿ ਪੁੱਤ, ਬਹੁਤ ਲੋੜ ਸੀ, ਫਸਲ ਵਿੱਚ ਕਿਸੇ ਨੇ ਮੋੜ ਦਿਆਂਗੇ। ਕੋਈ ਗੱਲ ਨਹੀਂ ਮਾਤਾ ਜੀ, ਕੋਈ ਪ੍ਰੋਬਲਮ ਨਹੀਂ, ਤੁਸੀਂ ਇਲਾਜ ਕਰਾਓ, ਜੇ ਲੋੜ ਪਈ ਤਾਂ ਹੋਰ ਲੈ ਲਿਓ ਭਲਾ। ਜਾਂਦਾ ਰਹਿ ਪੁੱਤ, ਕਿਤੇ ਲੰਘਦਾ ਵੜਦਾ ਆ ਜੀ ਪੁੱਤ। ਤੂੰ ਬੁੜਪਨ ਪਿੰਡ ਹੈ, ਪਿੰਡ ਦੇ ਲੋਕ ਭਾਬੋ ਕਹਿ ਕੇ ਬੁਲਾਉਂਦੇ ਆ ਮੈਨੂੰ। ਕੋਈ ਗੱਲ ਨਹੀਂ ਜੀ, ਜੇ ਟਾਈਮ ਲੱਗਿਆ ਤਾਂ ਜ਼ਰੂਰ। ਲੰਮੀ ਉਮਰਾਂ ਮਾਣੀ। ਹਾਏ ਮੇਰੀਆਂ ਤਾਂ ਬੱਖੀਆਂ ਟੁੱਟ ਗਈਆਂ। ਹੱਸ ਲੈ, ਹੋਰ ਚੀ ਹੱਸ, ਖੁੱਲ ਗਿਆ ਯਾਰ ਦੇ ਜ਼ਖਮਾਂ ਤੇ ਲੂਣ ਪਾ ਗਿਆ। ਉਹ ਨਾ ਉਹ ਦਰਸ਼ੀ, ਕਿਉਂ ਕੀ ਹੋਇਆ, ਕਿਉਂ ਨਾ ਹੱਸਾਂ? ਮੇਰਾ ਵੀ ਹੱਸਾ ਨਿਕਲ ਜੂ ਯਾਰ। ਤੂੰ ਵੀ ਹੁਣ ਚਪੇੜ ਬੜੀ ਖਤਰਨਾਕ ਸੀ ਯਾਰ। ਓਏ ਹਾਂ, ਕਰਵਾਉਣ ਦਾ ਕੋਟ ਵਲ ਰੱਖਣਾ ਤੇ ਕੁਛ ਹੋਰ ਰੱਖ ਲੈਂਦੇ ਸਾਲਿਓ, ਮੇਰਾ ਤੇ ਬੀਬੀ ਦਾ ਦੋਨੋਂ ਦਾ ਗੁੰਡਾ ਕਰਵਾਤਾ ਓਏ। ਉਹ ਕੋਈ ਨਾ ਕੋਈ ਨਾ, ਯਾਰਾਂ ਦੋਸਤਾਂ ਪਿੱਛੇ ਲੋਕ ਕੀ ਕੁਝ ਨਹੀਂ ਕਰਦੇ। ਕਰਦੇ ਆ, ਸਭ ਕੁਝ ਕਰਦੇ ਆ, ਪਰ ਜਿਹੜੀ ਤੁਸੀਂ ਕੁੱਤੇ ਖਾਣੀ ਕਰਵਾਈ ਹੈ ਨਾ, ਉਹ ਬਿਲਕੁਲ ਨਹੀਂ ਕਰਦੇ। ਪਤਾ ਕਿੰਨੀ ਖਿੱਚ ਕੇ ਮਾਰੀ ਹੈ ਯਾਰ ਉਹਨੇ ਸਾਲੇ, ਹੁਣ ਮਾਫੀ ਵੀ ਨਹੀਂ ਮੰਗਦੇ। ਅੱਛਾ, ਮੰਗ ਲੈਂਦੇ ਆ ਮਾਫੀ। ਕੱਲ ਨੂੰ ਮਨਜੋਤ ਦੇ ਵਿਆਹ 'ਚ ਪੈਰ ਨਾ ਪਾਈ ਫਿਰ। ਕਿਉਂ ਨਾ ਪਾਈਏ, ਸਭ ਤੋਂ ਵੱਧ ਭੜਥੂ ਮੈਂ ਪਾਉਣਾ। ਨਾਲੇ ਇਹ ਤੋਂ ਪਹਿਲਾਂ ਗੱਲ ਕੋਈ ਹੋਰ ਤੋਰੇ ਭਰਾਵਾ, ਤੂੰ ਭਾਬੀ ਨਾਲ ਵਿਆਹ ਦੀ ਗੱਲ ਚਲਾ, ਤੈਨੂੰ ਦੱਸਾਂ ਮੈਂ। ਓ ਰਿਸ਼ਤੇ ਦੀ ਕੀ ਗੱਲ ਕਰਦਾ ਹੈ, ਮੈਂ ਤਾਂ ਚੜਾ ਦੂ ਟਿੱਬਿਆਂ ਤੇ ਪਾਣੀ, ਰੰਗੀ ਤਾਂ ਲਾ ਦੂ ਰੰਗ ਭਾਗ। ਹੁਣ ਲੱਗਦਾ ਫੇਰ ਉਂਗਲ ਤੇ ਭਰਿੰਡ ਲੜਾਉਣਾ ਪੈਣਾ। ਬਾਈ ਜੀ ਵਿਚੋਲਗਿਰੀ ਕਰਦੇ ਹੋ? ਵਿਚੋਲਗਿਰੀ ਤਾਂ ਵੀਰ ਮੇਰੇ ਆ ਪੁਰਾਣੀ ਗੱਲ ਹੋ ਗਈ। ਤੂੰ ਸ਼ਹਿਰ ਆ ਕੇ ਰੰਗੀ ਮੈਰਿਜ ਬਿਊਰੋ ਬਾਰੇ ਪੁੱਛ ਕੇ ਦੇਖੀ, ਰੰਗ ਭਾਗ ਲੱਗੇ ਪਏ ਆ, ਧਰਮਣਾ ਚੜ੍ਹਾਈ ਆ ਪੂਰੀ ਤੇਰੇ ਬਾਈ ਦੀ, ਇੱਥੇ ਰੋਕ ਦੇ। ਚਾਲੀ ਰੁਪਏ ਭਾਈ ਸਾਹਿਬ ਹੈ ਵੀਰ ਮੇਰੇ ਆ, ਵਿਆਹ ਕਿ ਕੁਆਰਾ ਛੜਾ ਆਈ ਫਿਰ ਸ਼ਹਿਰ, ਤੇਰਾ ਤਾਂ ਚੀਚੀ ਵਾਲੇ ਛੱਲੇ ਨਾਲ ਹੀ ਸਾਰ ਦਿਆਂਗੇ, ਜੇ ਪੈਸੇ ਲੈਣੇ ਆ ਤਾਂ ਦੇ ਦਿੰਦਾ। ਨਹੀਂ ਬਾਈ ਜੀ, ਮੈਂ ਸ਼ਹਿਰ ਹੀ ਆਊ। ਰੁੱਖ ਫਿਰ ਇੱਥੇ ਨਾਲ ਹੀ ਚੱਲੀ, ਤੇਰਾ ਤਾਂ ਅੱਜ ਹੀ ਚੜ੍ਹਾ ਦਿੰਦੇ ਆ ਪ੍ਰੋਫਾਈਲ shaadi.com ਤੇ ਬਣ ਜੂ ਗੱਲ। ਗੱਲ ਦੀ ਕੀ ਗੱਲ ਕਰਦਾ ਵੀਰ ਮੇਰੇ ਆ, ਰੰਗੀ ਤਾਂ ਲਾ ਦੂ ਰੰਗ ਭਾਗ। ਤੂੰ ਰੁੱਕ, ਮੈਂ ਚਾਹ ਪੀ ਕੇ ਆਇਆ। ਲੈ ਵੀਰ ਚਾਹ ਪੀ ਲੈ। ਕੱਲੀ ਚਾਹ ਤਾਂ ਕਦੇ ਮੈਂ ਮਰਗ ਵਾਲੇ ਘਰੇ ਨਹੀਂ ਪੀਤੀ, ਤੁਹਾਡੇ ਘਰੇ ਤਾਂ ਰਿਸ਼ਤਾ ਲੈ ਕੇ ਆਇਆ, ਨਾਲ ਵੀ ਲਿਆ ਕੋਈ ਲੱਲੜ ਪੱਲੜ। ਲੱਲੜ ਪੱਲੜ ਕਿਉਂ ਹੈ? ਲੱਡੂਆਂ ਦਾ ਮੂੰਹ ਮਿੱਠਾ ਕਰਾਵਾਂਗੇ। ਆ ਕਿੱਥੇ ਰਹਿ ਗਿਆ? ਓਏ ਆ ਗਿਆ, ਆ ਗਿਆ, ਆ ਭੱਜ ਕੇ ਆ ਗਿਆ, ਆ ਗਿਆ, ਆ ਗਿਆ। ਲੈ ਲੈ ਮੇਰਾ ਵੀਰ ਕਰ ਮੂੰਹ ਮਿੱਠਾ। ਹੁਣ ਬਣੀ ਆ ਗੱਲ। ਕੁੜੀ ਕੀ ਕਰਦੀ ਹੈ ਭਲਾ, ਕਿੰਨਾ ਪੜ੍ਹੀ ਹੈ? ਕਿੰਨੀ ਆ ਪੜ੍ਹੀ ਹੈ? ਤੂੰ ਮੁੰਡਾ ਨਹੀਂ ਵਿਆਹੁਣ ਲੱਗੀ, ਅਸਲ 'ਚ ਝੋਟਾਂ ਰੱਥਣ ਲੱਗੀ ਹੈ। ਭੈਣ ਮੇਰੀ ਏ, ਮੈਂ ਰਸਤਾ ਤੁਹਾਡੇ ਝੋਟਿਆਂ ਤੇ ਨਹੀਂ,
ਮਤਲਬ ਮੁੰਡੇ ਵਾਸਤੇ ਨਹੀਂ, ਤੁਹਾਡੀ ਭਤੀਜੀ ਜਿਹੜੀ ਨਰਸ ਆ ਕਰਮ ਸਿਉਂ ਦੀ ਕੁੜੀ, ਉਹਦੇ ਵਾਸਤੇ ਲੈ ਕੇ ਆਇਆ। ਉਹ ਝੂਠਾ ਹੈ, ਇਹ ਖਾ ਲੂ। ਕਿਉਂ ਮੈਂ ਬਾਂਦਰ ਹੈ? ਚੁੱਪ ਕਰ ਨਾ, ਲੱਡੂ ਖਾਵੇ ਸਾਡੇ, ਚਾਹ ਪੀਵੇ ਸਾਡੀ, ਰਿਸ਼ਤਾ ਸ਼ਰੀਕਾਂ ਦੇ, ਤਿੱਤਰ ਹੋਇਆ ਤਿੱਤਰ, ਚੱਲ ਬਾਹਰ। ਲੱਗਦਾ ਗੁੱਸਾ ਕਰ ਗਈ ਭੈਣ ਮੇਰੀ, ਇਹ ਵਿਚਲੀ ਗੱਲ ਤਾਂ ਤੂੰ ਸਮਝੀ ਨੀ। ਉਹ ਕਿਵੇਂ? ਜਿਹੜਾ ਟਿੱਬੇ ਵਾਲਾ ਸਰਦਾਰ ਆ ਨਾ, ਉਹਨੂੰ ਤੁਹਾਡੀ ਭਤੀਜੀ ਪਸੰਦ ਹੈ। ਮਿਲਿਆ ਵੀ ਹੋਣਾ ਤੁਹਾਨੂੰ ਬਾਈ ਜੱਗਾ? ਮਿਲਿਆ ਤਾਂ ਸੀ। ਬਸ ਫਿਰ ਆਪਾਂ ਉਹਦੇ ਮੂਹਰੇ ਸ਼ਰਤ ਰੱਖ ਦੇਣੀ ਹੈ। ਸ਼ਰਤ? ਉਹ ਕਿਹੜੀ? ਵੀ ਇਸ ਘਰੋਂ ਡੋਲੀ ਫੇਰ ਉੱਠੂ ਜੇ ਛਾਨੇ ਵਾਸਤੇ ਇਸ ਘਰੇ ਡੋਲੀ ਆਊ। ਲੋਕਾਂ ਦੇ ਘਰੇ ਤਾਂ ਟਰਾਲੀਆਂ ਟਰੱਕ ਭਰ ਭਰ ਕੇ ਦਾਜ ਦੇ ਆਉਂਦੇ ਆ, ਤੇਰੇ ਘਰੇ ਤਾਂ ਭੈਣ ਮੇਰੀ ਏ 36 ਟੈਰਾ ਟਰਾਲਾ ਆਊ। ਕਰਮੂ ਮਿੱਠਾ ਭੈਣ ਮੇਰੀਏ, ਰੰਗੀ ਕੋਲੇ ਬਹੁਤਾ ਟਾਈਮ ਨਹੀਂ ਹੈਗਾ ਵਾਰ ਵਾਰ ਗੇੜੇ ਮਾਰਨ ਦਾ। ਤੇਰਾ ਦਿਓਰ ਤੇਰੀ ਗੱਲ ਮੰਨਦਾ ਹੈ ਤਾਂ ਠੀਕ ਹੈ, ਨਹੀਂ ਕਿਸੇ ਹੋਰ ਲਿਆ ਜਿਹਨੂੰ ਵਿੱਚ ਪਾ ਕੇ, ਰੰਗੀ ਨੇ ਤਾਂ ਰੰਗ ਭਾਗ ਲਾ ਹੀ ਦੇਣੇ ਆ। ਰੰਗ ਭਾਗ ਤਾਂ ਹੁਣ ਮੈਂ ਲਾਉਂਗੀ। ਕਿਆ ਜੀ? ਹਾਂ, ਕੀ ਹੋਇਆ? ਕੁਛ ਨਹੀਂ, ਬਸ ਐਵੇਂ ਜਸਪ੍ਰੀਤ ਤੇ ਹਰਜੋਤ ਦਾ ਚੇਤਾ ਆ ਗਿਆ ਸੀ। ਕਿੰਨਾ ਕਾਲਾ ਦਿਨ ਚੜਿਆ ਸੀ ਉਹ ਮਿੰਦਰ ਕੌਰੇ, ਜਦੋਂ ਸਾਡੇ ਧੀ ਤੇ ਜਵਾਈ ਨੂੰ ਰੱਬ ਨੇ ਸਾਥੋਂ ਖੋਲਿਆ ਤੇ ਹਰਜਸ ਨੂੰ ਸਾਡੀ ਝੋਲੀ ਪਾਤਾ। ਉਹਦੀਆਂ ਉਹੀ ਜਾਣੇ ਡਾਡੇ ਅੱਗੇ ਕੀ ਜ਼ੋਰ ਹੈ। ਤੁਸੀਂ ਹੌਸਲਾ ਕਰਿਆ ਕਰੋ, ਆਪ ਨਾ ਬਿਮਾਰ ਹੋ ਜਿਓ। ਨਾਲੇ ਹੁਣ ਸਰਬੀ ਬਾਰੇ ਸੋਚਣ ਦਾ ਟਾਈਮ ਹੈ, ਉਹਦੇ ਲਈ ਕੋਈ ਚੰਗਾ ਘਰ ਬਾਰ ਦੇਖੀਏ। ਚੰਗਾ ਘਰ ਬਾਰ ਨਹੀਂ ਮਿੰਦਰ ਕੌਰੇ, ਚੰਗਾ ਪਰਿਵਾਰ। ਓ ਚਾਚਾ, ਓ ਚਾਚਾ ਬੇਬੇ ਗਈ ਓਏ, ਓ ਚਾਚਾ ਭੱਜ ਗਈ ਓਏ। ਆ ਮੈਨੂੰ ਲੱਗਦਾ ਆ ਸ਼ਾਨੇ ਕੰਜਰ ਨੇ ਫੇਰ ਕੋਈ ਪੰਗਾ ਪਾਤਾ ਹੋਣਾ, ਚੱਲ ਖਾ ਜਾ ਕੇ ਦੇਖੀਏ। ਬਾਪੂ ਆਈ ਓਏ, ਨਹੀਂ ਸਰਬੀ ਨਹੀਂ, ਆ ਜਾ, ਨਹੀਂ ਤੂੰ ਵੀ ਆ ਜਾ। ਚਾਚਾ ਤੂੰ ਪੜ੍ਹ, ਮੈਂ ਹੁਣੇ ਆਈ, ਠੀਕ ਹੈ? ਤੂੰ ਪੜ੍ਹ ਮੈਂ। ਸਿਆਣੇ ਬਣੋ, ਗੱਲ ਕੀ ਹੋਈ ਆ? ਚਾਚਾ ਮੈਂ ਦਾਦਾ ਵਰਤਦੇ ਤੁਸੀਂ ਆਪੋ ਚ ਨੀ, ਬੇਬੇ ਸਾਰਾ ਭਾਂਡਾ ਮੇਰੇ ਤੇ ਭੰਨੀ ਜਾਂਦੀ, ਕਹਿੰਦੀ ਤੇਰੇ ਕਰਕੇ ਨੀ ਆਪੋ ਚ ਵਰਤਦੇ, ਦੱਸ ਚ ਮੇਰਾ ਕੀ ਕਸੂਰ? ਚਾਚਾ ਬੇਬੇ ਨੂੰ ਬਚਾਲਾ, ਬੇਬੇ ਨੂੰ ਕਹਿ ਨਾ ਕਰ। ਲੈ ਪਾਣੀ ਪੀ ਭੈਣ ਜੀ, ਸਾਰਾ ਕੁਝ ਠੀਕ ਹੋਜੂ। ਕੀ ਠੀਕ ਹੋਜੂ? ਰੱਬ ਮੈਨੂੰ ਸਰਬੀ ਵਰਗੀ ਧੀ ਦੇ ਦਿੰਦਾ ਤਾਂ ਪੜ੍ਹ ਲਿਖ ਕੇ ਮੇਰੀ ਸੇਵਾ ਤਾਂ ਕਰਦੀ, ਇਸ ਕੰਜਰ ਪਿੱਛੇ ਲੱਗ ਕੇ ਮੈਂ ਪੁੱਤਰ ਮੋਹ ਚ ਆ ਕੇ ਪਤਾ ਨੀ ਕੀ ਕੀ ਗਲਤੀਆਂ ਕਰ ਬੈਠੀ ਵੇ। ਭੈਣ ਜੀ ਤੁਸੀਂ ਕੋਈ ਗਲਤੀ ਨਹੀਂ ਕੀਤੀ, ਆਪਾਂ ਸਾਰੇ ਆਪਦਾ ਪਰਿਵਾਰ ਆ, ਤੁਸੀਂ ਸਾਡੇ ਵੱਡੇ ਹੋ, ਸਰਬੀ ਤੁਹਾਡੀ ਧੀ ਹੈ, ਹੈਂ?
ਤੇਰੀ ਧੀ ਹੈ। ਸਰਬੀ ਮੇਰੀ ਧੀ ਹੈ, ਸਰਬੀ ਮੇਰੀ ਧੀ ਹੈ। ਹਾਂ ਹਾਂ ਸਰਬੀ ਪੁੱਤ, ਤੂੰ ਮੇਰੀ ਧੀ ਹੈ। ਚੱਲ ਧੀ ਹੈ, ਤੈਨੂੰ ਮੈਂ ਬਹੁਤ ਵੱਡੇ ਘਰੇ ਵਿਆਹੂੰਗੀ। ਤੇਰਾ ਵਿਆਹ ਮੈਂ ਆਪਣੇ ਹੱਥੀ ਕਰੂੰਗੀ। ਤੂੰ ਸਰਦਾਰਨੀ ਬਣੇਗੀ, ਸਰਦਾਰਨੀ। ਆ ਤੂੰ ਜੀ ਖੜਾ ਕੀ ਕਰਦਾ, ਜਾ ਭੱਜ ਕੇ ਜਾ। ਔਰ ਟਿੱਬੇ ਵਾਲੇ ਸਰਦਾਰ ਦੀ ਦੱਸ ਪਈ ਸੀ ਨਾ ਰਿਸ਼ਤੇ ਬਾਰੇ ਸਰਬੀ ਦੇ, ਜਾ ਭੱਜ ਕੇ ਫਿਰ। ਹੈਂ, ਮੈਂ ਜਿਉਂਦੇ ਜੀ ਆਪਦੇ ਹੱਥੀ ਮੇਰੀ ਧੀ ਦੇ ਹੱਥ ਪੀੜੇ ਕਰੂੰਗੀ। ਭਾਬੀ, ਰਿਸ਼ਤਾ ਤੂੰ ਜਿੱਥੇ ਕਹੇਗੀ ਉੱਥੇ ਹੀ ਕਰ ਦਿਆਂਗੇ, ਪਰ ਘਰ ਅਮੀਰ ਨਹੀਂ ਚਾਹੀਦਾ, ਆਪਣੇ ਪਰਿਵਾਰ ਵਰਗਾ ਪਰਿਵਾਰ ਹੋਵੇ, ਥੋੜੀ ਬਹੁਤ ਜ਼ਮੀਨ ਹੋਵੇ, ਮੁੰਡਾ ਪੜ੍ਹਿਆ ਲਿਖਿਆ ਹੋਵੇ, ਬਸ। ਨਾਲੇ ਭੈਣ ਜੀ, ਤੁਹਾਨੂੰ ਤਾਂ ਪਤਾ ਹੀ ਹੈ, ਜਸਪ੍ਰੀਤ ਨੂੰ ਵੱਡੇ ਘਰ 'ਚ ਵਿਆਹੁਣ ਦਾ ਨਤੀਜਾ ਤਾਂ ਆਪਾਂ ਪਹਿਲਾਂ ਹੀ ਭੁਗਤ ਚੁੱਕੇ ਹਾਂ। ਨਹੀਂ ਤੂੰ ਉਹਨਾਂ ਨੂੰ ਛੱਡ ਪਰਾਂ, ਉਹ ਹੋਊਗਾ ਗੰਦਾ ਖਾਨਦਾਨ। ਇਹ ਤਾਂ ਟਿੱਬੇ ਵਾਲੇ ਸਰਦਾਰ ਹੈ, ਸਾਰਾ ਇਲਾਕਾ ਇਹਨਾਂ ਦੀ ਇੱਜ਼ਤ ਕਰਦਾ, ਲੱਖਾਂ 'ਚੋਂ ਇੱਕ ਹੈ। ਭਾਈ, ਮੈਂ ਤਾਂ ਆਪਦੀ ਧੀ ਦਾ ਰਿਸ਼ਤਾ ਉੱਥੇ ਹੀ ਕਰੂੰਗੀ। ਨਾ ਜਾ ਹੁਣ, ਇੱਥੇ ਖੜਾ ਕੀ ਕਰਦਾ। ਨਹੀਂ ਭਾਈ, ਇਹ ਨਹੀਂ ਹੋਣਾ ਭਰਜਾਈ, ਮਾਫ ਕਰੇ। ਚਲੋ ਚੱਲ ਮਿੰਦਰ ਕੌਰ। ਮਨਜੋਤ, ਮੈਨੂੰ ਸਰਬੀ ਦੱਸਦੀ ਸੀ ਕਿ ਉਹਦੇ ਬਾਪੂ ਦੀ ਇੱਕੋ ਮੰਗ ਹੈ ਕਿ ਉਹਨਾਂ ਨੂੰ ਪਰਿਵਾਰ ਬਹੁਤਾ ਅਮੀਰ ਨਹੀਂ ਚਾਹੀਦਾ। ਦੇਖ ਭਾਈ ਮਨਜੋਤ ਸਿਆ, ਜੇ ਪਿਆਰ ਕੀਤਾ ਤਾਂ ਘਰਦਿਆਂ ਨੂੰ ਤਾਂ ਮਨਾਉਣਾ ਹੀ ਪੈਣਾ, ਜਾ ਕੇ ਨਾ ਮਨਾ ਬੇਬੇ ਬਾਪੂ ਨੂੰ, ਫੇਰ ਕੰਮ ਚੱਲੂ। ਬਾਕੀ ਰਿਸ਼ਤੇ ਵਾਲੀ ਗੱਲ ਤਾਂ ਅਸੀਂ ਤੋਰ ਹੀ ਲੈਣੀ ਹੈ। ਸਰਦਾਰਨੀ ਸਰਦਾਰਨੀ, ਛੋਟੇ ਸਰਦਾਰ ਹਰੀ ਆ ਗਏ। ਆ ਗਏ ਭਾਈ, ਆ ਗਏ। ਠੀਕ ਹੈ, ਮੈਂ ਵੇਖ ਪਿਛਲਿਆ। ਹਾਏ, ਮੈਂ ਮਰ ਗਈ ਜੀ, ਤੁਹਾਡਾ ਲਾਡਲਾ ਪੁੱਤ ਮਨਜੋਤ ਆ ਗਿਆ। ਵਾਹਿਗੁਰੂ ਸਰਬੱਤ ਦਾ ਭਲਾ ਕਰਿਓ, ਕਿਰਪਾ ਕਰਿਓ ਮਹਾਰਾਜ।
ਚਲੀਏ ਬਾਪੂ ਜੀ। ਠੀਕ ਹੈ। ਓ ਹਾਂ ਬਈ, ਤਿਆਰ ਹੋ? ਹਾਂ ਜੀ ਸਰਦਾਰ ਜੀ। ਹਾਂ ਤਿਆਰੀ। ਗੱਲ ਸੁਣ ਲਓ ਮੇਰੀ, ਮੈਂ ਤੁਹਾਨੂੰ ਬਿਨਾਂ ਸਰਦਾਰ ਦੇ ਕਹੇ ਤੇ ਇੱਥੇ ਲੈ ਕੇ ਆਇਆ। ਮੈਂ ਤੁਹਾਨੂੰ ਦੱਸਾਂ, ਹਾਂ ਗੱਲ ਨਹੀਂ ਬਾਤ ਨਹੀਂ ਤੇ ਮੇਰੀ ਸੁਣ ਲਓ ਗੱਲ। ਜਦੋਂ ਸਰਦਾਰ ਥੱਕ ਕੇ ਹੰਬ ਹਾਰ ਕੇ ਸੌਂਗੇ, ਜਦੋਂ ਉਹਨਾਂ ਦੀ ਅੱਖ ਲੱਗ ਗਈ, ਬਸ ਤੁਸੀਂ ਉਸੇ ਵੇਲੇ ਹੀ ਸਾਰਾ ਕੰਮ ਮੁਕਾ ਦੇਣਾ। ਮੈਂ ਤੁਹਾਨੂੰ ਦੱਸਾਂ, ਸਰਦਾਰ ਹੋਣੀ ਤਾਂ ਵੱਡੇ ਬੰਦੇ, ਉਹਨਾਂ ਕੋ ਕੰਮ ਕਰ ਕਿੱਥੇ ਹੋਣਾ। ਇਹ ਕੰਮ ਕਰ ਸਾਰੇ ਹੁਣ ਤੁਹਾਨੂੰ ਕਰਨੇ ਪੈਣੇ ਬਾਈ। ਨਾ ਤੁਸੀਂ ਕੀ ਕਰੋਗੇ? ਅਸੀਂ ਕਰਾਂਗੇ ਤੁਹਾਡੀ ਨਿਗਰਾਨੀ, ਕਿਉਂਕਿ ਅਸੀਂ ਸਰਦਾਰ ਦੇ ਖਾਸ ਮੈਨੇਜਰ ਹਾਂ। ਉਹ ਤੁਸੀਂ ਸੌਰੀ ਦਿਓ, ਸਾਡੇ ਕਰਿੰਦੇ ਹੋ, ਠੀਕ ਹੈ ਨਾ? ਪਤਾ ਨਹੀਂ ਲੱਗਣਾ ਚਾਹੀਦਾ। ਨਾਲੇ ਗੱਲ ਸੁਣ ਲਓ, ਕਿਤੇ ਸੌਰੀ ਦਿਓ, ਭੱਜ ਭੁੱਜ ਨਾ ਜਾਇਓ। ਅਸੀਂ ਨਹੀਂ ਭੱਜਦੇ। ਫਿਰ ਠੀਕ ਹੈ, ਲੈ ਕੰਮ ਤੇ ਸ਼ੁਰੂ ਹੋ ਜਾਓ। ਫਿਰ ਉਹ ਕਬੜ ਜਾ ਕਾਲਿਆ, ਪਹਿਲਾਂ ਇਹਨਾਂ ਦੇ ਮੂੰਹ ਤੇ ਟੱਕ ਦੇ, ਉਹ ਸਰਦਾਰ ਜੀ ਨੇ ਤੇ ਝੱਟ ਪਛਾਣ ਜਾਣਾ। ਇਹ ਵੀ ਗੱਲ ਠੀਕ ਹੈ, ਟਕਣ ਨੂੰ ਕਿਹੜਾ ਵੱਡੀ ਗੱਲ ਹੈ। ਇਹ ਕਿਹੜਾ ਆਪਾਂ ਟਕਣ ਲਾਉਣਾ? ਆ ਮੂੰਹ ਟਕਤਾ, ਆ ਲੈ ਸਾਰੇ ਡਰਦੇ ਬਣ ਕੇ ਵਜਨ ਪਿਆ ਵਿੱਚ ਕਿਉੜਾ ਸੌਰੀ ਦਿਓ। ਹਾਂ ਮੈਂ ਸੋ ਦੱਸਾਂ, ਉਹ ਸਰਦਾਰ ਜੀ ਵੀ ਆ ਗਏ। ਫਿਰ ਲਿਓਣਾ ਡੋਲੂ ਫੜ ਬਸ। ਬਾਬੀ ਮੈਂ ਕਿਹਾ ਸਤਿ ਸ੍ਰੀ ਅਕਾਲ ਬੋਲਦੇ ਆ ਸਰਦਾਰ ਸਾਹਿਬ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਆ ਗਈ ਓਏ ਸਰਦਾਰ ਜੀ, ਇਹ ਡਰਨੇ ਆ ਜੀ। ਓ ਡਰਨੇ ਇੱਕ ਦੋ ਹੁੰਦੇ ਆ, ਇੰਨੇ ਡਰਨੇ ਸਿਰ ਚ ਮਾਰਨੇ। ਦਰਅਸਲ ਗੱਲ ਇਹ ਆ ਸਰਦਾਰ ਜੀ, ਅਸੀਂ ਇਹਨੂੰ ਫਸਲ ਤੇ ਚਾਰ ਛਪੇਰੇ ਖੜੇ ਕਰਾਂਗੇ। ਇਹਦੇ ਨਾਲ ਦੀ ਸੁੰਡੀ ਸੰਡੀ ਨਹੀਂ ਪੈਂਦੀ। ਮੈਂ ਸੋ ਦੱਸਾਂ, ਅੱਛਾ ਇਹ ਫਿਰ ਹਿੱਲਦੇ ਕਿਉਂ? ਹਵਾ ਚੱਲਦੀ ਹੈ ਜੀ, ਹਵਾ। ਅੱਛਾ ਅੱਛਾ ਅੱਛਾ। ਬਾਪੂ ਜੀ ਇਹ ਡਰਨੇ ਡੁਰਨੇ ਕੋਈ ਨਹੀਂ, ਆਪਣੇ ਕਾਮਿਆਂ ਦਾ ਨਾਨਕਾ ਮੇਲਾ ਧੱਕੇ ਨਾਲ ਆ ਗਿਆ। ਹਾਂ ਬਿਲਕੁਲ। ਦਰਅਸਲ ਸਰਦਾਰ ਜੀ ਗੱਲ ਇਹ ਹੈ, ਕਿੰਨਾ ਕੰਮ ਕਰਨ ਵਾਲਾ ਪਿਆ ਜੀ। ਪਾੜੀ ਲਾਉਣ ਵਾਲਾ, ਸਪਰੇ ਕਰਨ ਵਾਲੀ, ਬਿਲਕੁਲ ਇਕੱਲੇ ਕਰਦੇ ਚੰਗੇ ਹੀ ਲੱਗਦੇ ਜੀ। ਤੁਸੀਂ ਸਾਨੂੰ ਹੁਕਮ ਦਿਆ ਕਰੋ, ਅਸੀਂ ਆਪ ਕਰਿਆ ਕਰਾਂਗੇ। ਹਾਂਜੀ ਹਾਂਜੀ, ਅਸੀਂ ਦੋਨੇ ਖਾਸ ਮੈਨੇਜਰ ਹਾਂ ਜੀ ਤੁਹਾਡੇ। ਵਾਕਈ ਖਾਸ ਹਾਂ? ਆਓ ਫਿਰ, ਮੇਰੇ ਗੋਲ ਗੱਪੇ ਹੋ, ਮੇਰੇ ਬੱਗੂ ਗੋਸ਼ੀ ਹੋ, ਆਓ ਫਿਰ ਚੱਲ ਜੀ। ਆ ਜਾਓ ਆ ਜਾਓ ਆਓ। ਫਸਲ ਤਾਂ ਵਧੀਆ ਖੜੀ ਆ ਬਾਪੂ ਜੀ, ਵਧੀਆ ਲੱਗਦੀ ਆ। ਹਾਂਜੀ ਬਾਪੂ ਜੀ। ਆਓ ਜੀ ਜਰਾ। ਬਾਪੂ ਜੀ ਤੁਸੀਂ ਕਰੋ ਸਪਰੇ ਤੇ ਮੈਂ ਉਹ ਵੱਟ ਦੇਖ ਕੇ ਆਉਣਾ। ਠੀਕ ਹੈ। ਓਏ ਸਰਦਾਰ ਨੇ ਤਾਂ ਸਪਰੇ ਵਾਲੀ ਟੈਂਕੀ ਪਾ ਲਈ। ਚੁੱਪ ਕਰਦਾ ਸੌਰੀ ਦਿਆ, ਐਵੇਂ ਡਰਨਾ ਹੋ ਕੇ ਡਰੀ ਜਾਂਦਾ। ਮੈਂ ਕਿਹਾ ਕੋਈ ਗੱਲ ਨੀ, ਮੈਂ ਹੈਗਾ। ਉਹ ਡਰਦਾ ਤਾਂ ਨਹੀਂ, ਪਰ ਤੈਨੂੰ ਪਤਾ ਬਈ ਮੈਨੂੰ ਸਪਰੇਅ ਚੜ ਜਾਂਦੀ ਆ। ਉਹ ਤੇ ਤੂੰ ਆਪਣਾ ਸਾਹ ਰੋਕ ਕੇ ਰੱਖ, ਤੇਰੀ ਹਵਾ ਨੱਕੇ ਪਾਸੋਂ ਨਿਕਲ। ਬਸ ਸਰਦਾਰ ਆ ਗਿਆ। ਸਰਦਾਰ ਜੀ ਥੱਕ ਤਾਂ ਨਹੀਂ ਗਏ ਜੀ? ਮੈਂ ਕਿਹਾ ਕੋਈ ਗੱਲ ਨੀ ਜੀ, ਮੈਂ ਕਰ ਲੈਣਾ ਜੀ ਸਪਰੇਅ।
ਡਰਨਾ ਹੈ ਜੀ, ਜਿੰਨੀ ਮਰਜ਼ੀ ਦਵਾਈ ਕਰੀ ਜਾਓ, ਸਪਰੇ ਛਿੜਕੀ ਜਾਓ, ਇਹ ਡਿੱਗਦਾ ਨਹੀਂ ਜੀ। ਉਹ ਤਾਂ ਜੀ ਸਾਡੇ ਨਾਲ ਠੱਗੀ ਮਾਰ ਕੇ ਮਾੜੀ ਕੁਆਲਿਟੀ ਦਾ ਮਾਲ ਦੇਤਾ ਸਾਨੂੰ। ਲਓ ਜੀ ਮੇਰੇ ਖਾਸ ਮੈਨੇਜਰੋ, ਸਪਰੇ ਮੈਂ ਦਿੱਤੀ ਹੈ ਘਰ, ਤੇ ਹੁਣ ਖਾਦ ਪਾਉਣ ਵਾਲਾ ਪਿਆ, ਪਾਣੀ ਦੇਣ ਵਾਲਾ ਪਿਆ, ਵੱਟਾਂ ਪਾਉਣ ਵਾਲੀਆਂ ਪਈਆਂ, ਸੁਹਾਗਾ ਫੇਰਨ ਵਾਲਾ ਪਿਆ, ਤੇ ਲਟਰਮ ਪਟਰਮ ਬਹੁਤ ਕੰਮ ਪਿਆ। ਸਾਰੇ ਕੰਮ ਖਤਮ ਕਰਕੇ ਆਇਓ, ਨਹੀਂ ਤਾਂ ਇਹੋ ਜਿਹਾ ਛਤਰੌਲਾ ਹੋਊਗਾ, ਇਹੋ ਜਿਹਾ ਛਤਰੌਲਾ ਹੋਊਗਾ, ਤੁਹਾਡੀਆਂ ਸੱਤ ਪੁਸ਼ਤਾਂ ਯਾਦ ਰੱਖਣਗੀਆਂ। ਚੰਗਾ, ਆ ਪੁੱਤ ਜਿਹੜਾ ਡੋਲੂ ਫੜਾ, ਇਹ ਵੀ ਨਾਲ ਲੈਂਦੇ ਆਇਓ। ਹੈ ਜੀ, ਵਾਹ ਮੇਰੇ ਬਚੜਿਓ, ਮੈਂ ਸਦਕੇ ਜਾਵਾਂ। ਆ ਆਓ ਜਰਾ ਕੰਮ ਨੂੰ ਸ਼ੁਰੂ ਆ ਕੇ ਆਇਓ, ਨੀ ਵੇਖਿਓ ਬਣਦਾ ਕੀ ਹੈ ਤੁਹਾਡਾ। ਓਏ ਸਰਦਾਰ ਜੀ ਨੇ ਨਵਾਂ ਪੰਗਾ ਪਾਤਾ। ਓਏ ਪੰਗਾ ਕਾਦਾ, ਇਹਦਾ ਜੱਬ ਚ ਹੀ ਪਾਤਾ, ਮੈਂ ਤਾਂ ਸਭ ਨਹੀਂ ਲਿਆਉਂਦੀ, ਹੁਣ ਕੀ ਕਰੀਏ ਤੇ ਕੀ ਨਾ ਕਰੀਏ। ਆ ਚਲੀ ਇੱਧਰ ਨੂੰ, ਆਓ ਆਪਣੀ ਪੈਲੀ। ਓ ਚੂਚਿਆ, ਓਏ ਮੇਰੀਆਂ ਲੱਤਾਂ ਘੋਟੋਏ, ਮੇਰੀਆਂ ਲੱਤਾਂ ਗਈਆਂ ਈ। ਓਏ ਲੱਗਦਿਆ ਲੱਤਾਂ ਦਿਆ, ਓ ਪਹਿਲਾਂ ਮੇਰੀਆਂ ਬਾਹਾਂ ਘੁੱਟ ਕੇ ਇਹਨਾਂ ਨੂੰ ਚਲਦੀਆਂ ਤਾਂ ਕਰ ਸਹੁਰੀ ਦਿਆ, ਓਏ ਫੇਰ ਹੀ ਤੇਰੀਆਂ ਲੱਤਾਂ ਕੁੱਟੂਗਾ, ਓ ਫੇਰ ਹੀ ਤੇਰੇ ਖੁਰੜੇ ਕੁੱਟੂਗਾ। ਹਰ ਬਾਹਰ ਗਿਆ ਡੁੱਬੀ ਤਾਂ ਜੇ ਸਾਹ ਨਾ ਆਇਆ, ਸਾਲਿਆ ਮੇਰੀਆਂ ਤੇ ਆਪ ਲੱਤਾਂ ਪਾਟਣ ਚ ਆਈਆਂ। ਓਏ ਮਗਾ ਬਾਈ, ਮਗਾ ਹਵੇਲੀ ਚ ਨਜ਼ਾਰੇ ਸੀਗੇ, ਮੌਜਾਂ ਮਾਰਦੇ ਸੀਗੇ ਤੇ ਬੁੱਲੇ ਪੜਦੇ ਸੀਗੇ, ਇੱਥੇ ਤਾਂ ਸੋਹਰੀ ਦਾ ਸਾਹ ਨਾ ਸਾਹ ਨੀ ਰਲਦਾ। ਸਹੀ ਗੱਲ ਆ, ਹਵੇਲੀ ਚ ਤਾਂ ਉਹ ਗੱਲ ਸੀ ਬਾਬਾ ਟੱਲ ਦੇਵੇ ਪੱਕੀਆਂ ਪਕਾਈਆਂ ਕੱਲ। ਉਹ ਦੇਖ ਬਾਪੂ ਕਿਵੇਂ ਚੀਕਾਂ ਮਾਰੀ ਜਾਂਦੇ ਆ, ਸਾਰੀ ਉਮਰ ਵੇਲੀਆਂ ਖਾਧੀਆਂ, ਅੱਜ ਸਰਪੰਚ ਦੇ ਘਰ ਵਾਲੀ ਆਈ ਸੀ। ਅੱਛਾ। ਉਹ ਕਹਿੰਦੀ ਕਿ ਤੁਸੀਂ ਸ਼ਹਿਰ ਦੇ ਵਿੱਚ ਏਡੀ ਵੱਡੀ ਹਵੇਲੀ ਛੱਡ ਕੇ ਇੱਥੇ ਪਿੰਡ ਚ ਦੁਆਰਾ ਰਹਿਣ ਆ ਗਏ। ਉਹ ਮਾਂ ਮੇਰੀ, ਇਹ ਆਪਣਾ ਜੱਦੀ ਪਿੰਡ, ਜੱਦੀ ਜ਼ਮੀਨ, ਜੱਦੀ ਘਰ, ਆਪਾਂ ਨੂੰ ਕਿਤੇ ਡਰਾ ਕਿਉਂ ਬਾਪੂ? ਹਾਂ ਬਿਲਕੁਲ ਠੀਕ ਹੈ, ਨਾਲੇ ਦੁਨੀਆ ਦੀ ਬਾਲੀ ਪਰਵਾਹ ਨਹੀਂ ਕਰੀਦੀ, ਓਏ ਆਪਣਾ ਮਸਲਾ ਹੱਲ ਹੁੰਦਾ ਹੀ ਆਪਾਂ ਹਵੇਲੀ ਜਾ ਵੜਨਾ। ਹੈ ਕਿਹੜੀ ਗੱਲ ਕਰਦੀ ਆ? ਵੇ ਮਨਜੋਤ ਪੁੱਤ, ਹਾਂਜੀ, ਜਿਹਦੀ ਖਾਤਰ ਅਸੀਂ ਰਾਜੇ ਤੋਂ ਰੰਕ ਬਣ ਕੇ ਇਸ ਪਿੰਡ 'ਚ ਰਹਿਣ ਆਏ ਹੋਏ ਹਾਂ, ਤੂੰ ਇਹ ਤਾਂ ਦੱਸ ਉਹਨੂੰ ਮਿਲਾ ਕਦੋਂ ਰਿਹਾ? ਓਏ ਪੁੱਤਰਾ, ਹੁਣ ਤਾਂ ਛੇਤੀ ਮਿਲਾ, ਆ ਮੈਨੂੰ ਚੈਨ ਨਹੀਂ ਆਉਂਦਾ, ਨਾ ਹੀ ਉਹ ਆਪਣੇ ਲਾਡਲੇ ਕੰਮ ਆ ਜਿਹੜੇ ਖੇਤਾਂ ਵਿੱਚ ਨਾਨਕਾ ਮੇਲ ਬਣੀ ਬੈਠੇ, ਮੈਂ ਛੇਤੀ ਕਰ ਦਿੱਤਾ। ਬਾਪੂ ਜੀ, ਮੈਂ ਤਾਂ ਤੁਹਾਡੇ ਤੋਂ ਵੀ ਕਾਹਲਾ, ਬਸ ਅੱਜ ਦੀ ਰਾਤ ਕੱਟੋ, ਕੱਲ੍ਹ ਸਵੇਰੇ ਹੀ ਮਿਲਾ ਦਿੰਦਾ ਉਹਨੂੰ। ਬੇਬੇ, ਹਾਂ ਪੁੱਤ, ਮੈਂ ਚੱਲੀ ਹਾਂ। ਆ ਲੈ ਸਰਬੀ ਪੁੱਤ, ਗੱਲ ਸੁਣ, ਡਿਊਟੀ ਤੋਂ ਫ੍ਰੀ ਹੁੰਦੀ ਨਾ ਫਟਾਫਟ ਬਾਜ਼ਾਰ ਆ ਜੀ, ਤੇਰੇ ਭੂਆਈ ਤੇ ਫੁੱਫੜ ਜੀ ਦੇ ਕੱਪੜੇ ਲੈ ਕੇ ਆਉਣੇ ਨੇ, ਮਕਾਨ ਬਣਾਇਆ ਨਾ ਨਵਾਂ ਉਹਨਾਂ ਨੇ, ਉਹਨਾਂ ਨੂੰ ਦੇ ਕੇ ਆਵਾਂਗੇ ਫਿਰ ਮੂਰਤ ਤਲ ਦੇਣ। ਹੈ
ਮੈਂ ਆ ਜਾਊਂਗੀ ਹੁਣ ਮੈਂ ਲੇਟ ਹੋ ਰਹੀ ਹਾਂ ਹਾਂ ਬਾਏ ਹੈ ਨਾ ਖੰਡ ਵਰਗਾ ਮਿੱਠਾ ਤੇ ਹੁਣ ਮੈਨੂੰ ਖੰਡ ਵਰਗੀ ਮਿੱਠੀ ਇੱਕ ਮਿੱਠੀ ਦੇ ਦੇ ਹੈ ਕੀ ਹੋ ਰਿਹਾ ਹੈ ਪੁੱਤ ਇਹ ਮੈਨੂੰ ਪਿਆਸਾ ਕਊਆ ਲੇਖ ਸੁਣਾਉਂਦਾ ਸੀ ਹਨਾ ਪੁੱਤ ਪਿਆਸਾ ਕਊਆ ਇਹ ਭੁੱਖਾ ਕਊਆ ਤੇ ਨਾਲੇ ਲੇਖ ਸੁਣਾ ਰਿਹਾ ਸੀ ਕਿ ਖਵਾ ਰਿਹਾ ਸੀ ਉਹ ਨਹੀਂ ਪੁੱਤ ਇਹੋ ਜੀ ਕੋਈ ਗੱਲ ਨਹੀਂ ਮੈਂ ਤੁਸੀਂ ਰਹਿਣ ਦਿਓ ਤੁਸੀਂ ਜਵਾਗ ਵਿਗਾੜਨ ਲੱਗੇ ਹੋਏ ਹੋ ਤੇ ਨਾਲੇ ਇਹਨਾਂ ਚੀਜ਼ਾਂ ਨਾਲ ਉਹਦੇ ਦੰਦ ਖਰਾਬ ਹੋ ਜਾਣੇ ਆ ਤੇ ਤੁਸੀਂ ਤੁਹਾਡੀ ਸ਼ੂਗਰ ਜਿਵੇਂ ਬੜੀ ਕੰਟਰੋਲ 'ਚ ਹੈ ਉਹ ਮੇਰਾ ਫਿਕਰ ਨਾ ਕਰਿਆ ਕਰ ਪੁੱਤ ਇੰਨਾ ਤੁਸੀਂ ਨਾ ਬਸ ਕਰੋ ਉੱਠ ਸਕੂਲ ਲਈ ਦੇਰ ਨਹੀਂ ਹੋ ਰਹੀ ਪਤਾ ਨਾ ਬਸ ਕਿੰਨੇ ਵਜੇ ਆਉਂਦੀ ਹੈ ਚੱਲ ਪੁੱਤ ਚੱਲ 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 ਛੇਤੀ ਚੱਲ ਆ ਜਾਓ ਬਈ ਤੁੰਬੜਪਨ ਨਾਲੇ ਥੱਲੇ ਆ ਜਾਓ ਚਲੋ ਬਈ ਚੜੋ 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 ਤਲਵੰਡੀ ਫਰੀਦਕੋਟ ਤਲਵੰਡੀ ਫਰੀਦਕੋਟ ਚੱਲ ਬਈ ਉਹ ਕਾਕਾ ਹਾਂਜੀ ਦੂਜੀ ਬੱਸ ਕਦੋਂ ਆਊਗੀ ਉਹ ਬਾਪੂ ਇਹ ਦੂਜੀ ਆ ਪਹਿਲੀ ਖਰਾਬ ਹੋ ਗਈ ਆ ਚੱਲ ਚੱਲ ਉਹ ਚੰਗਾ ਹੋ ਗਿਆ ਮੈਂ ਤੀਜੀ ਬੱਸ ਤਨਾ ਚੜ ਗਿਆ ਉਹ ਚੱਲ ਬਈ ਸੰਦਰਾ ਸਵਾਰੀਆਂ ਚਾਰ ਬੱਸਾਂ ਦੀਆਂ ਨਹੀਂ ਫਿਰਦਾ ਪਿਆਰੀ ਸੂਰਤ ਹਾਏ ਮੈਂ ਮਰ ਜਾ ਕਿਤੇ ਨਜ਼ਰ ਹੀ ਨਾ ਲੱਗ ਜੇ ਓ ਕੁਲਦੀਪ ਕੌਰ ਕਦੇ ਮਾਂ ਪਿਓ ਦੀ ਵੀ ਨਜ਼ਰ ਲੱਗਦੀ ਹੁੰਦੀ ਹੈ ਆ ਜਾ ਜਾ ਗੇਰਾ ਚਲੋ ਚਲੋ ਬਈ ਓ ਮੈਂ ਜਾ ਮਾਮਾ ਤੂੰ ਭੱਜਾ ਫੰਦਾ ਲਿਆ ਧੀਏ ਛੋਟੇ ਨੂੰ ਮੇਰੇ ਕੋ ਭੇਜ ਦੇ ਆ ਜਾ ਆ ਜਾ ਆ ਜਾ ਆ ਤੇਰੀ ਛਾਵਾਂ ਦੇ ਆ ਜਾ ਧੀਏ ਤੂੰ ਚੱਲ ਵੇ ਉੱਥੇ ਬਹਿ ਜਾ ਕੇ ਨਹੀਂ ਆਂਟੀ ਕੋਈ ਗੱਲ ਨਹੀਂ ਤੂੰ ਉੱਥੇ ਚੱਲ ਤੁਸੀਂ ਆ ਜਾਓ ਆ ਜਾਓ ਹਾਂ ਚੱਲ ਓਏ ਟੇਕ ਕੇ ਬਹਿ ਜਾ ਵਾਹ ਹਾਂ ਵੇ ਕੀ ਨਾਮ ਹੈ ਤੇਰਾ ਹਰਜਸ ਹਰਜਸ ਹੱਲਾ ਬੱਲਾ ਐਡਾ ਵੱਡਾ ਨਾਂ ਕਿਤੇ ਕਮਾਲ ਕਰ ਛੱਡੀ ਹੈ ਜੀ ਹਰੀ ਦਾ ਜਸ ਵਾਹ ਜੀ ਵਾਹ ਜੀ ਬਹੁਤ ਸੋਹਣਾ ਨਾਂ ਕੀ ਬਾਤ ਹੈ ਹੱਸ ਸਦ ਕੇ ਜਾਵਾਂ ਛੋਟੂ ਤੇ ਆਹ ਵਾਹ ਵਾਹ ਆਂਟੀ ਜੀ ਆ ਗੋਲੀ ਮੂੰਹ ਚ ਪਾ ਲਓ ਤੁਹਾਨੂੰ ਆਰਾਮ ਆ ਜਾਊਗਾ ਚੂਸੋ ਵਾਹ ਜੀ ਵਾਹ ਡਾਕਟਰ ਜੀ ਤੁਸੀਂ ਤਾਂ ਕਮਾਲ ਕਰ ਛੱਡੀਏ ਸਾਡੇ ਪਿੰਡ ਦੇ ਕਿਸੇ ਡਾਕਟਰ ਤੋਂ ਇਹਨਾਂ ਦੀ ਖੰਗ ਨਹੀਂ ਠੀਕ ਹੋਈ ਤੇ ਤੁਸੀਂ ਤੇ ਇੱਕੋ ਗੋਲ ਚ ਠੀਕ ਕਰ ਛੱਡਿਓ ਵਾਹ ਜੀ ਵਾਹ ਆ ਪੁੱਤੇ ਮੈਨੂੰ ਅੱਖਾਂ ਤੋਂ ਕੁਝ ਨਹੀਂ ਜਿੰਦਾ ਆ ਤੇਰੀ ਚਾਚੀ ਨੂੰ ਵੇਖਿਆ ਸਾਲ ਹੋ ਗਏ ਆ ਪਤਾ ਨਹੀਂ ਜਵਾਨ ਆ ਕੇ ਬੁੱਢੀ ਹੋ ਗਈ ਹੋਣੀ ਓ ਸਾਡੇ ਪਿੰਡ ਵਾਲੇ ਬੈਦਰੇ ਫਣੀਆਂ ਓ ਡਰਨਾ ਫਣੀਆਂ ਸੱਪ ਦੀ ਕੱਜ ਦਾ ਸੁਰਮਾ ਬਣਾਇਆ ਓਏ ਉਹ ਇੱਕ ਸਲਾਈ ਪਾਲਾ ਓਏ ਤੈਨੂੰ ਤੇਰੇ ਵਾਲੀ 25 ਸਾਲਾਂ ਦੀ ਦਿਸ ਲੱਗ ਜੂ ਇੱਕ ਸਲਾਈ ਤੂੰ ਹੀ ਪਵਾਲੀ ਤੇਰੇ ਵਾਲੀ ਜਵਾਕਾਂ ਵਾਂਗੂ ਦਿਖਣ ਲੱਗ ਪੂ ਬਿਨਾਂ ਗੱਲੋਂ ਬਿਨੂ ਢਲੋ ਨਾ ਬਣਿਆ ਕਰ ਤੁਸੀਂ ਕੱਲ ਡਿਸਪੈਂਸਰੀ ਆ ਕੇ ਦਵਾਈ ਲੈ ਲਿਓ ਅੱਖਾਂ ਦੀ ਠੀਕ ਹੈ ਡਿਸਪੈਂਸਰੀ ਆਏਗਾ
ਆ ਕੀ ਤੁਸੀਂ ਮਜ਼ਾਕ ਬਣਾਇਆ ਸਾਰਿਆਂ ਨੇ? ਜਿਹਨੂੰ ਜਿਹਨੂੰ ਦਵਾਈ ਚਾਹੀਦੀ ਆ ਉਹ ਬੀਬਾ ਜੀ ਕੋਲ ਡਿਸਪੈਂਸਰੀ ਜਾ ਕੇ ਲੈ ਲਿਓ, ਠੀਕ ਹੈ ਨਾ ਜੀ? ਹਾਂਜੀ ਆਏ ਹੱਥ ਤੇ ਹੱਥ ਰੱਖੇ ਨੀ ਸਰਨਾ, ਸਰਨਾ ਆਏ ਵੀ ਨੀ, ਕਰੋ ਕੁਛ, ਦੱਸੋ। ਸੋਚ ਤਾਂ ਲੈਣ ਦੇ ਪੁੱਤ, ਦੱਸਦੇ ਆ। ਉਤਾਰੀ ਹਾਂ ਬਾਈ, ਦੇ ਤਾਈ ਨੂੰ ਪੈਸੇ, ਦੇ ਦੇਣਾ ਬਾਈ। ਯਾਰ ਆਇਆ ਕਹ, ਦਸ ਹਜ਼ਾਰ ਦੇ ਦੀ, ਦੇ ਦੇਣਾ ਬਾਈ। ਬਾਈ ਹਾਂ, ਹੁਣ ਬਣੂ ਗੱਲ? ਨਹੀਂ, ਮੰਨਣੀ ਨੀ ਕਰਮੇ ਨੇ। ਤਾਰੀ ਰਹਿਣ ਦੇ ਬਈ, ਠੀਕ ਹੈ ਬਾਈ। ਰੰਗੀ ਹਾਂ ਬਾਈ, ਤੋਰ ਫਿਰ ਪਟਿਆਲੇ ਵਾਲੇ ਪਾਸੇ ਗੱਲ, ਠੀਕ ਆ ਬਾਈ। ਮੈਂ ਤਾਂ ਐਂ ਕਹਿੰਦੀ ਸੀ, ਮੈਂ ਕਿਹਾ ਬਈ ਮੰਨਣੀ ਉਹਦੀ ਨੀ, ਪਰ ਮੋੜਦਾ ਵੀ ਨੀ ਉਹਦੀ। ਤਾਈ ਹਾਂ ਤਾਂ ਕਰਾਉਣੀ ਹੀ ਪੈਣੀ ਹੈ। ਤਾਰੀ ਲਿਆ ਫਿਰ ਪੈਸੇ, ਤੋਰੀਏ ਤਾਈ ਨੂੰ ਉਹਨਾਂ ਕੋਲੇ ਜਿਹਦੀ ਮੇਰੇ ਸਹੁਰਾ ਸਾਹਿਬ ਵੋਟ ਦੇਣੀ ਹੈ। ਮੈਂ ਤਾਂ ਭੱਜੀ ਜਾਊਂ, ਨਾਲੇ ਸ਼ਾਨੇ ਦੇ ਬਾਪੂ ਨੂੰ ਲੈ ਜਾਊਂ ਨਾਲ। ਹੁਣ ਬਣੂ ਤੇਰੀ ਗੱਲ ਬਾਈ। ਹਾਂ ਦੇ ਆਵਾਂ ਫਿਰ ਮੇਚਾ, ਹਾਂ ਮੁੰਦਰੀ ਦਾ, ਹਾਂ ਝਾਂਜਰ ਦਾ, ਐਂ ਕਰਕੇ। ਅੰਦਰੋਂ ਦੁਖੀ ਆ ਨਾ, ਦੇਖ ਲਾ ਭਰਾ ਹੀ ਭਰਾ ਦੀਆਂ ਬਾਹਾਂ ਹੁੰਦੇ ਨੇ। ਇਹਨੇ ਤਾਂ ਬਥੇਰਾ ਕਿਹਾ ਵੀ ਸਰਬੀ ਮੇਰੀ ਕੋਈ ਧੀ ਆ, ਅਸੀਂ ਤਾਂ ਬਥੇਰਾ ਵੱਡਾ ਘਰ ਲੱਭਿਆ ਸੀ, ਕੁੜੀ ਰਾਜ ਕਰਦੀ, ਬਸ ਕਰਮ ਸਿੰਘ ਨੇ ਤੋੜ ਕੇ ਜਵਾਬ ਦਿੱਤਾ। ਭਾਬੀ ਜਦੋਂ ਦੀ ਜਸਪ੍ਰੀਤ ਦੀ ਮੌਤ ਹੋਈ ਹੈ ਨਾ, ਬਾਈ ਜਮਾਂ ਉਖੜਿਆ ਰਹਿੰਦਾ, ਕਿਸੇ ਦੀ ਮੰਨਦਾ ਹੀ ਨਹੀਂ ਨਾ। ਉਹ ਤਾਂ ਗੱਲ ਠੀਕ ਹੈ ਤੇਰੀ, ਨਾਲੇ ਅਸੀਂ ਕਿਤੇ ਉੱਪਰੇ ਸੀ, ਵੱਡੇ ਭਰਾ ਦਾ ਮਾਣ ਹੀ ਰੱਖਣਾ ਸੀ ਨਾ। ਮੁੰਡਾ ਤਾਂ ਦੇਖ ਲੈਂਦਾ ਇੱਕ ਵਾਰੀ, ਘਰ ਬਾਰ ਦੇਖ ਲੈਂਦਾ, ਜੇ ਨਾ ਪਸੰਦ ਆਉਂਦਾ ਅਸੀਂ ਕਿਹੜਾ ਕਿਤੇ ਧੱਕਾ ਕਰਨਾ ਸੀ। ਭਾਬੀ ਜਦੋਂ ਉਹ ਗੱਲ ਸੁਣਦਾ ਹੀ ਨਹੀਂ ਕਿਸੇ ਦੀ, ਆਪਾਂ ਕਰ ਵੀ ਕੀ ਸਕਦੇ ਹਾਂ। ਦੇਖ ਬੀਬੀ,
ਘਰ ਦੀਆਂ ਭੈਣਾਂ ਦੀ ਕੋਈ ਨਹੀਂ ਮੋੜਦਾ ਹੁੰਦਾ। ਤੂੰ ਘਰ ਦੀ ਧੀ ਹੈ, ਤੂੰ ਇੱਕ ਵਾਰੀ ਗੱਲ ਕਰਕੇ ਤਾਂ ਦੇਖ ਲੈ। ਤੈਨੂੰ ਨਹੀਂ ਜਵਾਬ ਦਿੰਦਾ, ਤੂੰ ਗੱਲ ਕਰ। ਤੂੰ ਐਂ ਕਰ, ਤੂੰ ਮੈਨੂੰ ਮੁੰਡਾ ਵਿਖਾ, ਮੈਂ ਕਰਦੀ ਹਾਂ ਗੱਲ। ਮੁੰਡਾ ਤਾਂ ਮੈਂ ਕੱਲ੍ਹ ਨੂੰ ਬੁਲਾ ਲੈਂਦੀ ਹਾਂ। ਆਹੋ, ਕੱਲ੍ਹ ਨੂੰ ਬੁਲਾ ਲਾ। ਹਾਂਜੀ ਹੁਕਮ ਬਾਈ, ਧੱਕਾ ਮਾਰਨਾ ਸੀ। ਹੌਲੀ ਕੇ ਜ਼ੋਰ ਦੀ, ਜ਼ੋਰ ਦੀ ਮਾਰ ਦਿਓ। ਲਓ ਪਹਿਲੀ ਵਾਰੀ ਹਾਂ ਕਰ ਦੇਣੀ ਆ। ਚੱਲ ਮੁੰਡੇ ਨੂੰ ਵੇਖ ਲੈਨੇ ਆ। ਨਾ ਮੈਨੂੰ ਤੇ ਚੰਗੀ ਲੈ, ਉਹ ਆ ਗਏ ਟਿੱਬੇ ਵਾਲੇ ਸਰਦਾਰ। ਨੀ ਮੈਂ ਮਰ ਜਾ, ਨੀ ਆ ਮੁੰਡਾ ਆ ਸ਼ੁੱਤਰ ਮੁਰਗ ਜਿਹਾ। ਓਹੋ ਬੀਬੀ, ਘਬਰਾਉਂਦੀ ਕਾਹਤੋਂ ਆ? ਨੀ ਇਹ ਤਾਂ ਇਹਨੇ ਸੇਵਾਦਾਰ ਰੱਖਿਆ ਲੁੱਤਾਂ ਵਾਹਾਂ ਘੁੱਟਣ ਨੂੰ। ਮੁੰਡਾ ਤਾਂ ਉਹ ਹੈ। ਇਹ ਤਾਂ ਸੋਹਣਾ ਮੁੰਡਾ। ਤੇ ਹੋਰ, ਆ ਜਾਓ ਪੁੱਤ, ਆ ਜਾਓ, ਲੰਘੇ ਆਓ ਮੇਰਾ ਪੁੱਤ, ਆ ਜਾਓ ਸੰਗੋ ਨਾ, ਆਪਣੇ ਘਰ ਹੈ। ਆ ਜਾਓ ਆ ਜਾਓ। ਇਹ ਪੁੱਤ ਮੇਰੀ ਨਨਾਣ ਸਰਬੀ ਦੀ ਭੂਆ। ਸਰਬੀ ਦੀ ਭੂਆ, ਫੁੱਫੜ ਜੀ। ਫੁੱਫੜ ਕਾਹਨੂੰ, ਇਹ ਤਾਂ ਸਾਡਾ ਸੀਰੀ ਆ। ਫੁੱਫੜ ਤਾਂ ਤੇਰਾ ਉਹ ਆਉਂਦਾ। ਤੁਸੀਂ ਫੁੱਫੜ ਵੀ ਸੀਰੀ ਅਰ ਗਈ ਆ। ਉਹ ਫੁੱਫੜ ਕਾਣੂ, ਇਹ ਤਾਂ ਉਹ ਆ ਜਿਹਦੇ ਨੇ ਰਾਹ ਚ ਕੀ ਹੋ ਗਿਆ? ਅਲਰਜੀ ਹੋ ਗਈ ਬਾਈ ਨੂੰ, ਮੇਰੇ ਤਾਂ ਅੱਖਾਂ 'ਚ ਮਿੱਟੀ ਪੈ ਗਈ। ਅੱਛਾ ਦੇਖ, ਪਰ ਲੈ ਪਾ ਦੇ। ਮਾਇਆ ਬਣਾਉਣਾ ਉਹਨਾਂ ਨੂੰ ਬੰਦੇ ਦੇ ਜਾਂਦੇ ਬਾਤ ਹੋ ਆ ਜਾ ਮੇਰਾ ਖਿਆਲ ਜੀ, ਜੋ ਲੈਣ ਆਏ ਸੀ ਇਹਨਾਂ ਨੂੰ ਮਿਲਣਾ ਨੀ। ਕਿਉਂ ਭਾਬੀ? ਸਤਿ ਸ੍ਰੀ ਅਕਾਲ। ਕਿੰਨਾ ਸੋਹਣਾ ਵਾਕ ਆਇਆ, ਜੋ ਮੰਗ ਹੈ ਠਾਕਰ ਆਪਣੇ ਤੇ, ਸੋਈ ਸੋਈ ਦੇਵੈ। ਵਾਹਿਗੁਰੂ, ਇਹ ਤਾਂ ਬਹੁਤ ਵਧੀਆ ਵਾਕ ਆਇਆ। ਰਾਣੋ, ਤੂੰ ਧੀਏ ਇੱਥੇ? ਸਤਿ ਸ੍ਰੀ ਅਕਾਲ ਧੀਏ, ਸਤਿ ਸ੍ਰੀ ਅਕਾਲ। ਕਿੰਨਾ ਰੂਪ ਚੜਿਆ ਮੇਰੀ ਰਾਣੋ ਨੂੰ।
ਸਰਬੀ ਦੱਸਦੀ ਸੀ ਕਹਿੰਦੀ ਰਾਣੋ ਦਾ ਵਿਆਹ ਤਾਂ ਬਾਹਲਾ ਹੀ ਸੋਹਣਾ ਹੋਇਆ। ਪਰ ਆਂਟੀ ਜੀ ਮੈਂ ਤਾਂ ਤੁਹਾਡੇ ਨਾਲ ਨਾਰਾਜ਼ ਹਾਂ, ਤੁਸੀਂ ਮੇਰੇ ਵਿਆਹ ਤੇ ਕਿਉਂ ਨਹੀਂ ਆਏ? ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਕੇ ਗਈ ਸੀ। ਧੀਏ ਤੈਨੂੰ ਤਾਂ ਪਤਾ ਘਰ ਇਕੱਲੇ ਛੱਡਿਆ ਕਿੱਥੇ ਗੁਜ਼ਾਰਾ ਹੁੰਦਾ। ਪੁੱਤ ਹੁਣ ਤੁਸੀਂ ਆਏ ਤਾਂ ਹੈਗੇ ਹੀ ਆ, ਤੇ ਹੁਣ ਚੱਲੋ ਮੇਰੇ ਨਾਲ ਪਿੰਡ ਚੱਲੋ। ਹਾਂ ਅੰਕਲ ਜੀ, ਅਸੀਂ ਆਏ ਤਾਂ ਪਿੰਡ ਹੀ ਸੀ, ਪਰ ਚੰਗਾ ਹੋ ਗਿਆ ਤੁਸੀਂ ਸਾਨੂੰ ਇੱਥੇ ਮਿਲ ਗਏ। ਆਂਟੀ ਜੀ ਅਸੀਂ ਨਾ ਸਰਬੀ ਵਾਸਤੇ ਮੁੰਡਾ ਵੇਖਿਆ। ਮੁੰਡਾ? ਹਾਂਜੀ, ਮੇਰੇ ਕੋਲੇ ਤਾਂ ਸਗੋਂ ਉਹਦੀ ਫੋਟੋ ਵੀ ਆ। ਮੈਂ ਕਿਹਾ ਜੀ ਮੁੰਡਾ ਤਾਂ ਸੋਹਣਾ। ਮਾਸੜ ਜੀ ਮੈਂ ਬਹੁਤਾ ਤਾਂ ਨਹੀਂ ਕਹਿੰਦਾ, ਪਰ ਤੁਹਾਡੇ ਪਰਿਵਾਰ ਵਰਗਾ ਹੀ ਪਰਿਵਾਰ ਹੈ। ਬਾਕੀ ਤੁਸੀਂ ਜਦੋਂ ਮੁੰਡੇ ਨੂੰ ਤੇ ਉਹਦੇ ਪਰਿਵਾਰ ਨੂੰ ਮਿਲੋਗੇ ਤੁਹਾਨੂੰ ਆਪੇ ਹੀ ਪਤਾ ਲੱਗ ਜੂ। ਠੀਕ ਹੈ ਪੁੱਤ, ਜਦੋਂ ਵੀ ਤੁਸੀਂ ਜਾਣਾ ਹੋਇਆ ਸਾਨੂੰ ਫੋਨ ਕਰ ਦਿਓ, ਆਪਾਂ ਚੱਲ ਵੜਾਂਗੇ। ਹਨਾ ਤੂੰ ਵੀ ਆ ਕੇ ਜਾਈ ਹੈ। ਹਾਂ ਚੰਗਾ ਧੀਏ। ਅੱਛਾ ਪੁੱਤ, ਚੰਗਾ ਚੰਗਾ ਪੁੱਤ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਨੇ ਅਰਦਾਸ ਸੁਣ ਲਈ ਹੈ। ਸੱਚੀ ਗੱਲ ਹੈ, ਮੈਂ ਕਰਦੀ ਹਾਂ ਅੱਜ ਜਾ ਕੇ ਸਰਬੀ ਨਾਲ ਗੱਲ। ਸਰਬ ਪੁੱਤ, ਤੇਰੇ ਬਾਪੂ ਜੀ ਨੂੰ ਦਵਾਈ ਦੇਤੀ ਸੀ ਤੂੰ? ਦੇਤੀ ਹੈ ਬੀਬੀ, ਕਾਹਤੋਂ ਟੈਨਸ਼ਨ ਲੈਣੀ ਹੈ, ਮੇਰੇ ਵੀ ਬਾਪੂ ਜੀ ਨੇ। ਉਹ ਨਾਲੇ ਪੁੱਤ ਅਲਮਾਰੀ ਦੀਆਂ ਚਾਬੀਆਂ ਪਤਾ ਨਹੀਂ ਮੈਂ ਕਿੱਥੇ ਰੱਖ ਲਈਆਂ। ਉਹ ਤੇ ਮੈਂ ਪੇਟੀ ਤੇ ਛਾੜ ਥੱਲੇ ਰੱਖੀਆਂ ਸੀ, ਮੈਨੂੰ ਸੀ ਕਿਤੇ ਭੁੱਲ ਨਾ ਜਾਓ ਤੁਸੀਂ। ਹਾਂ ਪੁੱਤ, ਚੇਤੇ ਤਾਂ ਹੁਣ ਰੱਖਣੇ ਹੀ ਪੈਣੇ ਨੇ, ਧੀਆਂ ਧਿਆਣੀਆਂ ਦਾ ਵੀ ਕਾਹਦਾ ਮਾਣ। ਨਾਲੇ ਤੂੰ ਕਿੰਨਾ ਕੁ ਚਿਰ ਸਾਂਭੇਗੀ ਸਾਡੀਆਂ ਚਾਬੀਆਂ? ਤੁਹਾਨੂੰ ਕੀ ਹੋਇਆ ਅੱਜ ਅਜੀਬ ਜੀਆਂ ਗੱਲਾਂ ਕਰੀ ਜਾ ਰਹੇ ਹੋ? ਕੁਛ ਨਹੀਂ ਹੋਇਆ ਮੈਨੂੰ, ਆਹ ਹਰਜਸ ਕੋਲੇ ਨਾ ਫੋਟੋ ਪਈ ਹੈ, ਦੇਖ ਕੇ ਦੱਸੀ ਕਿਵੇਂ ਦਾ ਮੁੰਡਾ ਲੱਗਿਆ ਤੈਨੂੰ। ਮੈਂ ਤੇਰੇ ਬਾਪੂ ਜੀ ਨੂੰ ਬੁਲਾ ਲਿਆਵਾਂ ਸੌਣ ਲਈ। ਉੱਪਰ ਕਿਹਦੀ ਫੋਟੋ ਹੈ ਤਾਂ ਦੱਸੋ। ਪਹਿਲਾਂ ਦੇਖ ਤਾਂ ਲਓ। ਦਿਖਾਓ ਜੀ। ਲਓ ਜੀ। ਤੇਰੀ ਸਹੇਲੀ ਰਾਣੋ ਨੇ ਦੱਸ ਪਾਈ ਹੈ ਇਸ ਮੁੰਡੇ ਦੀ। ਜੇ ਤੈਨੂੰ ਨਹੀਂ ਪਸੰਦ ਤਾਂ ਪੁੱਤ ਆਪਾਂ ਜਵਾਬ ਦੇ ਦਿਆਂਗੇ। ਪਰ ਮੈਂ ਕਦੋਂ ਕਿ ਮੈਨੂੰ ਨਹੀਂ ਪਸੰਦ ਬਾਪੂ ਜੀ, ਤੁਸੀਂ ਵੀ ਨਾ। ਲੈ ਬਈ ਹਰਜਸ, ਤੈਨੂੰ ਤਾਂ ਤੇਰਾ ਮਾਸੜ ਮਿਲ ਗਿਆ ਬਈ, ਆ ਜਾ। ਮੁੰਡਾ ਸੋਹਣਾ। ਹਾਂ ਬਈ, ਆ ਜੋੜੀ ਵਧੀਆ ਬਣ। ਹਾਂ ਇਕੱਠੇ ਕਰਨ ਲੱਗ ਪਿਆ, ਮੇਰਾ ਜੀ ਕਰ ਦੋ ਪਾਰਟੀ ਮਾਰ ਕੇ ਇਹਨੂੰ ਇਕੱਠਾ ਕਰਦੇ ਆ। ਹਾਂ ਯਾਰ, ਤੇਰੀਆਂ ਲੱਤਾਂ ਬੰਨਾ ਜਿਹੜਾ ਤੂੰ ਵਿਗੜਿਆ। ਨਾ ਕੰਜਰਾ, ਆਪਸ ਵਿੱਚ ਲੜਨ ਸ਼ੇਰ ਹੋ, ਉਸ ਪਤੰਦਰ ਨਾਲ ਅੱਡਾ ਲਓ ਵੀ ਸਾਡੀ ਕੁਛ ਮੰਨੇ। ਮੈਂ ਤਾਂ ਕਹਿੰਦਾ ਨਾ ਹੀ ਮੰਨਣਾ ਚੰਗਾ ਹੈ। ਨਾ ਮੰਨਣ ਕਿਵੇਂ ਨਾ, ਮੈਂ ਤਾਂ ਮਨਾ ਕੇ ਛੱਡੂ, ਇੱਕ ਨਾ ਇੱਕ ਦਿਨ ਤਾਂ ਮੰਨਣ ਗਈ, ਕਰ ਲੈਣ ਆਪਣੀ ਮਰਜ਼ੀ। ਭਾਈ ਸਾਹਿਬ, ਪੀ ਲੈ ਹਲੇ ਹੋਰ। ਤੁਹਾਡੇ ਪਰਿਵਾਰ ਨੂੰ ਮਿਲ ਕੇ ਸਾਨੂੰ ਲੱਗਿਆ ਹੀ ਨਹੀਂ ਕਿ ਅਸੀਂ ਤੁਹਾਨੂੰ ਪਹਿਲੀ ਵਾਰ ਮਿਲ ਰਹੇ ਹਾਂ। ਬਾਜੀ ਤੁਹਾਡੀ ਮਿਹਰਬਾਨੀ, ਬਹੁਤ ਹੀ ਚੰਗਾ ਲੱਗਿਆ ਜੀ। ਹਾਂ ਕਰਮ ਸਿੰਘ ਜੀ, ਜਦੋਂ ਧੁਰੋਂ ਲਿਖੇ ਰਿਸ਼ਤੇ ਜੁੜਦੇ ਆ ਨਾ, ਉਦੋਂ ਇਹੋ ਜੀ ਮਿਠਾਸ ਹੁੰਦੀ ਹੈ। ਤਾਇਆ ਜੀ, ਇਸ ਮਿਠਾਸ ਨੂੰ ਹੋਰ ਮਿੱਠਾ ਕਰਨ ਲਈ ਗੱਲ ਅੱਗੇ ਦੱਸੋ। ਮੈਂ ਦੱਸ ਦਿੰਦਾ ਜੀ, 15 ਕਿੱਲੇ ਪੈਲੇ ਆ ਜੀ, ਮੁੰਡੇ ਸਾਡੇ ਨੇ ਬੀ ਏ ਬੀ ਐਡ ਕੀਤੀ ਹੈ, ਕੱਲਾ ਕੇਰਾ ਮੁੰਡਾ ਹੈ ਜੀ, ਘਰ ਬਾਰ ਸਾਂਭ ਲਿਆ ਇੰਨਾ ਹੀ ਬਹੁਤ ਹੈ। ਸੁਖ ਨੇ 10 ਮੱਝਾਂ ਨੇ ਤੇ ਉਹ ਵੀ ਬੂਰੀਆਂ। ਹਾਂ
ਮੈਂ ਦੱਸਦਾ ਜੀ ਮੱਝਾਂ ਨੂੰ ਮੈਂ ਨਵਾਉਣਾ ਹੈ। ਮੱਝਾਂ ਨੂੰ ਇਹ ਨਵਾਉਂਦਾ ਪਰ ਆਪ ਘੱਟ ਹੀ ਨਵਾਉਂਦਾ ਹੈ। ਚੁੱਪ ਕਰ, ਐਵੇਂ ਸੋਹਣੀ ਦੇ ਭਗਾਈ ਮਾਰਦੇ ਨੇ। ਮੈਂ ਤਾਂ ਦੱਸਾਂ ਨਹਾਉਣਾ ਹੈ ਜੀ, ਕਿਤੇ ਕੁਦਰਤੀ ਮੀਂਹ ਮੂੰਹ ਪੈ ਜੀ। ਏਦਾਂ ਹੀ ਹੈ ਜੀ, ਸਾਰਾ ਦਿਨ ਮਸ਼ਕਰੀਆਂ ਕਰ ਲੱਗਦਾ ਤੁਹਾਡੇ ਲਾਡਲੇ ਰੱਖੇ ਹੋਏ। ਕਿਰਪਾ ਜੀ ਤੁਹਾਡੀ। ਮਾਸੜ ਜੀ, ਤੁਸੀਂ ਮੁੰਡੇ ਤੋਂ ਕੁਝ ਪੁੱਛਣਾ ਤਾਂ ਪੁੱਛ ਸਕਦੇ ਆ। ਕਾਕਾ ਜੀ, ਜ਼ਰਾ ਖੜੇ ਹੋ ਕੇ ਦਿਖਾਓ। ਹੁਣ ਦੋ ਕਦਮ ਪਿੱਛੇ ਹੋ ਜਾਓ। ਹੁਣ ਦੋ ਕਦਮ ਅੱਗੇ ਚੱਲ ਕੇ ਦਿਖਾਓ। ਮੈਂ ਤਾਂ ਸਮਝ ਨਹੀਂ ਆਉਂਦੀ ਯਾਰ, ਇਹ ਮੁੰਡੇ ਨੂੰ ਦੇਖਣਾ ਹੈ ਜਾਂ ਫੌਜ 'ਚ ਭਰਤੀ ਕਰਵਾਉਣਾ ਹੈ? ਕਾਕਾ ਜੀ, ਜਿੱਥੇ ਖੜੇ ਹੋ ਉੱਥੇ ਹੀ ਬਹਿ ਜਾਓ। ਬਸ ਆ ਕੇ ਕੁਰਸੀ 'ਤੇ ਬੈਠੋ। ਮਾਫ ਕਰਨਾ ਗੁਰਬਾਜ ਸਿੰਘ ਜੀ, ਅਸਲ 'ਚ ਮੈਂ ਮੁੰਡੇ ਦੀ ਸਹਿਣਸ਼ੀਲਤਾ ਦੇਖਣੀ ਚਾਹੁੰਦਾ ਸੀ ਜੋ ਅੱਜ ਕੱਲ੍ਹ ਦੇ ਮੁੰਡਿਆਂ 'ਚ ਨਹੀਂ ਮਿਲਦੀ। ਤੁਹਾਡੇ ਮੁੰਡੇ 'ਚ ਸਹਿਣਸ਼ੀਲਤਾ ਹੈ ਤੇ ਸਾਨੂੰ ਮੁੰਡਾ ਪਸੰਦ ਹੈ। ਤੇ ਇੱਕ ਗੱਲ ਹੋਰ ਗੁਰਬਾਜ ਸਿੰਘ ਜੀ, ਤੁਹਾਡੀ ਕੋਈ ਮੰਗ ਹੈ ਤਾਂ ਦੱਸੋ, ਨਹੀਂ ਤਾਂ ਬਾਅਦ 'ਚ ਫਿਰ ਰਿਸ਼ਤਿਆਂ 'ਚ ਕੁੜੱਤਣ ਆ ਜਾਂਦੀ ਹੈ। ਮੰਗ ਹੈਗੀ ਹੈ ਜੀ। ਹੈਗੀ ਵੀ ਬਹੁਤ ਵੱਡੀ। ਤੁਸੀਂ ਸਾਨੂੰ ਦੇਹ 'ਚ ਨਾ ਅੱਗ ਲੁੱਟ ਜਾ ਦੇ ਦਿਓ ਬਸ। ਮੈਂ ਕਿਹਾ ਜੀ, ਪਤਾ ਨੀ ਤੁਸੀਂ ਕੀ ਮੰਗਣ ਲੱਗੇ ਹੋ ਸਾਡੇ ਕੋਲੋਂ। ਲੱਗਦਾ ਨੀ ਦਿਲ ਛੇਤੀ ਖਿੱਚ ਲੈ ਤਿਆਰੀਆਂ, ਸੁਪਨੇ ਚ ਆਉਂਦੀਆਂ ਨੇ ਨਿੱਤ ਫੁਲਕਾਰੀਆਂ। ਹਾਏ ਲੱਗਦਾ ਨੀ ਦਿਲ ਛੇਤੀ ਖਿੱਚ ਲੈ ਤਿਆਰੀਆਂ, ਸੁਪਨੇ ਚ ਆਉਂਦੀਆਂ ਨੇ ਨਿੱਤ ਫੁਲਕਾਰੀਆਂ। ਦਿਲ ਵਿੱਚ ਸਾਂਭਿਆ ਪਿਆਰ ਤੇਰੇ ਲਈ, ਨੈਣ ਮੇਰੇ ਤੇਥੋਂ ਥੋੜਾ ਥੋੜਾ ਸੰਗ ਦੇ। ਹੋਏ ਵੇਣੀ ਮੰਗ ਸ਼ਗਨਾਂ ਦਾ ਚੂੜਾ ਮੁੰਡਿਆ, ਪੈਰ ਮੇਰੇ ਝਾਂਜਰਾਂ ਦਾ ਜੋੜਾ ਮੰਗਦੇ। ਹੋਏ ਵੀਣੀ ਮੰਗ ਸ਼ਗਨਾਂ ਦਾ ਚੂੜਾ ਮੁੰਡਿਆ, ਪੈਰ ਮੇਰੇ ਝਾਂਜਰਾਂ ਦਾ ਜੋੜਾ ਮੰਗਦੇ। ਹੋ ਖੈਰ ਸੁੱਖ ਰੱਖੇ ਰੱਬ ਕਰੇ ਕੰਮ ਲੋਟਵੇ,
ਬੜੇ ਬੜੇ ਉਂਗਲਾਂ ਤੇ ਦਿਨ ਲੰਘਦੇ ਓਏ ਵੀਣੀ ਮੰਗ ਸ਼ਗਨਾਂ ਦਾ ਚੂੜਾ ਮੁੰਡਿਆ ਪੈਰ ਮੇਰੇ ਝਾਂਜਰਾਂ ਦਾ ਜੋੜਾ ਮੰਗਦੇ ਓਏ ਵੀਣੀ ਮੰਗ ਸ਼ਗਨਾਂ ਦਾ ਚੂੜਾ ਮੁੰਡਿਆ ਪੈਰ ਮੇਰੇ ਝਾਂਜਰਾਂ ਦਾ ਜੋੜਾ ਮੰਗਦੇ ਓ ਬਣ ਜਾ ਤੂੰ ਬਿੱਲੋ ਸਰਦਾਰ ਨੀ ਮੇਰੀ ਜੱਟ ਪੈਰਾ ਵੱਜੂ ਸਰਦਾਰ ਨੀ ਓ ਕਰੂਗਾ ਕੇਅਰ ਪੂਰੀ ਗੋਰੇ ਰੰਗ ਦੀ ਤੈਨੂੰ ਦਿਲ ਵਿੱਚ ਦਿੱਤੀ ਪਿਆਰ ਨੀ ਹੋ ਬਣ ਜਾ ਤੂੰ ਬਿੱਲੋ ਸਰਦਾਰ ਨੀ ਮੇਰੀ ਜੱਟ ਤੇਰਾ ਵੱਜੂ ਸਰਦਾਰ ਨੀ ਓ ਕਰੂਗਾ ਕੇਅਰ ਪੂਰੀ ਗੋਰੇ ਰੰਗ ਦੀ ਤੈਨੂੰ ਦਿਲ ਵਿੱਚ ਦਿੱਤੀ ਪਿਆਰ ਨੀ ਓਹੇ ਪਾ ਕੇ ਗ੍ਰੀਨ ਸੂਟ ਲੱਗੇ ਤਿੱਤਲੀ ਯੈਲੋ ਪਾ ਕੇ ਲੱਗਦੀ ਪ੍ਰਿੰਟ ਪਤਲੋ ਓ ਪਾਣੀ ਵਾਰ ਮੈਨੂੰ ਮੇਰੀ ਮਾਂ ਉਡੀਕਦੀ ਨੀ ਤੇਰੇ ਪੈਰਾਂ ਨੂੰ ਉਡੀਕੇ ਮੇਰਾ ਪ੍ਰਿੰਟ ਪਤਲੋ ਪਾਣੀ ਵਾਰ ਮੈਨੂੰ ਮੇਰੀ ਮਾਂ ਉਡੀਕਦੀ ਨੀ ਤੇਰੇ ਪੈਰਾਂ ਨੂੰ ਉਡੀਕੇ ਮੇਰਾ ਪ੍ਰਿੰਟ ਪਤਲੋ ਤੇਰੇ ਪੈਰਾਂ ਨੂੰ ਉਡੀਕੇ ਮੇਰਾ ਪ੍ਰਿੰਟ ਪਤਲੋ ਆਜਾ ਵੀ ਆਜਾ ਮੇਰਾ ਸ਼ੇਰਾ ਆ ਤੇਰੀ ਓਏ ਮੇਰਾ ਗੁੱਗੂ ਮੁੱਗਾ ਮਰ ਬੜੀ ਪਾਰੀ ਆਉਂਦੀ ਸਰਪੰਚ ਸਾਹਿਬ ਮੁੰਡੇ ਦਾ ਪਰਿਵਾਰ ਠੀਕ ਲੱਗਦਾ ਹੈ ਹਾਂ ਬਸ ਵਰਤਣ ਵਾਲੇ ਹੋਣ ਹੋਰ ਕੀ ਚਾਹੀਦਾ ਕਰਮ ਸਿੰਘ ਬਿਲਕੁਲ ਦੇਖ ਲਈ ਸਰਬੀ ਇੱਕ ਗੱਲ ਆਖਾਂ ਚੋੜੀ ਬਹੁਤੀ ਜੱਚੂਗੀ ਮਾਸੜ ਜੀ ਹੁਣ ਕਾਹਦੀ ਦੇਰੀ ਹੈ ਮੈਂ ਕਿਹਾ ਜੀ ਭੈਣ ਜੀ ਹੁਣੀ ਨਹੀਂ ਹਲੇ ਤੱਕ ਆਏ ਆਪੇ ਆ ਜਾਊਗੀ ਚੱਲ ਮੈਂ ਘਰੇ ਗੇੜਾ ਮਾਰ ਆਉਣਾ ਮੈਂ ਦੇਖ ਆਉਣਾ ਲੈ ਉਹ ਆ ਗਈ ਨਾ ਤੁਹਾਨੂੰ ਤਾਂ ਐ ਲੱਗਿਆ ਵੀ ਅਸੀਂ ਆਉਣਾ ਹੀ ਨਹੀਂ ਪਰ ਮੈਨੂੰ ਤਾਂ ਆਉਣਾ ਹੀ ਪੈਣਾ ਸੀ ਇਹਨਾਂ ਦਾ ਸੁਭਾਅ ਹੀ ਥੋੜੇ ਤੇ ਬਾਈ ਬਿਨਾ ਆ ਕਾਰਜ ਵਿਹਾਰ ਭਲਾ ਕੌਣ ਕਰਦਾ ਸਰ ਵੀ ਥੋੜੀ ਵੀ ਤਾਂ ਧੀ ਹੈ ਭਾਬੀ ਇਹਨਾਂ ਨੂੰ ਮਿਲੋ ਇਹਨੇ ਪਤਾ ਮੈਨੂੰ ਇਹਨੇ ਸਰਦਾਰ ਗੁਰਬਾਜ ਸਿੰਘ ਜੀ ਪਿੰਡ ਚੱਕ ਸ਼ੇਰਗੜ੍ਹ ਵਾਲਾ ਨਹੀਂ ਭਾਬੀ ਇਹ ਪਰਿਵਾਰ ਤਾਂ ਪਿੰਡ ਵੈਰੋਂਕੇ ਤੋਂ ਹੈ ਤੈਨੂੰ ਭੁਲੇਖਾ ਲੱਗਾ ਹੈ ਹਾਂਜੀ ਮੈਨੂੰ ਭੁਲੇਖਾ ਨਹੀਂ ਲੱਗ ਸਕਦਾ ਸਗੋਂ ਮੈਂ ਤਾਂ ਤੇਰਾ ਭੁਲੇਖਾ ਕੱਢਣ ਆਈ ਹਾਂ ਪਿੰਡ ਸ਼ੇਰਗੜ੍ਹ ਇਹਨਾਂ ਦੇ ਬਜ਼ੁਰਗਾਂ ਦੇ ਨਾਂ ਤੇ ਹੈ ਹਵੇਲੀ ਵਾਲੇ ਸਰਦਾਰ ਵੱਜਦੇ ਨੇ 200 ਕਿੱਲਾ ਪੈਲੀ ਤੇ ਉਹ ਵੀ ਇੱਕੋ ਟੱਕ ਕਰਮਿਆ ਜਦੋਂ ਤਾਂ ਮੈਂ ਵੱਡੇ ਘਰ ਦਾ ਰਿਸ਼ਤਾ ਕਰਾਉਂਦੀ ਸੀ ਉਦੋਂ ਤਾਂ ਬੜਾ ਹੁਬ ਹੁਬ ਕੇ ਕਹਿੰਦਾ ਸੀ ਭਾਬੀ ਬਸ ਥੋੜੀ ਜਿਹੀ ਜ਼ਮੀਨ ਹੋਵੇ ਤੇ ਮੁੰਡਾ ਮਾੜਾ ਮੋਟਾ ਪੜਿਆ ਲਿਖਿਆ ਹੋਵੇ ਹੈ ਆਪਣੇ ਵਰਗਾ ਪਰਿਵਾਰ ਹੋਵੇ ਨਾ ਹੁਣ ਲੱਭ ਲਿਆ ਆਪਣੇ ਵਰਗਾ ਹੁਣ ਕਰ ਗੱਲ ਗੁਰਬਾਜ ਸਿੰਘ ਜੀ ਕੀ ਇਹ ਸੱਚ ਹੈ ਗੁਰਬਾਜ ਸਿੰਘ ਜੀ ਮੈਂ ਪੁੱਛਦਾ ਕੀ ਇਹ ਸੱਚ ਹੈ ਵੇ ਕਰਮਿਆ ਇਹਨੂੰ ਛੱਡ ਸੱਚ ਤਾਂ ਤੈਨੂੰ ਹੁਣ ਮੈਂ ਦੱਸਦੀ ਹਾਂ ਇਹ ਉਹੀ ਸਰਦਾਰ ਹੈ ਜਿਨ੍ਹਾਂ ਦੇ ਘਰੇ ਆਪਣੀ ਧੀ ਜਸਪ੍ਰੀਤ ਵਿਆਹੀ ਸੀ ਉਹਨੇ ਤਾਂ ਵਿਆਹ ਕਰਾਉਣ ਵੇਲੇ ਪੁੱਛਿਆ ਨੀ ਵੇ ਤਾਂ ਹੀ ਤਾਂ ਤੂੰ ਇਹਨੂੰ ਪਛਾਣਿਆ ਨੀ ਇਹਦੀ ਘੋਖ ਤਾਂ ਹੁਣ ਮੈਂ ਕੱਢ ਕੇ ਲਿਆਈ ਹਾਂ ਤੁਸੀਂ ਸਾਨੂੰ ਦੇਹ ਚ ਨਾ
ਅੱਗ ਲੁੱਟ ਜਾ ਦੇ ਦਿਓ ਬਸ। ਲਿਆ ਧੀਏ ਛੋਟੇ ਨੂੰ ਮੇਰੇ ਕੋਲ ਭੇਜ ਦੇ। ਆ ਜਾ 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 ਆ ਤੇਰੀ ਛਾਵਾਂ ਜੇ। ਮਾਸੜ ਜੀ ਮੈਂ ਦੱਸਦਾ ਤੁਹਾਨੂੰ, ਕਰਮ ਸਿੰਘ ਜੀ ਮੇਰੀ ਗੱਲ ਤਾਂ ਬਸ ਜਸਪ੍ਰੀਤ, ਮੈਂ ਤੈਨੂੰ ਧੀ ਨਹੀਂ ਪੁੱਤ ਸਮਝ ਕੇ ਪੜ੍ਹਾਇਆ ਲਿਖਾਇਆ ਸੀ। ਮਾਪੇ ਜਦ ਆਪਣੀ ਧੀ ਨੂੰ ਘਰ ਦੀ ਦਹਿਲੀਜ਼ ਪਾਰ ਕਰਾਉਂਦੇ ਆ ਨਾ, ਤਾਂ ਪਹਾੜ ਜਿੱਡਾ ਜਿਗਰਾ ਤੇ ਵਿਸ਼ਵਾਸ ਕਰਕੇ ਫੇਰ ਘਰੋਂ ਤੋਰਦੇ ਆ। ਧੋਖਾ ਕੀਤਾ ਤੂੰ ਸਾਡੇ ਨਾਲ, ਯਕੀਨ ਤੋੜਿਆ ਤੂੰ ਸਾਡਾ, ਚਾਹੁੰਦੇ ਜੀ ਮਾਰ ਸੁੱਟਿਆ ਮਰ ਚੇ ਤੂੰ। ਪਾਪਾ ਚੁੱਪ, ਕਹਿ ਸੁਣਨ ਨੂੰ ਕੁਛ ਨਹੀਂ ਰਹਿ ਗਿਆ, ਕੋਈ ਰਿਸ਼ਤਾ ਨਹੀਂ ਹੈ ਸਾਡਾ ਤੇਰੇ ਨਾਲ, ਮਰ ਗਈ ਹੈ ਤੂੰ ਸਾਡੇ ਲਈ। ਚੱਲ ਮਿੰਦਰ ਕੌਰੇ, ਸਾਰ ਲਉਂਗੇ ਧੀ ਤੋਂ ਬਿਨਾਂ? ਸਿਆਣਾ ਉਹੀ ਜਿਹੜਾ ਵਕਤ ਵਿਚਾਰੇ, ਨਾਲੇ ਕਦੇ ਨਹੁੰ ਨਾਲੋਂ ਮਾਸਾ ਅਲੱਗ ਨਹੀਂ ਹੋਇਆ। ਸਾਰੀ ਉਮਰ ਧੀ ਦੇ ਵਿਛੋੜੇ 'ਚ ਤੜਫਣ ਨਾਲ ਤਾਂ ਚੰਗਾ ਕਿ ਅਸੀਂ ਆਪਣਾ ਹੀ ਮਨ ਸਮਝਾ ਲਈਏ। ਮੈਨੂੰ ਤਾਂ ਮੁੰਡਾ ਪੜ੍ਹਿਆ ਲਿਖਿਆ ਅਤੇ ਨਾਲੇ ਸਾਊ ਪਰਿਵਾਰ ਦਾ ਲੱਗਦਾ। ਆਪਣੀ ਜਸਪ੍ਰੀਤ ਵੀ ਤਾਂ ਪੜ੍ਹੀ ਲਿਖੀ ਹੈ, ਉਹਨੇ ਕੁਝ ਸੋਚ ਸਮਝ ਕੇ ਹੀ ਫੈਸਲਾ ਲਿਆ ਨਾ। ਆਪਾਂ ਨੂੰ ਉਹਦੇ ਫੈਸਲੇ 'ਤੇ ਇੱਕ ਵਾਰ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਮੇਰੇ ਕਹੇ ਤੇ ਇੱਕ ਵਾਰ ਤੁਸੀਂ ਮੁੰਡੇ ਨਾਲ ਜ਼ਰੂਰ ਗੱਲ ਕਰੋ। ਇਹਦੇ 'ਚ ਜਸਪ੍ਰੀਤ ਦਾ ਕੋਈ ਕਸੂਰ ਨਹੀਂ, ਉਹਨੇ ਤਾਂ ਮੈਨੂੰ ਉਦੋਂ ਵੀ ਬਹੁਤ ਕਿਹਾ ਸੀ ਵੀ ਇੱਕ ਵਾਰੀ ਮੈਂ ਤੁਹਾਨੂੰ ਮਿਲ ਲਵਾਂ, ਮੈਂ ਹੀ ਮਨਾ ਕਰਤਾ। ਮੈਨੂੰ ਪਤਾ ਸੀ ਤੁਸੀਂ ਮੇਰੇ ਡੈਡ ਨਾਲ ਗੱਲ ਕੀਤੇ ਬਿਨਾਂ ਸਾਡੇ ਵਿਆਹ ਲਈ ਕਦੇ ਵੀ ਰਾਜ਼ੀ ਨਹੀਂ ਹੋਣਾ, ਅਤੇ ਡੈਡ ਨੂੰ ਮਨਾਉਣ ਦਾ ਮਤਲਬ ਆ ਪੱਥਰ ਨੂੰ ਪਿਘਲਾਉਣਾ। ਉਹਨਾਂ ਨੇ ਕਦੇ ਵੀ ਨਹੀਂ ਸੀ ਮੰਨਣਾ।
ਇਸ ਲਈ ਮਜਬੂਰਨ ਸਾਨੂੰ ਇਹ ਵਿਆਹ ਵਾਲਾ ਫੈਸਲਾ ਲੈਣਾ ਪਿਆ। ਤੇ ਪ੍ਰੈਕਟਿਸ ਦੇ ਬਹਾਨੇ ਦੂਰ ਅਸੀਂ ਇੰਨੀ ਦੇਰ ਰੇਸ ਕਰਕੇ ਰਹੇ ਬਈ ਜਦੋਂ ਸਾਡਾ ਬੇਬੀ ਹੋ ਜਾਊਗਾ ਤਾਂ ਤੁਸੀਂ ਵੀ ਸਾਨੂੰ ਅਪਣਾ ਲਓਗੇ। ਅਤੇ ਉਹ ਨੰਨੀ ਜੀ ਜਾਨ ਨੂੰ ਦੇਖ ਕੇ ਸ਼ਾਇਦ ਡੈਡ ਵੀ ਨਰਮ ਪੈ ਜਾਣਗੇ। ਪਰ ਹੁਣ ਕੁਛ ਦਿਨਾਂ ਤੋਂ ਜਸਪ੍ਰੀਤ ਬਹੁਤ ਜ਼ਿਆਦਾ ਟੈਨਸ਼ਨ ਲੈ ਰਹੀ ਹੈ ਜਿਹੜੀ ਇਹਦੇ ਲਈ ਅਤੇ ਸਾਡੇ ਬੱਚੇ ਲਈ ਬਿਲਕੁਲ ਹੀ ਠੀਕ ਨਹੀਂ। ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਉਣਾ ਹੀ ਸਹੀ ਸਮਝਿਆ। ਪਰ ਤੁਸੀਂ ਚਿੰਤਾ ਨਾ ਕਰੋ ਪਾਪਾ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਬਈ ਜਸਪ੍ਰੀਤ ਵੱਲੋਂ ਹਮੇਸ਼ਾ ਤੁਹਾਨੂੰ ਠੰਡੀਆਂ ਹਵਾਵਾਂ ਹੀ ਆਉਣਗੀਆਂ। ਬਸ ਹੁਣ ਸਾਨੂੰ ਤੁਹਾਡਾ ਆਸ਼ੀਰਵਾਦ ਚਾਹੀਦਾ। ਹਾਂ ਪੁੱਤ, ਬੜਾ ਭਾਗਾਂ ਵਾਲਾ ਦਿਨ ਚੜਿਆ ਅੱਜ। ਮਸਾਂ ਮਸਾਂ ਸਾਡੇ ਬੱਚੇ ਦੇ ਨਾਨਾ ਨਾਨੀ ਆਏ ਆ ਬਈ। ਲੱਗਦੇ ਹੱਥ ਤੁਸੀਂ ਇੱਕ ਹੋਰ ਸ਼ੁਭ ਕੰਮ ਵੀ ਅੱਜ ਕਰ ਹੀ ਦਿਓ। ਕਿਹੜਾ ਕੰਮ ਪੁੱਤ? ਤੁਸੀਂ ਸਾਡੇ ਬੇਬੀ ਦਾ ਨਾਂ ਵੀ ਅੱਜ ਰੱਖ ਦਿਓ। ਨਾਮ? ਹਾਂ ਬਈ, ਮੁੰਡਾ ਹੋਵੇ ਜਾਂ ਕੁੜੀ, ਨਾਮ ਰੱਖਾਂਗੇ ਹਰਜਸ। ਓਏ ਹਰ ਮੇਰੇ ਪੁੱਤਰ ਦਾ ਤੇ ਜਸ ਮੇਰੀ ਧੀ ਦਾ, ਹਰਜਸ। ਹਾਂਜੀ ਮੋਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ। ਪੁੱਤ ਹਰਜੋਤ, ਤੂੰ ਸਵੇਰੇ ਘਰ ਆ ਜਾ, ਕੋਈ ਜ਼ਰੂਰੀ ਕੰਮ ਆ। ਮੋਮ ਮੈਂ ਆਊਂਗਾ ਪਰ ਮੈਨੂੰ 3-4 ਦਿਨ ਲੱਗ ਜਾਣੇ ਤੇ ਹਾਂ ਨਾਲੇ ਤੁਹਾਡੇ ਲਈ ਇੱਕ ਸਰਪ੍ਰਾਈਜ਼ ਵੀ ਆ। ਨਹੀਂ ਪੁੱਤ, ਤੇਰੇ ਡੈਡ ਨੇ ਬੁਲਾਇਆ, ਕੋਈ ਜ਼ਰੂਰੀ ਕੰਮ ਆ, ਆ ਜਾ ਛੇਤੀ। ਪਰ ਮੋਮ। ਪਰ ਪੁਰ ਕੁਛ ਨਹੀਂ, ਤੂੰ ਆ ਜਾ ਬਸ, ਨਾਲੇ ਤੈਨੂੰ ਪਤਾ ਨਾ ਤੇਰੇ ਡੈਡ ਦਾ। ਚਲੋ ਠੀਕ ਆ। ਮੇਰਾ ਲਾਡਲਾ ਪੁੱਤ ਹਰਜੋਤ ਆ। ਸਤਿ ਸ਼੍ਰੀ ਅਕਾਲ ਮੰਮ। ਮੰਮਾ ਪਰ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਮੈਨੂੰ ਬਿਨਾਂ ਦੇਖੇ ਤੋਂ? ਲੈ ਦੱਸ, ਹੈ ਕਮਲਾ, ਮਾਂ ਨੂੰ ਆਪਣੀ ਆਂਦਰਾਂ ਦਾ ਨਾ ਪਤਾ ਲੱਗੂ, ਹੋਰ ਕਾਹਦਾ ਪਤਾ ਲੱਗੂ? ਹੈ ਬੈ ਇੱਥੇ ਰਾਮੂ। ਓ ਰਾਮੂ, ਦੁੱਧ ਦਾ ਗਲਾਸ ਲੈ ਕੇ ਆ, ਮੇਰਾ ਪੁੱਤ ਹਰਜੋਤ ਆਇਆ। ਹੁਣ ਮੰਮਾ ਤੁਸੀਂ ਦੁੱਧ ਨੂੰ ਛੱਡੋ, ਤੁਸੀਂ ਇਹ ਦੱਸੋ ਮੈਨੂੰ ਬੁਲਾਇਆ ਕਿਉਂ ਇੰਨੀ ਛੇਤੀ? ਸੁੱਖ ਤਾਂ ਹੈ? ਬਸ ਖਾਲਦ ਦੇ ਸੁਖੀ ਆ, ਉਹ ਡਾਕਟਰ ਆਲੂ ਵਾਲੀ ਸਾਹਿਬ ਨਾ ਤੈਨੂੰ ਦੇਖਣ ਆ ਰਿਹਾ। ਮੰਮਾ ਮੈਨੂੰ ਦੇਖਣ ਨੂੰ ਕੀ ਹੋਇਆ? ਆ ਬੈਠਾ ਤੁਹਾਡਾ ਪੁੱਤ ਤੰਦਰੁਸਤ, ਹੱਟਾ ਕੱਟਾ ਤੁਹਾਡੇ ਸਾਹਮਣੇ। ਮੈਂ ਕਦੇ ਤਾਂ ਸੀਰੀਅਸ ਹੋ ਜਾ ਕਰ। ਡਾਕਟਰ ਆਲੂ ਵਾਲੀ ਸਾਹਿਬ ਤੇਰੇ ਵਾਸਤੇ ਆਪਣੀ ਕੁੜੀ ਦਾ ਰਿਸ਼ਤਾ ਲੈ ਕੇ ਆ ਰਿਹਾ। ਰਿਸ਼ਤਾ? ਕਿਉਂ ਖੁਸ਼ੀ ਨਹੀਂ ਹੋਈ? ਉਹ ਚੰਗਾ ਪਰਿਵਾਰ ਆ, ਨਾਲ ਤੂੰ ਕੁੜੀ ਨੂੰ ਜਾਣਦਾ ਵੀ ਹੈ ਚੰਗੀ ਤਰ੍ਹਾਂ। ਮੰਮਾ ਉਹ ਗੱਲ ਨਹੀਂ ਆ, ਮੈਨੂੰ ਪਤਾ ਉਹ ਚੰਗੇ ਲੋਕ ਨੇ। ਪਰ ਕੀ?
ਮੰਮਾ ਮੈਂ ਤੁਹਾਡੇ ਲਈ ਨੂੰ ਲੱਭ ਲਈ ਹੈ। ਤੇ ਅਸੀਂ ਵਿਆਹ ਵੀ ਕਰਵਾ ਚੁੱਕੇ ਹਾਂ। ਫਿਰ ਮਜ਼ਾਕ? ਇਹ ਮਜ਼ਾਕ ਨਹੀਂ ਹੈ ਮੰਮਾ, ਮੈਂ ਸੱਚੀ ਵਿਆਹ ਕਰਵਾ ਲਿਆ। ਇਹ ਤੂੰ ਕੀ ਕੀਤਾ ਹਰਜੋਤ? ਘੱਟੋ ਘੱਟ ਮੇਰੇ ਨਾਲ ਤਾਂ ਗੱਲ ਕਰ ਲੈਂਦਾ। ਮੰਮਾ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲ ਕਰਨ ਦੀ, ਪਰ ਡੈਡ ਦੇ ਅੜਬ ਸੁਭਾਅ ਕਰਕੇ ਮੇਰੀ ਹਿੰਮਤ ਹੀ ਨਹੀਂ ਪਈ। ਪਰ ਉਹ ਬਹੁਤ ਚੰਗੀ ਆ ਮਾਂ, ਤੁਸੀਂ ਉਹਨੂੰ ਮਿਲੋਗੇ ਨਾ ਖੁਸ਼ ਹੋ ਜਾਓਗੇ। ਤੇ ਇੱਕ ਖੁਸ਼ਖਬਰੀ ਹੋਰ ਵੀ ਆ, ਉਹ ਮੈਂ ਥੋੜੇ ਦਿਨਾਂ 'ਚ ਤੁਹਾਨੂੰ ਤੇ ਡੈਡ ਨੂੰ ਦੱਸੂਗਾ। ਉੱਤੋਂ ਕੁੜੀ ਵਾਲੇ, ਅਰੇ ਮੈਂ ਤੇਰੇ ਡੈਡ ਨੂੰ ਕੀ ਜਵਾਬ ਦੇਵਾਂ, ਦੱਸ ਮੈਨੂੰ। ਤੁਸੀਂ ਡੈਡ ਨਾਲ ਗੱਲ ਕਰ ਸਕਦੇ ਹੋ ਮੰਮਾ, ਤੁਹਾਨੂੰ ਡੈਡ ਨੂੰ ਮਨਾਉਣਾ ਪੈਣਾ ਮੇਰੇ ਲਈ। ਮਨਾਓਗੇ ਨਾ ਮੰਮਾ? ਤੁਸੀਂ ਗੱਲ ਕਰੋਗੇ ਨਾ? ਮੈਂ ਕਿਹਾ ਜੀ ਸੁਣਦੇ ਹੋ, ਜਸਪ੍ਰੀਤ ਦੀ ਸਿਹਤ ਨਹੀਂ ਠੀਕ, ਛੇਤੀ ਆਓ। ਕੋਈ ਨਾ, ਕੀ ਹੋਇਆ? ਕੀ ਹੋਇਆ ਪੁੱਤ? ਚੱਲ ਹਸਪਤਾਲ ਚੱਲਦੇ ਪੁੱਤ, ਲੈ ਕੇ ਚੱਲੀਏ। ਨਹੀਂ ਪਾਪਾ, ਜੋਤ ਨੂੰ ਫੋਨ ਕਰ ਲੈਂਦਾ। ਹੈਲੋ ਹੈਲੋ ਹਰਜੋਤ, ਕੀ ਹੋਇਆ, ਤੂੰ ਠੀਕ ਤਾਂ ਹੈ? ਮੇਰੀ ਅਚਾਨਕ ਤਬੀਅਤ ਬਹੁਤ ਖਰਾਬ ਹੋ ਗਈ ਹੈ, ਤੁਸੀਂ ਕਦੋਂ ਤੱਕ ਆਉਣਾ ਹੈ? ਜਸਪ੍ਰੀਤ ਤੁਸੀਂ ਇੱਦਾਂ ਕਰੋ, ਤੁਸੀਂ ਪਹੁੰਚੋ ਹਸਪਤਾਲ। ਬਸ ਮੈਂ ਆ ਗਿਆ ਥੋੜ੍ਹੀ ਦੇਰ 'ਚ। ਹਾਂ ਹਾਂ ਮੈਂ ਪਹੁੰਚਦਾ ਬਸ। ਸ਼ਾਬਾਸ਼ ਓਏ ਪੁੱਤਰ, ਹੋਵੇ ਤਾਂ ਤੇਰੇ ਵਰਗਾ ਹੋਵੇ। ਅੱਜ ਮੇਰਾ ਪੁੱਤਰ ਐਡਾ ਵੱਡਾ ਹੋ ਗਿਆ ਕਿ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣ ਲੱਗ ਪਿਆ। ਸਰਦਾਰ ਗੁਰਬਾਜ ਸਿੰਘ ਤੋਂ ਪੁੱਛੇ ਬਗੈਰ ਮੇਰੇ ਘਰ 'ਚ ਤਾਂ ਕੀ, ਇਸ ਇਲਾਕੇ ਦੇ 25 ਪਿੰਡਾਂ ਦੇ ਵਿੱਚ ਪੱਤਾ ਨਹੀਂ ਹਿਲਦਾ। ਤੇ ਤੂੰ ਮੇਰੀ ਇੱਜ਼ਤ, ਮੇਰੀ ਸਰਦਾਰੀ, ਮੇਰੀ ਗੈਰਤ ਸਾਰੇ ਦੀ ਸਾਰੇ ਮਿੱਟੀ ਦੇ ਵਿੱਚ ਰੋੜ ਦਿੰਦੀ। ਓਏ ਤੂੰ ਜੰਮ ਤਾਂ ਮਰ ਕਿਉਂ ਨਹੀਂ ਗਿਆ ਸਰਦਾਰ? ਬਸ ਇਹ ਤੇਰੇ ਲਾਡ ਪਿਆਰ ਦਾ ਨਤੀਜਾ ਕਿ ਗੱਲ ਅੱਜ ਇੱਥੇ ਤੱਕ ਪਹੁੰਚ ਚੁੱਕੀ ਹੈ। ਤੇਰਾ ਇਹ ਪੁੱਤਰ ਹੁਣ ਕਿਸੇ ਵੀ ਯਾਰੇ ਗਹਿਰੇ ਨੱਥੂ ਖੈਰੇ ਦੀ ਧੀ ਲਿਆ ਕੇ ਮੇਰੇ ਘਰ ਦੀ ਇੱਜ਼ਤ ਬਣਾਉਂਦਾ। ਓਏ ਜੇ ਮੱਥਾ ਲਵਾਉਣਾ ਹੀ ਸੀ ਤਾਂ ਕਮ ਸੇ ਕਮ ਬਰਾਬਰ ਵਾਲੇ ਦੇ ਨਾਲ ਤਾਂ ਲਵਾਉਂਦਾ। ਪਰ ਡੈਡ ਇੱਕ ਮਿੰਟ ਮੇਰੀ ਗੱਲ ਤਾਂ ਸੁਣ, ਬਾਹਰ ਬੰਦ ਰੱਖ। ਚਲਾ ਜਾ, ਮੈਂ ਸਮਝਾਂਗਾ ਮੇਰੇ ਘਰੇ ਦੋ ਨਹੀਂ ਇੱਕੋ ਹੀ ਪੁੱਤਰ ਜੰਮੇ।
ਅੱਜ ਤੋਂ ਬਾਅਦ ਤੂੰ ਮੇਰੇ ਲਈ ਮਰ ਗਿਆ, ਮਰ ਗਿਆ ਤੂੰ ਮੇਰੇ ਲਈ। ਦਫਾ ਹੋ ਜਾ, ਚਲਾ ਜਾ। ਪਾਪਾ ਛੇਤੀ ਚੱਕੋ, ਚੱਲ ਪੁੱਤ ਚੱਲ। ਤੇਰਾ ਇਹ ਪੁੱਤਰ ਹੁਣ ਕਿਸੇ ਵੀ ਯਾਰੇ ਘਰੇ ਨੱਥੂ ਘਰ ਦੀ ਧੀ ਲਿਆ ਮੇਰੇ ਘਰ। ਘਬਰਾਣਾ ਪੁੱਤਰ, ਸਭ ਠੀਕ ਹੋ ਜੂਗਾ, ਸਭ ਠੀਕ ਹੋ ਜੂ ਪੁੱਤਰ। ਡਾਕਟਰ ਸਾਹਿਬ ਤਾਂ ਲਵਾਉਣਾ ਹੀ ਸੀ, ਤਾਂ ਕਮ ਸੇ ਕਮ ਬਰਾਬਰ ਵਾਲੇ ਦੇ ਨਾਲ ਤਾਂ ਲਵਾਉਂਦਾ। ਮੈਂ ਸਮਝਾਂਗਾ ਮੇਰੇ ਘਰੇ ਦੋ ਨਹੀਂ ਇੱਕ ਵਾਰੀ ਪੱਥਰ ਜੰਮੇ। ਇਸ ਤੋਂ ਪਹਿਲਾਂ ਕਿ ਮੇਰਾ ਪੱਥਰ ਦੱਬ ਜਾ, ਚਲਾ ਜਾ। ਓਏ ਤੂੰ ਜੰਮ ਤਾਂ ਮਰ ਕਿਉਂ ਨਹੀਂ ਗਿਆ? ਸੋਰੀ ਜੀ, ਅਸੀਂ ਕੋਸ਼ਿਸ਼ ਤਾਂ ਕੀਤੀ, ਬੱਚਾ ਬਚ ਗਿਆ, ਪਰ ਅਸੀਂ ਬੱਚੇ ਦੀ ਮਾਂ ਨੂੰ ਨਹੀਂ ਬਚਾ ਸਕੇ। ਹਾਂ ਜੀ ਬੱਚਾ, ਐਕਸੀਡੈਂਟ ਮੇਰੇ ਅੰਦਰ ਦਿਆ। ਪਾਪੂ ਜੀ, ਉੱਪਰ ਕੀ ਦੇਖੀ ਜਾਂਦੇ ਹੋ? ਮੇਰੇ ਵਹਿੰਦਿਆਂ ਵਹਿੰਦਿਆਂ
ਤਾਂ ਘੁੱਗੀ ਦਿਆਲ ਨੇ ਜੋ ਬੱਚੇ ਨੂੰ ਚੁੱਕ ਕੇ ਲੈ ਗਏ। ਘੁੱਗੀ ਨੇ ਕਾਂ ਦਾ ਦਸਮਾਨ ਤੱਕ ਪਿੱਛਾ ਕੀਤਾ ਪਰ ਉਹ ਬੱਚੇ ਨੂੰ ਬਚਾ ਨਾ ਸਕੀ। ਜਸ ਜਸ ਵੀ ਤਾਂ ਆਪਣੇ ਆਲਣੇ ਦਾ ਬੋਟ ਹੈ, ਆਪਣੇ ਆਲਣੇ ਦਾ ਬੋਟ ਹੈ ਨਾ, ਹੈ ਨਾ। ਰੱਬ ਤੇ ਭਰੋਸਾ ਰੱਖੋ ਜੀ, ਜੇ ਇੱਕ ਰਾਹ ਬੰਦ ਹੁੰਦਾ ਹੈ ਤਾਂ ਕਈ ਹੋਰ ਰਾਹ ਖੁੱਲ ਜਾਂਦੇ ਨੇ। ਪਰ ਹਾਲਾਤ ਕਹਿੰਦੇ ਨੇ ਸ਼ਾਇਦ ਸਾਰੇ ਰਾਹ ਬੰਦ ਹੋ ਚੁੱਕੇ ਨੇ, ਬੰਦ ਹੋ ਚੁੱਕੇ ਨੇ। ਨਹੀਂ ਬਾਪੂ ਜੀ, ਹਜੇ ਇੱਕ ਰਾਹ ਖੁੱਲ੍ਹਾ ਹੈ। ਮੇਰੀ ਥਰਡ ਆਈ ਕਹਿੰਦੀ ਹੈ ਅੱਜ ਤਾਂ ਕੰਮ ਬਣੀ ਜਾਊ, ਤੇ ਜੇ ਨਾ ਹੋਇਆ ਤਾਂ ਫੇਰ। ਓਏ ਟਿੰਡਲਾ, ਜੇ ਮੂੰਹ ਨਹੀਂ ਚਾਹੀਦਾ ਤਾਂ ਗਲਤਾਂ ਚਾਹੀਦੀ ਕਰ ਲਿਆ ਕਰ। ਉਧਰ ਦੇਖ ਕਰਮ ਸਿੰਘ, ਦੇਖ ਲੈ ਭਾਈ ਅਜੇ ਵੀ ਵੇਲਾ ਨਾ, ਜੇ ਆਪਣੇ ਹਰਜਸ ਨੂੰ ਪਾਉਣ ਲਈ ਉਹ ਇੰਨਾ ਨੀਚ ਕੰਮ ਕਰ ਸਕਦੇ ਆ, ਤੇਰਾ ਕੀ ਖਿਆਲ ਹੈ ਉਹ ਭਲੀ ਗੁਜ਼ਾਰਨਗੇ? ਇਹੋ ਜਿਹੇ ਤਕੜੇ ਤੇ ਚਾਲਬਾਜ ਲੋਕਾਂ ਨਾਲ ਮੱਥਾ ਲਾਉਣਾ ਤੇਰੇ ਮੇਰੇ ਬਸ ਦੀ ਗੱਲ ਨੀ। ਬਸ ਦੀ ਗੱਲ ਕਿਉਂ ਨੀ ਭੈਣ ਮੇਰੀ, ਏ ਜੱਗਾ ਬਾਈ ਕਿਹੜੇ ਮਰਜ਼ੀ ਦੀ ਦੁਆਣੀ, ਇਹਦੇ ਹੁੰਦਿਆਂ ਆਪਾਂ ਨੂੰ ਕਾਹਦਾ ਡਰ। ਤੁਸੀਂ ਫਿਕਰ ਨਾ ਕਰੋ ਬਾਪੂ ਜੀ, ਹਰਜਸ ਤੇ ਸਰਬੀ ਦੀ ਜ਼ਿੰਮੇਵਾਰੀ ਮੇਰੀ ਹੈ। ਠੀਕ ਹੈ ਭਾਬੀ, ਸਲਾਹ ਕਰ ਲਈਏ ਫਿਰ ਦੱਸ ਦਿਓ। ਚਾਚਾ ਸਲਾਹ ਦਾ ਟਾਈਮ ਨਹੀਂ ਹੈ, ਜਿੰਨੀ ਛੇਤੀ ਹੋ ਸਕਦਾ ਜੱਗੇ ਨਾਲ ਰਿਸ਼ਤਾ ਪੱਕਾ ਕਰੀਏ ਤੇ ਬੇਫਿਕਰੇ ਹੋਈਏ। ਦੇਖ ਲੈ ਸਰਦਾਰ ਹੁਣ ਆਪ ਚੱਲ ਕੇ ਆਇਆ ਤੁਹਾਡੇ ਘਰੇ, ਨਾਲੇ ਇਹਨੂੰ ਕਿਹੜਾ ਰਿਸ਼ਤਿਆਂ ਦਾ ਘੱਟ ਹੈ, ਬਸ ਇਹਨੂੰ ਤਾਂ ਆਪਣਾ ਪਰਿਵਾਰ ਹੀ ਬਾਹਲਾ ਚੰਗਾ ਲੱਗਿਆ। ਚਾਚਾ ਇਹੋ ਜਿਹੇ ਮੌਕੇ ਬਾਰ ਬਾਰ ਨਹੀਂ ਹੁੰਦੇ, ਝੱਟ ਮੰਗਣੀ ਤੇ ਪੱਟ ਵਿਆਹ ਕਰੋਗੇ। ਇਹਨਾਂ ਨੂੰ ਕਹੋ ਵੀ 10 ਬੰਦੇ ਆਉਣ ਤੇ ਚੁੰਨੀ ਚੜਾਵਾ ਕਰਕੇ ਲੈ ਜਾਓ। ਚੁਰਾ ਲਿਆ
ਇੱਕ ਚੰਨ ਚੜਿਆ ਸੀ ਅੰਬਰਾਂ ਤੇ ਬਦਲਾਂ ਨੇ ਖਾ ਲਿਆ ਹਵਾ ਚੋਂ ਤੇਰਾ ਮੇਰਾ ਨਾ ਕਿਨੇ ਚੁਰਾ ਲਿਆ ਰੰਗਤ ਸੀ ਤੇਰੀ ਸੰਗਤ ਸੀ ਮੈਂ ਪਿਆਰ ਦੀ ਬੋਲੀ ਬੋਲੀ ਸੀ ਇਹਨਾਂ ਰੁੱਤਾਂ ਨੇ ਇਹਨਾਂ ਮੌਸਮਾਂ ਨੇ ਤੇਰੇ ਨਾਮ ਦੀ ਮੈਂ ਦੀ ਘੋਲੀ ਸੀ ਤੇਰੀ ਰੰਗਤ ਸੀ ਤੇਰੀ ਸੰਗਤ ਸੀ ਮੈਂ ਪਿਆਰ ਦੀ ਬੋਲੀ ਬੋਲੀ ਸੀ ਇਹਨਾਂ ਰੁੱਤਾਂ ਨੇ ਇਹਨਾਂ ਮੌਸਮਾਂ ਨੇ ਤੇਰੇ ਨਾਮ ਦੀ ਮੈਂ ਦੀ ਕੋਲੀ ਸੀ ਚਾਵਾਂ ਦੇ ਸੂਹੇ ਸ਼ੀਸ਼ੇ ਤੇ ਪਰਦਾ ਹੀ ਪਾਲਿਆ ਹਵਾ ਚੋਂ ਤੇਰਾ ਮੇਰਾ ਨਾ ਇਹਨੇ ਚੁਰਾ ਲਿਆ ਜਿਹੜੇ ਖਾਬ ਸੀ ਵੇਖੇ ਕੱਠਿਆਂ ਨੇ ਉਹਨਾਂ ਸੁਪਨਿਆਂ ਦਾ ਹੁਣ ਕੀ ਕਰੀਏ ਹੋਰਾ ਚੈਨ ਮਿਲੇ ਜਿੱਥੇ ਰੂਹਾਂ ਨੂੰ ਦੱਸ ਕਿਹੜੀ ਥਾਂ ਜਾ ਮਰੀਏ ਜਿਹੜੇ ਖਾਬ ਸੀ ਵੇਖੇ ਕੱਠਿਆਂ ਨੇ ਉਹਨਾਂ ਸੁਪਨਿਆਂ ਦਾ ਹੁਣ ਕੀ ਕਰੀਏ ਹੋਰਾ ਚੈਨ ਮਿਲੇ ਜਿੱਥੇ ਰੂਹਾਂ ਨੂੰ ਦੱਸ ਕਿਹੜੀ ਥਾਂ ਮੈਂ ਜਾ ਮਰੀਏ ਸਾਨੂੰ ਪਟਕਣ ਮਿਲ ਗਈ ਉਮਰਾਂ ਦੀ ਪੈੜਾ ਰੋਗ ਹੀ ਲਾ ਲਿਆ ਹਵਾ ਚੋਂ ਤੇਰਾ ਮੇਰਾ ਨਾ ਚੁਰਾ ਲਿਆ ਹਵਾ ਚੋਂ ਤੇਰਾ ਮੇਰਾ ਨਾ ਕਿਨੇ ਚੁਰਾ ਲਿਆ ਪਹਿਲਾਂ ਇਹ ਦੱਸ ਮੈਂ ਤੇਰਾ ਕੀ ਲੱਗਦਾ ਅੰਤਲ ਚਾਚੂ ਝੂਟਾ ਲਏਗਾ ਆ ਜਾ ਚੱਲ ਪੁੱਤਰਾ ਨਾਨੀ
ਮੋਟਰਸਾਈਕਲ। ਨਾਨੀ ਬਾਈ ਰੁਕ ਜਾ ਬੇ। ਕੀ ਹੋਇਆ? ਕੀ ਹੋਇਆ? ਕੀ ਹੋਇਆ? ਕੀ ਹੋ ਗਿਆ? ਪਤਾ ਨਹੀਂ ਮੁੰਡੇ ਨੂੰ ਕਿੱਥੇ ਲੈ ਗਿਆ, ਮਰ ਜਾਣਾ ਲੈ ਗਿਆ। ਕੀ ਕੌਣ ਲੈ ਗਿਆ? ਵੇ ਸ਼ੇਰਗੜ ਵਾਲਾ ਸ਼ੋਰ ਹਰਜਸ। ਗੱਡੀ ਲੈ ਦੋ, ਚਲੋ ਚਲੋ ਛੇਤੀ ਚਲੋ। ਕਿੱਥੇ ਨੂੰ ਪਛਾਣਿਆ? ਕੀ ਦੇਖੀ ਜਾਂਦਾ? ਇਹੀ ਹੈ ਤੇਰੇ ਰਾਹ ਦਾ ਕੰਡਾ, ਹੁਣ ਮੌਕਾ ਕੱਢ ਦੇ। ਵਹਿੰਦੀ ਗੰਗਾ ਚ ਹੱਥ ਕਿਵੇਂ ਧੋਈਦੇ ਆ ਤੁਹਾਨੂੰ ਮੈਂ ਦਿਖਾਉਂਦਾ, ਆ ਜਾਓ। ਹਰਜਸ ਆ ਜਾ। ਨਾਨੂ ਜੀ ਆਖਰ ਦਿਖਾਤੇ ਨਾ ਆਪਣੀ ਔਕਾਤ। ਵੇ ਤੈਨੂੰ ਇਹਨਾਂ ਦੀ ਔਕਾਤ ਦਾ ਅੱਜ ਪਤਾ ਲੱਗਿਆ? ਪਹਿਲਾਂ ਸਾਡੀ ਧੀ ਖੋਲੀ, ਜਵਾਈ ਖੋਲਿਆ, ਤੇ ਹੁਣ ਉਹਨਾਂ ਦੀ ਇੱਕੋ ਇੱਕ ਨਿਸ਼ਾਨੀ ਸਾਡਾ ਦੋਤਾ ਖੋਲ ਲੱਗੇ ਸੀ। ਨਹੀਂ, ਮੈਂ ਇਹਨੂੰ ਖੋ ਕੇ ਨਹੀਂ ਲਿਜਾ ਰਿਹਾ, ਇਹ ਸਾਡੇ ਖਾਨਦਾਨ ਦਾ ਅੰਸ਼ ਹੈ ਤਾਂ ਮੈਂ ਇਹਨੂੰ ਲੈ ਕੇ ਜਾ ਰਿਹਾ। ਐਂ ਕਿਵੇਂ ਲੈ ਜਾਏਗਾ ਮੇਰੇ ਹੁੰਦਿਆਂ? ਵੇਖਦੇ ਕੀ ਆ ਪਿੰਡ ਵਾਲਿਓ, ਚਿੱਪ ਦਿਓ। ਓਏ ਮੁੰਡਿਓ, ਇਹ ਸਾਡਾ ਕੰਮ ਨਹੀਂ, ਸਾਨੂੰ ਸਾਡਾ ਬੱਚਾ ਮਿਲ ਗਿਆ। ਥਾਣੇ ਫੋਨ ਕਰੋ, ਉਹਨਾਂ ਨੇ ਜੋ ਕਾਰਵਾਈ ਕਰਨੀ ਹੋਏਗੀ ਕਰ ਲੈਣਗੇ। ਨਾ ਪੁਲਿਸ ਇਹਨਾਂ ਦਾ ਕੀ ਨਿਆਂ ਕਰੂ, ਇਹਨਾਂ ਦੇ ਪਿਓ ਦੀ ਬਥੇਰੀ ਸਰਕਾਰੀ ਦਰਬਾਰੇ ਚੱਲਦੀ ਆ। ਹੈ ਸੁਣੋ ਵੇ ਮੁੰਡਿਆ, ਮੁਰਜਮਾ ਆਪਣੇ ਸਾਹਮਣੇ ਆ, ਚੱਕੋ ਸਿੱਟੋ ਜੀਪ ਚ, ਫੇਰ ਦੇਖਦੀ ਆ ਮੈਂ ਕੀ ਬਣਦਾ। ਓਏ ਰੁਕੋ, ਓਏ ਜੇ ਕਿਸੇ ਨੇ ਮੇਰੇ ਮੁੰਡੇ ਦੀ ਹਵਾ ਵੱਲ ਵੀ ਚੱਕਿਆ ਤਾਂ। ਹਵਾ ਵੱਲ ਤੱਕੀਏ ਦੀ ਦੇ ਤੱਕ ਮਨ ਲਾ ਦਈਏ ਬਟੇ ਨਗੌਰੀ ਦੇ। ਗੁਰਬਾਜ ਸਿੰਘ ਜੀ,
ਜ਼ਖਮ ਤਾਂ ਤੁਸੀਂ ਪਹਿਲਾਂ ਹੀ ਸਾਨੂੰ ਬਹੁਤ ਵੱਡਾ ਦਿੱਤਾ ਸੀ, ਪਰ ਆ ਇੱਕ ਹੋਰ ਫੱਟ ਸਾਡੇ ਸੀਨੇ ਤੇ ਲਾਉਣ ਲੱਗੇ ਸੀ। ਵਾਹ, ਕਰਮ ਸਿੰਘ ਜੀ, ਜਿੱਡਾ ਵੱਡਾ ਜ਼ਖਮ ਧੀ ਗਵਾਉਣ ਦਾ ਤੁਹਾਡੇ ਸੀਨੇ ਤੇ ਹੈ, ਓਡਾ ਵੱਡਾ ਜ਼ਖਮ ਪੁੱਤ ਗਵਾਉਣ ਦਾ ਮੇਰੇ ਸੀਨੇ ਤੇ ਵੀ ਹੈ। ਹਰਜਸ ਆਪਣੇ ਜ਼ਖਮਾਂ ਦੀ ਮੱਲਮ ਹੈ, ਆਪਣੇ ਦੋਨੋਂ ਘਰਾਂ ਦੀਆਂ ਖੁਸ਼ੀਆਂ। ਅੱਛਾ, ਅੱਜ ਤੁਹਾਨੂੰ ਘਰ ਦੀਆਂ ਖੁਸ਼ੀਆਂ ਯਾਦ ਆ ਗਈਆਂ। ਜੇ ਉਸ ਦਿਨ ਤੁਸੀਂ ਆਪਣੇ ਪੁੱਤਰ ਨੂੰ ਘਰੋਂ ਨਾ ਨਾ ਕੱਢਦੇ ਤਾਂ ਅੱਜ ਸਾਨੂੰ ਆਹ ਦਿਨ ਨਾ ਦੇਖਣੇ ਪੈਂਦੇ। ਗੁਰਬਾਜ ਸਿੰਘ ਜੀ, ਚਾਹੁੰਦਾ ਮੈਂ ਵੀ ਇਹੀ ਸੀ। ਕਰਮ ਸਿੰਘ ਜੀ, ਇਹੀ ਚਾਹੁੰਦਾ ਸੀ ਮੈਂ। ਪਰ ਜਦੋਂ ਆਪਣੀ ਔਲਾਦ ਕਹਿਣੇ ਤੋਂ ਬਾਹਰ ਹੋ ਕੇ ਫੈਸਲਾ ਕਰ ਬੈਠੇ ਨਾ, ਤਾਂ ਮਾਂ ਪਿਓ ਦਾ ਗੁੱਸਾ ਜਾਇਜ਼ ਹੁੰਦਾ, ਜਾਇਜ਼ ਹੁੰਦਾ। ਸ਼ਾਇਦ ਜਦ ਤੁਹਾਨੂੰ ਆਪਣੀ ਧੀ ਦੇ ਫੈਸਲੇ ਦਾ ਪਤਾ ਲੱਗਿਆ ਹੋਣਾ, ਤੁਸੀਂ ਵੀ ਉਹੀ ਕੀਤਾ ਹੋਣਾ ਜੋ ਮੈਂ ਕੀਤਾ। ਜੇ ਮੈਂ ਆਪਣੇ ਗੁੱਸੇ ਤੇ ਕਾਬੂ ਪਾ ਲੈਂਦਾ ਤੇ ਬੱਚਿਆਂ ਦੇ ਫੈਸਲੇ ਤੇ ਗੌਰ ਕਰਦਾ, ਪਰ ਉਸ ਵਕਤ ਨੇ ਮੈਨੂੰ ਵਕਤ ਹੀ ਨਹੀਂ ਦਿੱਤਾ। ਕਰਮ ਸਿੰਘ ਜੀ, ਨਹੀਂ, ਵਕਤ ਨੂੰ ਤਾਂ ਐਵੇਂ ਤਨ ਹੈ ਗੁਰਬਾਜ ਸਿੰਘ ਜੀ, ਤੁਹਾਡੀਆਂ ਸਰਦਾਰੀਆਂ ਤੇ ਅਮੀਰੀਆਂ ਦੇ ਹੰਕਾਰ ਨੇ ਇਹ ਸਭ ਕੁਛ ਰੋੜਤਾ ਤੇ ਅੱਜ ਸਾਨੂੰ ਇਹੋ ਜਿਹੇ ਦਿਨ ਦੇਖਣ ਲਈ ਮਜਬੂਰ ਕਰ ਦਿੱਤਾ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਅਮੀਰਾਂ ਤੋਂ ਇੰਨੀ ਨਫ਼ਰਤ ਕਿਉਂ ਹੈ, ਪਰ ਆਹ ਜਿਹੜਾ ਅਮੀਰ ਖੜਾ ਹੈ ਨਾ, ਇਹਦੇ ਪਿੱਛੇ ਇੱਕ ਫਕੀਰ ਖੜਾ ਹੈ ਤੇ ਉਹ ਚੋਲੀ ਅੱਡ ਕੇ ਆਪਣੇ ਪੋਤੇ ਦੀ ਖੈਰਾਤ ਮੰਗਦਾ। ਓਏ ਫਕੀਰ ਦੀ ਚੋਲੀ ਵਿੱਚ ਉਹਦੇ ਪੋਤੇ ਦੀ ਖੈਰਾਤ ਪਾ ਦੇ, ਓਏ ਤੈਨੂੰ ਰੱਬ ਦਾ ਵਾਸਤਾ ਹੈ, ਨਾ ਨਾ ਕਰੀ ਮੇਰੇ ਪੋਤੇ ਦੀ ਖੈਰਾਤ ਮੇਰੀ ਚੋਲੀ ਚ ਪਾ ਦਿਓ, ਚੋਲੀ ਚ ਪਾ ਦਿਓ। ਗੁਰਬਾਜ ਸਿੰਘ ਜੀ, ਕਰਮ ਸਿਆ, ਇਹਦੀਆਂ ਮਿੱਠੀਆਂ ਗੱਲਾਂ ਚ ਨਾ ਜੀ। ਸਰਪੰਚ ਸਾਹਿਬ, ਤੁਸੀਂ ਬੁਲਾਓ ਪੁਲਿਸ ਤੇ ਮੁੰਡਾ ਨੂੰ ਭੇਜੀਏ ਥਾਣੇ। ਕਰਮਿਆ, ਆਪਾਂ ਸ਼ਗਨ ਵਿਹਾਰ ਕਰਕੇ ਸਰਵੀ ਨੂੰ ਭੇਜੀਏ ਜੱਗੇ ਨਾਲ। ਸਬਰ ਕਰ ਭਾਬੀ, ਸਹੀ ਫੈਸਲਾ ਲੈਣ ਦਾ ਵੇਲਾ ਆ ਗਿਆ। ਵੇ ਛੇਤੀ ਦੱਸ ਕਿਹੜਾ ਸਹੀ ਫੈਸਲਾ। ਹਰਜਸ ਪੁੱਤਰ, ਜਾ ਆਪਣੇ ਦਾਦਾ ਜੀ ਕੋਲ ਜਾ ਪੁੱਤਰ। ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਇਹ ਫੈਸਲਾ ਰੱਬ ਨੇ ਆਪ ਕੀਤਾ।
ਨਾਲੇ ਮਾਸੀ ਇਹ ਮਾਂ ਬਣ ਕੇ ਬੱਚੇ ਨੂੰ ਪਾਲ ਸਕਦੀ ਹੈ। ਚੜਾ ਦੇ ਫੁੱਲ। ਬੇ ਸ਼ਰੀਕਾ ਕਰਤੀ ਨਾ ਸ਼ਰੀਕਾ ਵਾਲੀ ਗੱਲ, ਬੇ ਮੈਨੂੰ ਜ਼ਬਾਨ ਦੇ ਕੇ ਹੁਣ ਤੂੰ ਮੁਕਰ ਗਿਆ। ਬੇ ਜੱਗਿਆ, ਬੇ ਕਾਹਦੀ ਹੈ ਤੇਰੀ ਸਰਦਾਰੀ, ਬੇ ਆ ਜਾ ਤੂੰ ਹੀ ਹੁਣ ਕੁਛ ਕਰ। ਉਹ ਰੁਕ ਜਾਓ ਕਾਕਾ, ਹਜੂਮ ਖੜਾ ਦੇਖ ਰਹੇ ਹੋ ਨਾ, ਜੇ ਤੁਹਾਡੇ ਵੱਲ ਨੂੰ ਹੋ ਗਿਆ ਤਾਂ ਤੁਹਾਡਾ ਥਾਉਣਾ ਕੱਖ ਨਹੀਂ। ਜੇ ਭਲੀ ਚਾਹੁੰਦੇ ਹੋ ਤਾਂ ਤੁਰ ਜਾਓ ਇੱਥੋਂ। ਭੀੜ ਵਿੱਚ ਹੋਈ ਮੌਤ ਦਾ ਕੋਈ ਜ਼ਿੰਮੇਵਾਰ ਵੀ ਨਹੀਂ ਹੁੰਦਾ। ਸ਼ੀਸ਼ੇ ਮੂਹਰੇ ਖੜ ਕੇ ਸ਼ੁਕੀਨੀ ਲਾ ਰਹੀ ਮੁੰਡਿਆਂ ਦੇ ਸੀਨੇ ਵਿੱਚ ਅੱਗ ਲਾਉਣ ਨੂੰ ਲੱਭ ਤੀਰ ਕਾਨ ਕੋਈ ਬੀਟ ਚੱਕਣੀ ਧਰਤੀ ਦੇ ਹਿੱਕ ਤੇ ਤਰੇੜਾ ਪਾਉਣ ਨੂੰ ਲੱਭ ਤੀਰ ਕਾਨ ਕੋਈ ਬੀਟ ਚੱਕਣੀ ਧਰਤੀ ਦੇ ਹਿੱਕ ਤੇ ਤਰੇੜਾ ਪਾਉਣ ਨੂੰ ਸੁਨਹਿਰੀ ਰੰਗ ਦਾ ਨੱਕ ਵਾਲਾ ਕੋਕਾ ਫਿਰ ਜਾਨ ਮੰਗਦਾ ਜ਼ੁਲਫਾਂ ਦੇ ਜਾਲ ਤਾਣ ਤਾਣ ਸੁੱਟਦੀ ਅੰਬਰਾਂ ਤੋਂ ਉੱਡਦੇ ਹੋਏ ਬਾਜ ਲਾਉਣ ਨੂੰ ਲੱਭ ਤੀਰ ਕਾਨ ਕੋਈ ਬੀਟ ਚੱਕਣੀ ਧਰਤੀ ਦੇ ਹਿੱਕ ਤੇ ਤਰੇੜਾ ਪਾਉਣ ਨੂੰ ਲੱਭ ਤੀਰ ਕਾਨ ਕੋਈ ਬੀਟ ਚੱਕਣੀ ਧਰਤੀ ਦੇ ਹਿੱਕ ਤੇ ਤਰੇੜਾ ਪਾਉਣ ਨੂੰ ਬੋਲੀਆਂ ਚ ਵਾਦੇ ਉਮਰਾਂ ਦੇ ਕਰਗੀ ਮੇਰੇ ਵੀ ਨੇ ਦਿਲ ਵਿੱਚ ਲੱਡੂ ਫੁੱਟਦੇ ਫਿਰਦੀ ਆਏ ਉਹ ਵੀ ਆਪਣਾ ਬਣਾਉਣ ਨੂੰ ਲੱਭ ਤੀਰ ਕਾਨ ਕੋਈ ਬੀਟ ਚੱਕਣੀ